ਬਹੁਤ ਸਾਰੇ ਹੈਂਡੀਕੈਪਰ ਇਨੀ ਜ਼ਲਤ ਦੀ ਜ਼ਿੰਦਗੀ ਜਿਉਂਦੇ ਆ ਮੈਂ ਕਿਹਾ ਕੁੱਤਾ ਵੀ ਉਸ ਤੋਂ ਵਧੀਆ ਜ਼ਿੰਦਗੀ ਜਿਉਂਦਾ ਹੈ ਸਾਡੇ ਨਾਲੋਂ ਬਚਪਨ ਤੋਂ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਸਮੱਸਿਆਵਾਂ ਤਾਂ ਪੂਤੜਿਆਂ ਦੇ ਨਾਲ ਹੀ ਪੈਦਾ ਹੁੰਦੀਆਂ ਇੱਕ ਗਰੀਬ ਹੋ ਜਾਣਾ ਦੂਜਾ ਅੰਗ ਹੀ ਹੁਣ ਹੋ ਜਾਣਾ ਇਹ ਬਹੁਤ ਦੁਖਦਾਇਕ ਗੱਲ ਹੈ ਦੁੱਖ ਨਾਲ ਕਹਿਣਾ ਪੈਂਦਾ ਵੀ ਨਾਲ ਦੇ ਜੰਮੇ ਭੈਣ ਭਰਾ ਵੀ ਇੱਕ ਬੋਝ ਆ ਸਮਝਣ ਲੱਗ ਪੈਂਦੇ ਆ ਲੋਕ ਸਾਨੂੰ ਇੱਕ ਹੋਰ ਗੱਲ ਕਹਿੰਦੇ ਜੀ ਜਿਹੜਾ ਤੁਸੀਂ ਨਾਂ ਕਿਹਾ ਸੀਗਾ ਪਹਿਲਾਂ ਸਾਰੀਆਂ ਗੱਲਾਂ ਸੁਣੀ ਜਾਣਗੇ ਸੁਣੀ ਜਾਣਗੇ ਫਿਰ ਉਹੀ ਕਹਿਣਗੇ ਯਾਰ ਇਹਨਾਂ ਚ ਟੱਕਰ ਆ ਕੇ ਵੱਧ ਹੁੰਦੀ ਹੈ ਸੱਦ ਜੇ ਪੰਜਾਬੀ ਚ ਗੱਲ ਹੋਵੇ ਲੂਲੇ ਲੰਗਣਾ ਤੇ ਇਕ ਲਾ ਦੋ ਇੱਕ ਦਾਕ ਵੱਧ ਹੁੰਦੀ ਹੈ ਨਾਲੇ ਗੱਲਾਂ ਸੁਣੀ ਜਾਣਗੇ ਇਸ ਚੀਜ਼ ਦਾ ਦੁੱਖ ਆਉਂਦਾ ਯਾਰ ਚਾ ਸਾਡੇ ਵੀ ਹੈ ਦਿਲ ਸਾਡਾ ਵੀ ਹੈ ਸੱਦਰਾ ਸਾਡੀਆਂ ਵੀ ਹੈ ਪਰ ਹੁਣ ਜੇ ਅਸੀਂ ਗੱਲਾਂ ਹੁਣ ਜੇ ਜਰੋਈ ਜਾਵਾਂਗੇ ਰੋਣਾ ਰੋਣ ਦਿੰਦੇ ਐ ਨਾ ਹੱਸਣ ਦਿੰਦੇ ਐ ਕੀ ਕਰੀਏ ਜੇ ਰੋਣੇ ਤਾਂ ਆਂਦੇ ਯਾਰ ਫਿਰ ਕੀ ਹੋ ਗਿਆ ਰੱਬ ਨੇ ਕੀਤਾ ਤੁਹਾਡੇ ਪਾਪ ਕੀਤੇ ਹੋਣਗੇ ਪਿਛਲੇ ਪਿਛਲੇ ਜਨਮਾਂ ਦੀ ਸਜ਼ਾ ਤੁਹਾਨੂੰ ਨਾਲੇ ਸਜ਼ਾ ਦੇ ਜਾਣਗੇ ਪਰ ਮੇਰੀ ਮਦਰ ਨੂੰ ਟੀਵੀ ਹੋ ਗਈ ਸੀ ਓਹੋ ਇੱਕ ਸਾਲ ਵਿਆਹ ਤੋਂ ਬਾਅਦ ਉਹਨਾਂ ਨੂੰ ਟੀਵੀ ਹੋ ਗਈ ਤੇ ਅਸੀਂ ਸੱਤ ਭੈਣ ਭਰਾ ਹੋਏ ਇੱਕ ਬਿਮਾਰ ਮਾਂ ਦੇ ਪੇਟੋਂ ਕਿੰਨਾ ਕੁ ਵਿਕਸਿਤ ਬੱਚਾ ਪੈਦਾ ਹੋ ਸਕਦਾ ਇੱਕ ਦਿਨ ਮੇਰੀ ਮਾਂ ਸ਼ਹਿਰ ਗਈ ਮੈਂ ਸਾਰੀ ਦਿਹਾੜੀ ਅੱਡੇ ਤੇ ਬੈਠਾ ਰਿਆ ਅੱਜ ਮੇਰਾ ਉਸੇ ਰਾਹ ਤੇ ਘਰ ਹੈ ਸਵੇਿਆਂ ਦੇ ਰਾਤ ਪਰ ਮਾਂ ਮੁੜੀ ਨਹੀਂ ਅਜੇ ਤੱਕ ਦੁਨੀਆਂ ਤੇ ਕੁਝ ਵੀ ਨਾ ਹੋਵੇ ਯਾਰ ਜਿਹਦੇ ਕੋਲੇ ਮਾਂ ਨਾ ਮੈਂ ਨਾ ਮੈਂ ਜਮਾਂ ਮਲੰਗ ਹੋ ਜਾਂਦਾ ਮੈਨੂੰ ਮਾਂ ਦਿੰਦਾ ਰੱਬ ਕਈ ਥਾਂ ਮੈਨੂੰ ਸਾਹਮਣਾ ਕਰਨਾ ਪਿਆ ਇੱਕ ਥਾਂ ਬੀਬੀ ਨੇ ਕਿਹਾ ਦੀ ਬਾਬਾ ਜੀ ਇਹਨਾਂ ਨੂੰ ਬਾਹਰ ਤਨ ਲਾਇਆ ਸਾਡਾ ਸ਼ਗਣਾ ਦਾ ਕੰਮ ਆਂਗੀ ਨਾ ਪੀ ਯਾਰ ਉਹ ਹੀ ਸੋਟੀ ਲੈ ਕੇ ਇਹ ਫਲਾਸ਼ ਚ ਜਾਂਦੇ ਆ ਕੋਈ ਸੋਟੀ ਲੈ ਕੇ ਮਤਲਬ ਬਾਤ ਪਾਠ ਕਰਨੇ ਆਉਦੇ ਹੁਣ ਸੋਟੀ ਦਾ ਤਾਂ ਕੋਈ ਖਸੂਰ ਨਹੀਂ ਤੇ ਨਾ ਤੁਹਾਡਾ ਖਸੂਰ ਹੈ ਨਾ ਮੇਰਾ ਖਸੂਰ ਹੈ ਸਾਨੂੰ ਤਾਂ ਸਿਨੇਮੇ ਵਿੱਚ ਜਦੋਂ ਜਦ ਫਿਲਮ ਵੇਖਣ ਜਾਵਦੇ ਆ ਸਾਡੇ ਵਰਗਾ ਤੇ ਲੋਕ ਐਵੇਂ ਦੇ ਰਹੇ ਆ ਵੀ ਫਿਲਮਾਂ ਵੇਂਦਾ ਫਿਰਦਾ ਇਹ ਸੁਣਨੀਆਂ ਗੱਲਾਂ ਮਿਲੀਆਂ ਅੱਛਾ ਜੀ ਕਹਿਣ ਨੂੰ ਨਹੀਂ ਸੁਣਨ ਨੂੰ ਮੇਲੇ ਚ ਹੁਣ ਸਾਡੇ ਮੇਲਾ ਲੱਗਦਾ ਮੁਖਸਰ ਸਾਹਿਬ ਹਮ 40 ਮੁਖਤਰ ਯਾਦ ਚ ਸਿੱਧੀ ਜੋੜ ਮੇਲਾ ਹਮ ਉੱਥੇ ਜੇ ਸਾਡੇ ਵਰਗੇ ਜਿਹੜਾ ਯਾਰ ਇਹਨਾਂ ਨੂੰ ਸਰਦਾ ਹੀ ਨਹੀਂ ਯਾਰ ਮੈਂ ਨਿਤ ਪ੍ਰੇਰ ਹੁੰਦੀ ਦੇਖਦਾ ਮੈਂ ਨਿਤ ਫੁੱਟਬਾਲ ਖੇਡਦੇ ਦੇਖਦਾ ਬੱਚੇ ਨੂੰ ਮਿੱਥ ਕੁਝ ਨਹੀਂ ਹੋ ਸਕਿਆ ਮੈਂ ਬਿਰਬਰ ਹੈਗਾ ਨਾ ਕੀਤਾ ਚ ਮੈਂ ਨਿਤ ਮੇਰਾ ਉਹ ਬੱਚੇਸ ਪਾਰਟਿਸਿਪੇਟ ਕਰਦੇ ਭੰਗੜਾ ਪਾਉਂਦੇ ਨੱਚਦੇ ਸਟੇਜ ਤੇ ਬਾਲ ਸਭਾ ਚ ਕੋਈ ਕਰਦੇ ਮੈਨੂੰ ਕਿਤੇ ਵੀ ਸ਼ਾਂਤ ਕਹਿੰਦਾ ਨਹੀਂ ਤੂੰ ਬਹਿ ਜਾ ਤੂੰ ਰਹਿਂਦੀ ਸਕੂਲ ਟਾਈਮ ਦੇ ਵਿੱਚ ਮੈਨੂੰ ਯਾਦ ਆ ਮੈਂ ਪ੍ਰੇਅਰ ਦੇ ਵਿੱਚ ਖੜ ਗਿਆ ਜਦੋਂ ਸਾਵਧਾਨ ਵਿਸ਼ਰਮ ਉਹ ਮੈਂ ਕਰੋੜੀ ਨਾ ਕੀਤਾ ਸਾਰੇ ਜਵਾਗਾ ਹੱਸ ਪਏ ਤੇ ਮਾਸਟਰ ਮੈਨੂੰ ਕਹੇ ਤੂੰ ਨਾ ਆਇਆ ਕਰ ਉਸ ਟਾਈਮ ਮੇਰੀ ਮਾਂ ਮੈਨੂੰ ਮੇਲੇ ਤੇ ਲੈ ਕੇ ਗਈ ਅੱਛਾ ਮੇਰੇ ਭੈਣ ਭਰਾ ਦੇ ਇਹਨਾਂ ਨੂੰ ਇਹਨੂੰ ਕੀ ਕਰਾਉਣਾ ਆਂਦਾ ਜਦੋਂ ਤਕਦੀਰਾਂ ਰੁੱਸ ਜਾਣ ਕਿਸੇ ਤੇ ਦੋਸ਼ ਕਰ ਜਦੋਂ ਆਪਣੇ ਛੱਡ ਜਾਣ ਕਿਸੇ ਤੇ ਰੋਸ ਕਰ ਉਹਨਾਂ ਦੇ ਤਾਂ ਇੱਕ ਕਹਿਣ ਨਾਲ ਸਰ ਗਿਆ ਇਹ ਤਾਂ ਕੀ ਕਰਾਉਣਾ ਪਰਮੇਂਦਰ ਮੈਨੂੰ ਉਹ ਬਚਪਨ ਤੋਂ ਜਿਹੜੀ ਹੀਣ ਭਾਵਨਾ ਪੈਦਾ ਹੋਈ ਨਾ ਮੈਂ ਪੜ ਸਕਿਆ ਚੱਜਣਾ ਤੇ ਨਾ ਮੈਂ ਜਾ ਸਕਿਆ ਇਹ ਕਈ ਲੋਕ ਇੱਥੇ ਮੈਂ ਤੁਹਾਡੇ ਬਹਿ ਕੇ ਕਹਿ ਦਿਆਂ ਵੀ ਮੇਰੀ ਬਹੁਤ ਇੱਜ਼ਤ ਹੈ ਪਲਾਂ ਕਰਦੇ ਆ ਕੋਈ ਬਈ ਇੱਛੇ ਇੱਜ਼ਤ ਨਹੀਂ ਕਰਦਾ ਮਤਲਬ ਦੇ ਰਿਸ਼ਤੇ ਜੇ ਤੁਹਾਡੇ ਕੋਲੇ ਪੈਸਾ ਨਾ ਹੂੰ ਤਾਂ ਸਾਰੇ ਨੇ ਤੁਹਾਡੇ ਜੇ ਤੁਹਾਡੇ ਕੋਲੇ ਪੈਸਾ ਨਹੀਂ ਵੀਰੇ ਕੋਈ ਨਹੀਂ ਤੁਹਾਡਾ ਇੱਥੇ ਦੁਨੀਆ 'ਚ ਅਸੀਂ ਦਫ਼ਤਰਾਂ 'ਚ ਜਾਣਾ ਸਾਨੂੰ ਬੰਦੇ ਆ ਮਿਲਦੇ ਆ ਜਿਵੇਂ ਪਤਾ ਨਹੀਂ ਕੀ ਗੁਨਾਹਗਾਰ ਹੋਈਏ ਸਹੀ ਗੱਲ ਹੈ ਉਹ ਦਫ਼ਤਰਾਂ ਦੇ ਜਿਹੜੇ ਅਫਸਰ ਤਾਂ ਵਧੀਆ ਮਿਲਦੇ ਆ ਜਿਹੜੇ ਆਫਸਰ ਆਫ ਜਿਹੜੇ ਬਾਬੂ ਨਾ ਥੱਲੇੜੇ ਵਾਲੇ ਜਿਹੜੇ ਵਾਜਾ ਮਾਰਨ ਵਾਲੇ ਉਹੀ ਨਹੀਂ ਪੈਰ ਲਗੜਨ ਦਿੰਦੇ ਉੱਥੇ ਤੇ ਜਾਂਦੀ ਹੋਈ ਮੇਰੀ ਮਾਂ 2 ਵਜੇ ਰਾਤ ਨੂੰ ਮੇਰੇ ਪਿਓ ਨੂੰ ਕਹਿੰਦੀ ਐ ਲਛਮਣ ਦਾ ਖਿਆਲ ਰੱਖਣਾ ਅੱਜ ਮੈਂ ਸੋਚਦਾ ਵੀ ਲਛਮਣ ਤਾਂ ਰੋਲੀ ਗਿਆ ਤੇ ਮੈਂ ਮਰੇ ਪਿਓ ਦਾ ਧੰਨਵਾਦ ਕਰਨਾ ਚਾਹਾਂਗਾ ਜੀਨੇ ਸਾਨੂੰ ਦੋਨਾਂ ਨੂੰ ਸੰਭਾਲਿਆ ਮੇਰੀ ਮਾਂ ਦੀ ਦਵਾਈ ਵੀ ਲਿਆਉਣੀ ਤੇ ਮੈਨੂੰ ਵੀ ਲੈ ਕੇ ਜਾਣਾ ਮੇਰੀ ਉਹ ਇੱਕ ਸੀਰੀ ਬੰਦਾ ਮਜ਼ਦੂਰ ਬੰਦਾ ਸੀ ਸੀਰੀ ਸੀ ਸੀਰੀ ਸਾਂਜੀ ਮੈਂ ਮੈਂ ਕਿਰਤੀ ਪਰਿਵਾਰ ਚ ਆਉਣਾ ਸੀ ਉਹਨਾਂ ਨੇ ਏ ਸਰਵਾਈਵ ਕੀਤਾ ਪਤਾ ਨਹੀਂ ਕਿਵੇਂ ਕੀਤਾ ਫਿਰ ਤਿੰਨ ਭੈਣਾਂ ਦੇ ਵਿਆਹ ਵੀ ਕੀਤੇ ਇਹ ਤਾਂ ਜਦੋਂ ਅਸੀਂ ਮਹਿਫਲ ਜੋ ਉੱਠਦੇ ਨਾ ਹੂੰ ਤੇ ਪਿੱਛੋਂ ਸੁਣਨ ਵਾਲੀਆਂ ਗੱਲਾਂ ਹੁੰਦੀਆਂ ਮੈਂ ਸਾਲਾ ਲੰਗੜਾ ਜਿਹਾ ਭੌਂਕਦਾ ਫਿਰਦਾ ਯਾਰ ਹੂੰ ਇਹ ਸਾਲੇ ਐਵੇਂ ਰਗਬੱਦ ਹੁੰਦੀ ਇਹਨਾਂ ਚ ਹੂੰ ਇਹ ਐ ਨਹੀਂ ਕਰ ਇਹ ਗੱਲਾਂ ਮਾਰ ਗਏ ਯਾਰ ਮਨਾ ਨਹੀਂ ਲੈਣਾ ਚਾਹੁੰਦਾ ਬੰਦੇ ਦਾ ਇੱਕ ਦਿਨ ਰੋਪਿਆ ਮੇਰੇ ਕੋਲੇ ਮੇਰਾ ਹੈਂਡੀਕੈਪਟ ਭਰਾ ਅੱਛਾ ਮੈਨੂੰ ਉਹਦਾ ਯਾਰ ਮੈਨੂੰ ਕਿਤੇ ਛੱਡਿਆ ਕਿਤੇ ਡੇਰੇ ਛੱਡਿਆ ਮੈਨੂੰ ਮਾਤਰ ਕਿੱਥੇ ਛੱਡ ਗਿਆ ਮੈਂ ਯਾਰ ਮੈਂ ਬਹੁਤ ਭੁਗਾਈ ਕਰ ਲਈ ਐ ਮੇਪੋਤ ਹਮੇ ਗਾਲ ਗਏ ਮੈਂ ਅੱਧਾ ਪੰਜਾਬ ਗਾਲਿਆ ਅੱਧਾ ਇੰਡੀਆ ਗਾਲਿਆ ਮਾ ਕਿਤੇ ਢੋਈ ਨਹੀਂ ਮਿੱਤਰਾ ਇਹ ਤਾਂ ਜਿਹੜੀਆਂ ਲਿਖੀਆਂ ਨੇ ਹੁਣ ਭੁਗਤਣੀਆਂ ਪੈਣੀਆਂ ਲੋਕਵਾਈ ਟੀਵੀ ਦੇ ਪੋਡਕਾਸਟ ਨਾਲ ਤੁਸੀਂ ਜੁੜੇ ਹੋ ਮੈਂ ਮਨਿੰਦਰ ਜੀ ਸਿੱਧੂ ਸਾਡੇ ਪੋਡਕਾਸਟ ਦਾ ਮਕਸਦ ਹੁੰਦਾ ਕਿ ਅਸੀਂ ਉਹਨਾਂ ਲੋਕਾਂ ਦੀ ਗੱਲ ਕਰ ਸਕੀਏ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆ ਸਕੀਏ ਜਿਹੜਿਆਂ ਦੀ ਸਮਾਜ 'ਚ ਬਹੁਤ ਦੇਣ ਹੁੰਦੀ ਹੈ ਪਰ ਕਿਤੇ ਨਾ ਕਿਤੇ ਉਹ ਅੱਖੋਂ ਪਰੋਖੇ ਕੀਤੇ ਗਏ ਹੁੰਦੇ ਆ ਅਸੀਂ ਹਰ ਵਰਗ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿਰਤ ਨਾਲ ਜੁੜਿਆ ਹੁੰਦਾ ਅੱਜ ਸਾਡੇ ਇਸ ਪੋਡਕਾਸਟ ਦੇ ਵਿੱਚ ਭਾਈ ਲక్ష్మణ ਸਿੰਘ ਜੀ ਦਸ਼ਮਨ ਸਿੰਘ ਉਰਫ ਫਤਿਹ ਫਤਿਹ ਦੇ ਨਾਮ ਨਾਲ ਉਹ ਇਹਨਾਂ ਨੂੰ ਜਾਣਦੇ ਨੇ ਭੰਗਚੜੀ ਪਿੰਡ ਹੈ ਇਹਨਾਂ ਦਾ ਸਰੀਰਕ ਪੱਖੋਂ ਇਹਨਾਂ ਨੂੰ ਸਪੈਸ਼ਲ ਯਾਨੀ ਕਿ ਜਿਹੜਾ ਅੱਜ ਕੱਲ ਵਾਰਡ ਚੱਲਦਾ ਉਹ ਸਪੈਸ਼ਲ ਚਾਈਲਡ ਜਾਂ ਜਿਹੜਾ ਅਸੀਂ ਪਹਿਲਾਂ ਕਹਿ ਦਿੰਦੇ ਆ ਅੰਗਹੀਨ ਨੇ 22 ਸਾਡੇ ਕੋਲੇ ਚੱਲ ਕੇ ਆਏ ਨੇ ਪਹਿਲਾਂ ਤਾਂ ਬਾਈ ਦਾ ਧੰਨਵਾਦ ਕਰਦੇ ਆ ਇਨੀ ਠੜ ਦੇ ਵਿੱਚ ਉਹ ਮਤਲਬ ਇੱਥੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ ਬਾਈ ਨਾਲ ਗੱਲਬਾਤ ਕਰਾਂਗੇ ਜਿਹੜੇ ਅੰਗਹੀਨਾਂ ਦੀ ਜ਼ਿੰਦਗੀ ਤੇ ਉੱਤੇ ਕਿ ਕਿਵੇਂ ਜਨਮ ਤੋਂ ਲੈ ਕੇ ਤੇ ਜਿਵੇਂ ਜਿਵੇਂ ਜਵਾਨ ਹੁੰਦੇ ਆ ਕੀ ਕੀ ਸਮੱਸਿਆਵਾਂ ਆਉਂਦੀਆਂ ਕਿਸ ਤਰੀਕੇ ਨਾਲ ਜੀਵਨ ਬਤੀਤ ਕਰਦੇ ਆ ਕਿਸ ਤਰੀਕੇ ਨਾਲ ਕਿਸ ਨਜ਼ਰੀਏ ਨਾਲ ਸਮਾਜ ਉਹਨਾਂ ਨੂੰ ਦੇਖਦਾ ਇਹ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਦੇ ਆ ਬਾਈ ਜੀ ਨਾਲ ਪਹਿਲਾਂ ਸਵਾਗਤ ਕਰ ਲਈ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਲੋਕ ਆਵਾਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਟੀਮ ਦਾ ਸੋ ਜੋ ਵੀ ਸਰੋਤੇ ਲੋਕ ਆਵਾਜ਼ ਟੀਵੀ ਨੂੰ ਦੇਖ ਰਿਹਾ ਸਾਰਿਆਂ ਦਾ ਤੈਦ ਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸलाम ਅਦਾਬ ਨਮਸਤੇ ਜ਼ਿੰਦਗੀ ਜਿੰਦਾਬਾਦ ਬਾਈ ਜੀ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਦਾ ਤੁਸੀਂ ਹੁਣ ਕੰਮ ਕੀ ਕਰਦੇ ਹੋ ਕੰਮ ਬਾਈ ਜੀ ਮੈਂ ਗਰੰਥੀ ਸਿੰਘ ਹਾਂ ਠੀਕ ਹੈ ਹਾਂ ਜੀ ਤੇ ਕੁਝ ਟਾਈਮ ਤੋਂ ਮੈਂ ਇਸ ਫੀਲਡ ਨਾਲੋਂ ਮੇਰੇ ਆਪਰੇਸ਼ਨ ਹੋਣ ਦੀ وجہ ਦੇ ਨਾਲ ਤੋਂ ਆਪਰੇਸ਼ਨ ਹੋਏ ਆ ਇੱਕ ਤਾਂ ਮੇਰਾ ਪਿੱਤੇ ਦਾ ਆਪਰੇਸ਼ਨ ਹੋਇਆ ਸੀ ਇੱਕ ਹਨੀਆਂ ਦਾ ਆਪਰੇਸ਼ਨ ਹੋਇਆ ਉਹਦੇ ਨਾਲ ਥੋੜੀ ਪ੍ਰੋਬਲਮ ਚੱਲਦੀ ਹੈ ਬੈਠਣਾ ਥੋੜਾ ਜਿਆ ਔਖਾ ਹੋ ਜਾਂਦਾ ਹੈ ਮਤਲਬ ਜਿੱਦਾਂ 2 ਘੰਟਿਆਂ ਦੀ ਰੋਲ ਹੁੰਦੀ ਹੈ ਨਾ ਜੀ ਬਈ ਤੇ ਉੱਥੇ ਵਿੱਚ ਮਨ ਮਤਲਬ ਅਜਾਜ਼ ਹਾਜਤ ਹੋ ਜਾਂਦੀ ਪਸ਼ਾਬ ਦੀ ਤੋਂ ਥੋੜਾ ਤਕਲੀਫ ਹੁੰਦੀ ਐ ਇਸ ਚੀਜ਼ ਦੀ ਤੇ ਉਹਨ ਮੈਂ ਫਿਰ ਡਾਵਾ ਡੋਲ ਸੀ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਤੇ ਵਿੱਚ ਮੈਂ ਫਿਰ ਕੁਲਚਿਆਂ ਦਾ ਕੰਮ ਵੀ ਕਰ ਲੈਣਾ ਅੱਛਾ ਜੀ ਹਾਂਜੀ ਕੁਲਚਿਆਂ ਦਾ ਕੰਮ ਵੀ ਕੀਤਾ ਪਰ ਗੱਲ ਉੱਥੇ ਆਉਂਦੀ ਐ ਵੀ ਜਿਹੜਾ ਅੰਗਹੀਨ ਬੰਦਾ ਨਾ ਉਹਦੇ ਲਈ ਸਰਕਾਰੀ ਨੌਕਰੀ ਤੋਂ ਬਿਨਾ ਹੋਰ ਕੋਈ ਕੰਮ ਸਹੀ ਨਹੀਂ ਐ ਕਿਉਂਕਿ ਦੇਖੋ ਅੰਗਾ ਪੈਰਾਂ ਦੀ ਘਾਟ ਐ ਜਿਹੜੀ ਇਹ ਬਹੁਤ ਵੱਡੀ ਘਾਟ ਹੈ ਇੱਕ ਇਨਸਾਨ ਨੂੰ ਤੁਸੀਂ ਇੱਕ ਦਿਨ ਵੀ ਪੈਰ ਤੇ ਸੱਟ ਵੱਜੇ ਨਾ ਉਹਨੂੰ ਤੁਰਨਾ ਔਖਾ ਹੋ ਜਾਂਦਾ ਹੈ ਜੀ ਬਿਲਕੁਲ ਤੇ ਉਹਨੂੰ ਪਾਣੀ ਦਾ ਗਲਾਸ ਚੱਕਣਾ ਵੀ ਔਖਾ ਹੋ ਜਾਂਦਾ ਹੈ ਤੇ ਪੂਰੀ ਜ਼ਿੰਦਗੀ ਇਸ ਚੀਜ਼ ਨੂੰ ਲੈ ਕੇ ਤੁਰਨਾ ਫਿਰ ਸਰਵਾਈਵ ਕਰਨਾ ਬਹੁਤ ਹੀ ਜ਼ਿਆਦਾ ਔਖਾ ਉਹ ਵੀ ਸਾਡੇ ਅਜਿਹੇ ਸਮਾਜ 'ਚ ਜਿੱਥੇ ਸਾਨੂੰ ਬੋਝ ਸਮਝਿਆ ਜਾਂਦਾ ਹੈ ਜਿੱਥੇ ਸਾਨੂੰ ਕੋਈ ਸ਼ਰਾਬ ਸਮਝਿਆ ਜਾਂਦਾ ਹੈ ਅਪਸ਼ਗਨ ਮੰਨਿਆ ਜਾਂਦਾ ਹੈ ਪਰਿਵਾਰ ਦੇ ਵਿੱਚ ਹਾਂਜੀ ਤੇ ਉਹ ਗੁਜਰਬਸਰ ਲਈ ਮੈਂ ਕੁਝ ਸਮੇਂ ਤੋਂ ਮੇਰੇ ਨਾਲ ਐਨ ਆਰ ਆਈ ਵੀਰ ਜੁੜੇ ਹੋਏ ਸੋ ਉਹਨਾਂ ਰਾਹੀਂ ਮੇਰਾ ਗੁਜਰਬਸਰ ਹੋ ਰਿਹਾ ਸਹਿਯੋਗ ਦਿੰਦੇ ਆ ਸਹਿਯੋਗ ਦੇ ਰਹੇ ਆ ਮੇਰਾ ਘਰ ਵੀ ਭਾਗੇ ਦਿੱਤਾ ਉਹਨਾਂ ਨੇ ਠੀਕ ਹੈ ਤੇ ਮੈਨੂੰ ਬਾਈਕ ਵੀ ਬਣਾ ਕੇ ਦਿੱਤੀ ਆਉਣ ਜਾਣ ਲਈ ਠੀਕ ਹੈ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਹਿਯੋਗ ਕੀਤਾ ਭਾਈ ਜਦੋਂ ਮਤਲਬ ਇਹ ਪ੍ਰੋਬਲਮ ਕਿਵੇਂ ਆਈ ਤੁਹਾਨੂੰ ਪ੍ਰੋਬਲਮ ਜੀ ਘਰਦਿਆਂ ਦੇ ਦੱਸਣ ਮੁਤਾਬਕ ਮੈਨੂੰ ਬੁਖਾਰ ਚੜਿਆ ਸੀ ਠੀਕ ਹੈ ਬੁਖਾਰ ਦੇ ਵਿੱਚ ਉਲਟੀ ਆਈ ਉਸ ਟਾਈਮ ਨੇ ਇੱਕ ਵਾਇਰਸ ਸੀ ਪੋਲੀਓ ਦਾ ਅੱਛਾ ਜਿੱਦਾਂ ਕਰੋਨਾ ਵਾਇਰਸ ਆਇਆ ਇੱਕ ਇਹ ਇੱਕ ਵਾਇਰਸ ਸੀ ਉਹ ਵਾਇਰਸ ਜਿਹੜਾ ਬੁਖਾਰ ਚੜਦਾ ਸੀ ਬੰਦੇ ਨੂੰ ਬੁਖਾਰ ਚੜਨ ਦੇ ਨਾਲ ਉਹ ਬੰਦੇ ਦੀ ਅੱਖ ਤੇ ਮਾਰ ਕਰਦਾ ਸੀ ਲੱਤ ਤੇ ਮਾਰ ਕਰਦਾ ਸੀ ਉਹ ਮੌਤ ਵੀ ਹੋ ਜਾਂਦੀ ਸੀ ਉਹ ਦਿਨ ਤੇ ਉਹ ਜਦੋਂ ਮੈਨੂੰ ਉਲਟੀ ਆਈ ਤੇ ਨਮਾਤਾ ਟੀਕੇ ਲੱਗੇ ਸੀ ਮੇਰੇ ਦੋ ਤੇ ਉਹ ਨਮਾਉਣ ਦੇ ਨਾਲ वैसे ਨਮਾਉਣ ਦੇ ਨਾਲ ਤਾਂ ਕੁਝ ਹੁੰਦਾਗਾ ਪਰ ਮੈਨੂੰ ਲੱਗਦਾ ਵੀ ਉਹ ਪੋਲੀਓ ਦਾ ਸ਼ਿਕਾਰ ਹੋ ਗਿਆ ਮੈਂ ਉਸ ਟਾਈਮ ਉਦੋਂ ਪੋਲੀਓ ਤਾਂ ਪੋਲੀਓ ਪੋਲੀਓ ਨਾਂ ਦਾ ਵਾਇਰਸ ਸੀਗਾ ਦੋਨੇ ਲੱਤਾਂ ਦਾ ਅਸਰ ਕਰ ਗਿਆ ਆ ਹਾਂਜੀ 75% ਕਰ ਗਿਆ ਮੇਰੀ ਇਹ ਲੱਤ ਵੀ ਜਿਹੜੀ ਦੂਜੀ ਹੈ ਇਹ ਮਤਲਬ ਤੁਰਨ ਲਈ ਕੰਮ ਆਉਂਦੀ ਹੈ ਉਹ ਉਦਾਂ ਪਏ ਤੋਂ ਜਿਵੇਂ ਆਪਾਂ ਚੱਕ ਲੈਨੇ ਚੱਕੀ ਨਹੀਂ ਜਾਂਦੀ ਤੇ ਮੇਰੀਆਂ ਉਂਗਲਾਂ ਵੀ ਉਸ ਤਰ੍ਹਾਂ ਨਹੀਂ ਕੰਮ ਕਰਦੀ ਮਤਲਬ ਵੱਡੇ ਪੱਧਰ ਤੇ ਸਰੀਰ ਦੇ ਉੱਤੇ ਹਮਲਾ ਕੀਤਾ ਹਮਲਾ ਕੀਤਾ ਜੀ ਹਾਂਜੀ ਠੀਕ ਹੈ ਜੀ ਤੇ ਭਾਈ ਇਹ ਕਿੰਨੀ ਉਮਰ ਦੇ ਵਿੱਚ ਤੁਹਾਡੇ ਘਰ ਦੇ ਕਹਿੰਦੇ ਕਦੋਂ ਹੋ ਗਿਆ ਸੀ ਇਹ ਮੈਂ ਉਦੋਂ 3-4 ਸਾਲ ਦਾ ਸੀ 3-4 ਸਾਲ ਛੋਟੇ ਸੀਗੇ ਮਾਂ ਦੱਸਦੀ ਹੁੰਦੀ ਸੀ ਮੇਰੀ ਹੂੰ ਤੇ ਉਦੋਂ ਬਾਕੀ ਭੈਣ ਭਰਾਵਾਂ ਤੋਂ ਪਤਾ ਲੱਗਿਆ ਵੀ 3 ਸਾਲ ਦਾ ਸੀ ਮੈਂ ਤਰੇ ਅਪਤੰਦ ਸੀ ਜਦੋਂ ਫਿਰ ਇਹੋ ਜੇ ਹਾਲਤ ਹੋ ਜਾਂਦੀ ਹੈ ਫਿਰ ਮਤਲਬ ਬਚਪਨ ਤੋਂ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਸਮੱਸਿਆਵਾਂ ਤਾਂ ਪੂਤੜਿਆਂ ਦੇ ਨਾਲ ਹੀ ਪੈਦਾ ਹੁੰਦੀਆਂ ਜੀ ਇੱਕ ਗਰੀਬ ਹੋ ਜਾਣਾ ਦੂਜਾ ਅੰਗ ਹੀਨ ਹੋ ਜਾਣਾ ਇਹ ਬਹੁਤ ਦੁਖਦਾਇਕ ਗੱਲ ਹੈ ਜੀ ਕਿਉਂਕਿ ਦੁੱਖ ਨਾਲ ਕਹਿਣਾ ਪੈਂਦਾ ਵੀ ਨਾਲ ਦੇ ਜੰਮੇ ਭੈਣ ਭਰਾ ਵੀ ਇੱਕ ਬੋਝ ਆ ਸਮਝਣ ਲੱਗ ਪੈਂਦੇ ਆ। ਮਾਂ ਤੇ ਪਿਓ ਨਾਲ ਹੀ ਜ਼ਿੰਦਗੀ ਹੁੰਦੀ ਆ ਅੰਗੀਆਂ ਦੀ। ਜ਼ਿਆਦਾਤਰ ਮਾਂ ਨਾਲ ਹੁੰਦੀ ਆ। ਮੈਂ ਦੇਖਿਆ ਵੀ ਆ ਹੁਣ ਮਾਗੀ ਦਾ ਮੇਲਾ ਆ ਰਿਹਾ ਸਾਡੇ ਕੱਲ ਨੂੰ। 40 ਮੁਕਤਿਆਂ ਦੀ ਯਾਦ ਚ। ਤੇ ਉਸ ਟਾਈਮ ਮੇਰੀ ਮਾਂ ਮੈਨੂੰ ਮੇਲੇ ਤੇ ਲੈ ਕੇ ਗਈ। ਅੱਛਾ। ਮੇਰੇ ਭੈਣ ਭਰਾ ਦੇ ਇਹਨਾਂ ਨੂੰ ਇਹਨੂੰ ਕੀ ਕਰਾਉਣਾ? ਮੇਰੀ ਮਾਂ ਦੀ ਨਹੀਂ ਇਹ ਵੀ ਨਾਲ ਜਾਊਗਾ। ਉਹ ਮੈਂ ਮਿਸ ਮਹਿਸੂਸ ਕਰ ਸਕਦਾ ਉਹ ਦਰਦ ਨੂੰ ਵੀ ਕਿੰਨਾ ਦਰਦ ਹੋਊਗਾ ਉਹਨਾਂ ਦੇ ਤਾਂ ਇੱਕ ਕਹਿਣ ਨਾਲ ਸੜ ਗਿਆ ਇਹ ਤਾਂ ਕੀ ਕਰਨਾ ਪਰ ਮੈਨੂੰ ਉਹ ਬਚਪਨ ਤੋਂ ਜਿਹੜੀ ਹੀਣ ਭਾਵਨਾ ਪੈਦਾ ਹੋਈ ਨਾ ਮੈਂ ਪੜ ਸਕਿਆ ਚੱਜਣਾ ਤੇ ਨਾ ਮੈਂ ਜਾਉ ਸਕਿਆ ਗੱਲਾਂ ਸਾਰੀਆਂ ਸੜ ਗਈਆਂ ਇਹ ਮੇਰਾ ਨਹੀਂ ਇਹ ਸਾਰੇ ਹੈਂਡੀਕੈਪਟਾਂ ਲਈ ਮੈਂ ਤਾਂ ਚਲੋ ਇੱਥੇ ਪਹੁੰਚ ਗਿਆ ਪਰ ਬਹੁਤ ਸਾਰੇ ਹੈਂਡੀਕੈਪਟਰ ਯਾਨੀ ਜ਼ਲਤ ਦੀ ਜ਼ਿੰਦਗੀ ਜਿਉਂਦੇ ਆ ਮੈਂ ਕਹਿੰਦਾ ਕੁੱਤਾ ਵੀ ਉਸ ਤੋਂ ਵਧੀਆ ਜ਼ਿੰਦਗੀ ਜਿਉਂਦਾ ਸਾਡੇ ਨਾਲੋਂ ਇੱਕ ਕੁੱਤਾ ਨਾ ਅਵਾਰਾ ਕੁੱਤਾ ਵੀ ਵਧੀਆ ਜ਼ਿੰਦਗੀ ਜਿਉਂਦਾ ਸਾਡੇ ਨਾਲੋਂ ਅਸੀਂ ਤਾਂ ਉਸ ਤੋਂ ਵੀ ਮਾੜੀ ਜ਼ਿੰਦਗੀ ਜਿਉਂਨੇ ਕੀ ਆਖਣਾ ਹੈ ਜੇ ਖੁਸ਼ ਰਹਿਣੇ ਆ ਤੇ ਜਦੋਂ ਬਈ ਆਪ ਦੀ ਸੋਰਸ ਨਾ ਹੋਵੇ ਸਰਕਾਰਾਂ ਨੂੰ ਦਾ ਫਰਜ਼ ਹੁੰਦਾ ਸਾਨੂੰ ਸਾਹਮਣਾ ਬਜ਼ੁਰਗਾਂ ਨੂੰ ਤੇ ਹੈਂਡੀਕੈਪਡ ਹੈ ਨਾ ਸਦੋਸ਼ ਕੀਤੇ ਦਿੱਤੀ ਹੈ ਤ੍ਰਸ਼ਕੀਤ ਹੈ ਨਾ ਅੰਦਾ ਜਦੋਂ ਤਕਦੀਰਾਂ ਰੁੱਸ ਜਾਣ ਕਿਸੇ ਤੇ ਦੋਸ਼ ਕਰਾਉਂ ਜੇ ਤੂੰ ਆਪਣੇ ਛੱਡ ਜਾਣ ਕਿਸੇ ਤੇ ਰੋਸ ਕਰ ਸਹੀ ਗੱਲ ਹੈ ਨਾ ਜੇ ਤੂੰ ਆਪਣੀ ਛੱਡ ਜਾਂਦੇ ਆ ਫਿਰ ਬਗਾਨਿਆਂ ਤੇ ਰੋਸ ਤਾਂ ਚੰਗੇ ਨਹੀਂ ਹੁੰਦੇ ਚੰਗੇ ਤੇ ਜ਼ਿੰਦਗੀ ਜਿਹੜੀ ਹੈ ਹੈਂਡੀਕੈਪਟ ਦੀ ਉਹ ਬਹੁਤ ਬਚਪਨ ਜਿਹੜਾ ਬਹੁਤ ਜ਼ਿਆਦਾ ਦੁਖਦਾਇਕ ਹੁੰਦਾ ਤੇ ਜਵਾਨੀ ਉਦੋਂ ਵੀ ਜ਼ਿਆਦਾ ਦੁਖਦਾਇਕ ਹੁੰਦੀ ਤੇ ਬੁਢਾਪਾ ਤਾਂ ਨਰਕ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਹੈਂਡੀਕੈਪਟ ਹੈਂਡੀਕੈਪਟ ਬੁਢਾਪਾ ਤਾਂ ਵੈਸੇ ਵੀ ਅੱਜ ਦੇ ਸਮਾਜ ਦੇ ਜਿਸ ਦੌਰ ਚੱਲ ਰਿਹਾ ਸਹੀ ਬੰਦਿਆਂ ਦਾ ਵੀ ਸਹੀ ਨਹੀਂ ਹੂੰ ਕਿ ਸਾਡੇ ਵਰਗਿਆਂ ਨੂੰ ਤੱਕੀਨੇ ਪੁੱਛਣਾ ਹੀ ਕੀਨੇ ਪੁੱਛਿਆ ਇਹ ਸਕੂਲ ਬਈ ਸਕੂਲ ਗਏ ਤੁਸੀਂ ਹਾਂਜੀ ਮੈਂ ਕਿੰਨਾ ਪੜਿਆ ਹਾਂ ਪਲੱਸ 2 ਕੀਤੀ ਹੈ ਜੀ ਫਿਰ ਵੀ ਤਗੜੇ ਰਹੇ ਤੁਸੀਂ ਇਹਦੇ ਵਿੱਚ ਵੀ ਬੜੀ ਲੰਬੀ ਕਹਾਣੀ ਹੈ ਅੱਛਾ ਦੱਸੋ ਇਹਦੇ ਵਿੱਚ ਮੇਰੀ ਮਦਰ ਨੂੰ ਟੀਵੀ ਹੋ ਗਈ ਸੀ ਓਹੋ ਇੱਕ ਸਾਲ ਵਿਆਹ ਤੋਂ ਬਾਅਦ ਉਹਨਾਂ ਨੂੰ ਟੀਵੀ ਹੋ ਗਈ ਤੇ ਅਸੀਂ ਸੱਤ ਭੈਣ ਭਰਾ ਹੋਏ ਓਕੇ ਜੀ ਇੱਕ ਬਿਮਾਰ ਮਾਂ ਦੇ ਪੇਟੋਂ ਕਿੰਨਾ ਕੁ ਵਿਕਸਿਤ ਬੱਚਾ ਪੈਦਾ ਹੋ ਸਕਦਾ ਦਿਮਾਗੀ ਤੌਰ ਤੇ ਵਿਕਸਿਤ ਬੱਚਾ ਨਹੀਂ ਪੈਦਾ ਹੋ ਸਕਦਾ ਡਾਕਟਰ ਨੇ ਕਿਹਾ ਸੀ ਵੀ ਤੁਸੀਂ ਮਤਲਬ ਦੋ ਬੱਚੇ ਲੈ ਸਕਦੇ ਹੋ ਉਹ ਦੋ ਗੁਜਰ ਗਏ ਵੱਡੇ ਪੇੜ ਭੈਣ ਭਰਾ ਠੀਕ ਹੈ ਉਸ ਤੋਂ ਬਾਅਦ ਅਸੀਂ ਪੰਜ ਭੈਣ ਭਰਾ ਹੋਏ ਦੋ ਪੈਣਾ ਤੋਂ ਬਾਅਦ ਮੈਂ ਹੋਇਆ ਅਸੀਂ ਜੋੜੇ ਪੈਦਾ ਹੋਏ ਇੱਕ ਮੇਰਾ ਨਾਮ ਹੈ ਮੇਰੀ ਭੈਣ ਅੱਛਾ ਇੱਕ ਭੈਣ ਤੇ ਇੱਕ ਪੁੱਤ ਹੁਣ ਤੁਸੀਂ ਦੇਖ ਲਓ ਵੀ ਡਾਕਟਰ ਨੇ ਕਿਹਾ ਸੀ ਬੱਚਾ ਸਹੀ ਤੌਰ ਤੇ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਹੋ ਸਕਦਾ ਹੂੰ ਵੀ ਇਹਦਾ ਦਿਮਾਗ ਦਾ ਜਿਹੜਾ ਤਵੱਜਨ ਹੈ ਸਹੀ ਨਹੀਂ ਰਹੂਗਾ ਹੂੰ ਉਹ ਮੈਂ ਉਹ ਪੈਦਾ ਹੋਏ ਅਸੀਂ ਤੇ ਉਸ ਤੋਂ ਬਾਅਦ ਮੇਰਾ ਛੋਟਾ ਭਰਾ ਪੈਦਾ ਹੋਇਆ ਇੱਕ ਘਰ ਚ ਗਰੀਬੀ ਇੱਕ ਬਿਮਾਰ ਮਾਂ ਦੇ ਪੇਟੋਂ ਉਹ ਪੰਜ ਦਾ ਪਾਲਣ ਪੋਸ਼ਣ ਹੈ ਜਿਹੜਾ ਬਚਪਨ ਤੋਂ ਸਹੀ ਨਹੀਂ ਹੋ ਸਕਿਆ ਹੂੰ ਤੇ ਉਸ ਤੋਂ ਬਾਅਦ ਫਿਰ ਹੌਲੀ 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 ਜਦੋਂ ਮੈਂ ਮੈਨੂੰ ਇਹ ਬਿਮਾਰੀ ਨੇ ਪਕੜ ਲਿਆ ਤੇ ਮੈਂ ਮਰੇ ਪਿਓ ਦਾ ਧੰਨਵਾਦ ਕਰਨਾ ਚਾਹਾਂਗਾ ਜਿਨੇ ਸਾਨੂੰ ਦੋਨਾਂ ਨੂੰ ਸੰਭਾਲਿਆ ਮੇਰੀ ਮਾਂ ਦੀ ਦਵਾਈ ਵੀ ਲਿਆਉਣੀ ਤੇ ਮੈਨੂੰ ਵੀ ਲੈ ਕੇ ਜਾਣਾ ਮੇਰੀ ਉਹ ਇੱਕ ਸੇਰੀ ਬੰਦਾ ਮਜ਼ਦੂਰ ਬੰਦਾ ਸੀ ਸੇਰੀ ਸੀ ਸੀਜੀ ਸਾਹ ਜੀ ਮੈਂ ਕਿਰਤੀ ਪਰਿਵਾਰ ਚੋਂ ਆਣਾ ਹਾਂ ਜੀ ਕਿਰਤੀ ਪਰਿਵਾਰ ਚ ਹਾਂ ਜੀ ਤੇ ਉਹਨਾਂ ਨੇ ਇਹ ਸਰਵਾਈਵ ਕੀਤਾ ਪਤਾ ਨਹੀਂ ਕਿਵੇਂ ਕੀਤਾ ਫਿਰ ਤਿੰਨ ਭੈਣਾਂ ਦੇ ਵਿਆਹ ਵੀ ਕੀਤੇ ਤੇ ਮੈਂ ਦਾਦ ਦਿੰਨਾ ਮੇਰੇ ਪਿਓ ਨੂੰ ਮੈਂ 25 ਸਾਲ ਟੀਵੀ ਦੇ ਮਰੀਜ਼ ਨੂੰ ਵਜਾ ਕੇ ਰੱਖਣਾ ਅੰਤ ਨੂੰ ਮੇਰੀ ਮਾਂ ਮਦਰ ਦੀ ਡੈਥ ਹੈ ਜਿਹੜੀ ਉਹ ਕੈਂਸਰ ਨਾਲ ਹੋਈ ਜਿਹੜੀ ਤੁਸੀਂ ਪੜਾਈ ਦੀ ਗੱਲ ਕੀਤੀ ਸੀ ਜੀ ਬਾਈ ਰਹੀ ਉੱਥੇ ਆਈਏ ਆਪਾਂ ਜੀ ਬਾਈ ਪੜਾਈ ਫਿਰ ਮਾਤਾ ਜੀ ਨੂੰ ਲੱਗਿਆ ਵੀ ਬੇਟਾ ਹੈਗਾ ਉਹ ਕਿ ਮੈਨੇ ਕਿਵੇਂ ਮੈਨੂੰ ਨਾ 10ਵੀਂ ਤੱਕ ਲਿਆਈ ਮੈਨੂੰ ਪ੍ਰੇਰ ਕੇ ਤਿਆਰ ਕਰਕੇ ਕੱਲ ਦੇ ਵੀ ਉਹ ਜਿਵੇਂ ਪਏ ਰਹਿੰਦੇ ਸੀ ਵਿਚਾਰੇ ਕਦੇ ਸੈੱਟ ਹੋ ਜਾਣਾ ਟੀਵੀ ਦਾ ਮਰੀ ਜੀ ਤੁਹਾਨੂੰ ਪਤਾ ਹੀ ਕਿਦਾਂ ਬਹੁਤ ਔਖਾ ਹੈ ਇੱਕ ਗਰੀਬ ਸਭ ਤੋਂ ਵੱਡੀ ਗਰੀਬੀ ਹੈ ਨਾ ਟੀਵੀ ਤਾਂ ਸਿੱਖ ਹੋ ਜੇ ਹਾਂਜੀ ਪਰ ਖਾਣਾ ਖ ਵੀ ਨਹੀਂ ਮਿਲਨੀ ਉਹਨਾਂ ਖਾਣਾ ਖ ਨਹੀਂ ਮਿਲਨੀ ਫਿਰ ਤਿੰਨ ਧੀਆਂ ਹੋਣੀਆਂ ਪੰਜ ਬੱਚੇ ਹੋਣੇ ਬਿਲਕੁਲ ਫਿਰ ਫਿਕਰ ਉਸ ਟਾਈਮ ਫਿਰ ਉਹਨਾਂ ਨੇ ਮੈਨੂੰ 10ਵੀਂ ਤੱਕ ਲਿਆਂਦਾ 10ਵੀਂ ਦੇ ਪੇਪਰਾਂ ਤੋਂ 2 ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਕੈਂਸਰ ਨਾਲ ਅਸੀਂ ਪਿਕਨਰ ਲੈ ਕੇ ਗਏ ਪਿੰਡ ਚੋਂ ਪੈਸੇ ਵੀ ਮੰਗੇ ਬਾਈ ਅਸੀਂ ਪੈਸੇ ਹੁੱਕਾ ਦਵਾਇਆ ਕੋਰਦਵਾਰਾ ਸਰ ਉਹ ਪਿਕਨਰ ਲੈ ਕੇ ਗਏ ਤੇ ਬਾਤ ਨਹੀਂ ਸਕੀ ਜਾਂਦੀ ਹੋਈ ਮੇਰੀ ਮਾਂ 2 ਵਜੇ ਰਾਤ ਨੂੰ ਮੇਰੇ ਪਿਓ ਨੂੰ ਕਹਿੰਦੀ ਐ ਲਛਮਣ ਦਾ ਖਿਆਲ ਰੱਖਣਾ ਅੱਜ ਮੈਂ ਸੋਚਦਾ ਵੀ ਲਛਮਣ ਤਾਂ ਰੋਲ ਹੀ ਗਿਆ ਮਾਂ ਮੇਨਾ ਲਾਸ਼ਮੰਦ ਦਾ ਕਿਆਲ ਰੱਖਣ ਵਾਲਾ ਤਾਂ ਕੋਈ ਨਹੀਂ ਰਿਹਾ ਇਹ ਦੁਨੀਆ 'ਚ ਤੇ ਸੌਰੀ ਮੈਂ ਭਾਵਕ ਹੋ ਗਿਆ ਨਹੀਂ ਕੋਈ ਨਹੀਂ ਬਈ ਹੋ ਜਾਂਦਾ ਜਦੋਂ ਬਹੁਤ ਵੱਡੀ ਗੱਲ ਹੁੰਦੀ ਆ ਤੇ ਮਾਂ ਦੇ ਮਰਨ ਤੋਂ ਬਾਅਦ ਕਹਿਣ ਨੂੰ ਭਾਵੇਂ ਬਹੁਤ ਹੈ ਫਿਰ ਬਾਈ ਜੀ ਤਾਹਨੇ ਉਹ ਰਸ ਸਹੇ ਉਹ ਚੀਜ਼ਾਂ ਸਹੀਆਂ ਮੈਂ ਸਿੱਧੂ ਸਾਹਿਬ ਇੱਥੋਂ ਤੱਕ ਪਹੁੰਚਣ ਲਈ ਨਾ ਮੈਨੂੰ ਉਹ ਚੀਜ਼ਾਂ ਦਾ ਸਹਿਣ ਕਰਨਾ ਪਈਆਂ ਜਿਹੜੀਆਂ ਚੀਜ਼ਾਂ ਤੁਸੀਂ ਸੋਚ ਨਹੀਂ ਸਕਦੇ ਮੈਂ ਉਸ ਮੋੜ ਤੋਂ ਮੁੜਿਆ ਜਿਹੜੇ ਮੋੜ ਤੇ ਜਾ ਕੇ ਬੰਦੇ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਂਦੇ ਆ ਮੈਂ ਉਸ ਚੀਜ਼ ਨੂੰ ਹੰਡਾਇਆ ਕਿਵੇਂ ਬਈ ਮਤਲਬ ਵੀ ਬੀਬੀ ਉਸ ਤੋਂ ਬਾਅਦ ਫਿਰ ਪਤਾ ਨਹੀਂ ਨਫ਼ਰਤ ਜੀ ਸ਼ੁਰੂ ਹੋ ਗਈ ਠੀਕ ਹੈ ਮੇਰੇ ਨਾਲ ਹੰਤੋਂ ਦੀ ਵੀ ਆਸ-ਪਾਸੇ ਵਾਲੇ ਮਤਲਬ ਉਹ ਮੈਨੂੰ ਲੱਗਦਾ ਤੁਸੀਂ ਤਪੜਲਾ ਪੜਲਾ ਪੜਲਾ ਪਤਾ ਨਹੀਂ ਮੈਨੂੰ ਲੱਗਦਾ ਮੈਂ ਕੀ ਹਾਂ ਹਮ ਸਾਰੇ ਮੇਰੇ ਤੇ ਧਿਆਨ ਕਰੀ ਜਾਂਦੇ ਆ ਅੱਜ ਵਾਲੀ ਸੋਚ ਨਹੀਂ ਤਾਂ ਆਪਾਂ ਡੀਸੀ ਬਣੇ ਹੁੰਦੇ ਹਮ ਉਹ ਬਚਪਨਾ ਜਿਹੜਾ ਬੱਚਾ ਨਾ ਉਹ ਨੂੰ ਸਮਝਾਉਣ ਵਾਲਾ ਨਾ ਨਾ ਹੋਵੇ ਜਦੋਂ ਹੂੰ ਉਹ ਫਿਰ ਉਹਨੂੰ ਕੋਈ ਸਮਝ ਨਹੀਂ ਆਉਂਦੀ ਬੱਚਾ ਬਾਲ ਬੁੱਧੀ ਹੁੰਦੀ ਹੈ ਹੂੰ ਤੇ ਇੱਕ ਬਿਮਾਰ ਮਾਂ ਦੇ ਪੇਟੋਂ ਉਹ ਜਿਹੜਾ ਦਿਮਾਗ ਵਿੱਚ ਸਹੀ ਖਾਾਕ ਨਾ ਮਿਲੀ ਕੁਝ ਨਹੀਂ ਦਵਾਈਆਂ ਤਾਂ ਖਾਂਦੀ ਸੀ ਮੇਰੀ ਮਾਂ ਉਹ ਦਵਾਈਆਂ ਸਾਡੇ ਤੇ ਅਸਰ ਕਰੀ ਗਈਆਂ ਹੂੰ ਹੈਨਾ ਮਾਈਂਡ ਤੇ ਬੱਚੇ ਤੇ ਜਿਹੜੀ ਮਾਂ ਖਾਊਗੀ ਖਾਾਕ ਉਹੀ ਅਸਰ ਕਰੂਗੀ ਨਾ ਦਵਾਈ ਉਹ ਦਵਾਈਆਂ ਤੇ ਉਸ ਤੋਂ ਬਾਅਦ ਲੱਗਦਾ ਸੀ ਵੀ ਅਸੀਂ ਕੀ ਹਾਂ ਮੈਨੂੰ ਲੱਗਦਾ ਫਿਰ ਮੈਂ ਹੌਲੀ 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 ਮਨੂੰ ਸਾਡੇ ਬਾਬਾ ਜੀ ਸਰਦਾਰ ਦਰਸ਼ਨ ਸਿੰਘ ਜੀ ਅੱਜਕੱਲ ਉਹ ਚੜ੍ਹਾਈ ਕਰਕੇ ਦੁਨੀਆ 'ਚ ਨਹੀਂ ਰਹੇ ਹਮ ਪ੍ਰਮਾਤਮਾ ਉਹਨਾਂ ਨੂੰ ਸਥਾਨ ਦੇਵੇ ਆਪਣੇ ਚਰਨਾਂ 'ਚ ਹਮ ਉਹ ਮੈਨੂੰ ਲੈ ਕੇ ਜੀ ਆਪਦੇ ਨਾਲ ਮੈਂ 10ਵੀਂ 'ਚ ਫੇਲ ਹੋ ਗਿਆ ਫੇਲ ਹੋ ਗਿਆ ਫਿਰ ਉਸ ਤੋਂ ਮੇਰੇ ਜੀਵਨ ਦਾ ਸਫਰ ਐਡਾ ਕਠਣ ਸ਼ੁਰੂ ਹੋਇਆ ਨਾ ਅੱਛਾ ਜੀ ਉਹ ਅੱਜ ਤੱਕ ਜਾਰੀ ਹੈ ਫਿਰ ਮੈਨੂੰ ਘਰ ਨਸੀਬ ਨਹੀਂ ਹੋਇਆ ਘਰ ਨਹੀਂ ਸੀ ਉਸ ਤੋਂ ਬਾਅਦ ਮੈਂ 10ਵੀਂ ਤੋਂ ਬਾਅਦ ਚਲਾ ਗਿਆ ਜਦੋਂ ਸੰਨ 97 98 ਚ ਘਰ ਛੱਡਦਾ ਸੀ। ਉਸ ਤੋਂ ਬਾਅਦ ਮੈਨੂੰ ਆਪਣਾ ਘਰ ਨਸੀਬ ਨਹੀਂ ਹੋਇਆ ਜਿਹੜੀ ਮੇਰੀ ਮਾਂ ਦੀ ਜਿੱਥੇ ਅਸੀਂ ਜੰਮੇ ਜਾਈ ਸੀ। ਜਿਹੜੇ ਘਰ 'ਚ ਮੇਰੀ ਮਾਂ ਅਸੀਂ ਸਾਰੇ ਰਹਿੰਦੇ ਸੀ ਉਹ ਘਰ ਨਸੀਬ ਨਹੀਂ ਹੋਇਆ। ਤੇ ਹੌਲੀ-ਹੌਲੀ ਮੈਂ ਪੜ੍ਹਨਾ ਸਿੱਖਣਾ ਸ਼ੁਰੂ ਕੀਤਾ। ਤੇ ਪ੍ਰਮਾਤਮਾ ਦੀ ਮਿਹਰ ਰਹੀ ਮੈਨੂੰ ਹਮੇਸ਼ਾ ਮੇਰੀ ਮਾਂ ਬਹੁਤ ਯਾਦ ਆਉਂਦੀ। ਪਤਾ ਨਹੀਂ ਮੇਰੀ ਅਟੈਚਮੈਂਟ ਮਾਂ ਨਾਲ ਬਹੁਤ ਜ਼ਿਆਦਾ ਸੀ। ਮਾਂ ਨਾਲ ਸੀ। ਮੇਰੀ ਮਾਂ ਦੇ ਯਾਦ ਯਾਦਾਂ ਨੇ ਹੀ ਮੈਨੂੰ ਹਜ ਤੱਕ ਵੀ ਘੇਰੀ ਰੱਖਿਆ ਵੀ ਮੇਰੀ ਮਾਂ ਦੀਆਂ ਜੱਦਾ ਚ ਮੈਂ ਬਾਹਰ ਨਹੀਂ ਨਿਕਲ ਸਕਿਆ ਵੀ ਉਹ ਹੀਣ ਭਾਵਨਾ ਤੇ ਮਾਂ ਦੀਆਂ ਯਾਦਾਂ ਵੀ ਮਾਂ ਤਾਂ ਮੈਨੂੰ ਵਧੀਆ ਸਮਝਦੀ ਸੀ ਤੇ ਇਹ ਲੋਕ ਮੈਨੂੰ ਕੀ ਕਿਹੋ ਜਿਹਾ ਸਮਝਦੇ ਆ ਦਹਿਰਾ ਹਾਲਾ ਦਵਾਲਾ ਜਿਹਾ ਦੇਖਦੇ ਸੀ ਨਾ ਫਿਰ ਹੌਲੀ 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 ਮੈਂ ਆਪਣੇ ਆਪ ਨੂੰ ਸਮਝਾਉਂਦਾ ਗਿਆ ਫਿਰ ਮੈਂ ਸਾਹਿਤ ਵੱਲ ਜੁੜ ਗਿਆ ਠੀਕ ਹੈ ਲਿਟਰੇਚਰ ਪੜ੍ਹਨਾ ਸ਼ੁਰੂ ਕਰਤਾ ਬਬਾਈ ਨਾਲ ਉੱਥੇ ਟੁਰ ਕੇ ਫਿਰ ਸਨ 2000 ਦੇ ਵਿੱਚ ਮੈਂ ਕਲਕੱਤੇ ਵੀ ਗਿਆ ਜੀ ਅੱਛਾ ਉੱਥੇ ਕਿਵੇਂ ਉੱਥੇ ਪਾਠ ਕਰਨਾ ਪਾਠ ਕਰਨਾ ਹਾਂਜੀ ਉੱਥੇ ਕੀ ਹੋਇਆ ਉੱਥੇ ਮੈਨੂੰ ਜਾਤੀ ਵਿਤ ਕਰਦਾ ਬਹੁਤ ਸਾਹਮਣਾ ਕਰਨਾ ਅੱਛਾ ਜੀ ਹਾਂਜੀ ਜਦੋਂ ਪਤਾ ਲੱਗਿਆ ਮਜ਼ਦੂਰ ਪਰਿਵਾਰ ਚੋਂ ਹੈ ਹਾਂ ਫਿਰ ਉਹਨਾਂ ਨੇ ਬੜੀਆਂ ਚਾਲਾਂ ਚਲੀਆਂ ਤੇ ਕੱਢਣ ਲਈ ਬਹੁਤ ਜ਼ਿਆਦਾ ਵਿਤ ਕਰਾਇਆ ਉੱਥੇ ਕਿਤੇ ਗਾਇਕ ਸੀ ਤੁਸੀਂ ਉੱਥੇ ਬੜਾ ਗੁਰਦੁਆਰਾ ਸੈੱਟ ਸੀ ਅੱਛਾ ਕਿਉਂਕਿ ਦੇਖੋ ਜਿਹੜਾ ਸਿੱਖ ਪੰਥ ਹੈ ਨਾ ਬਹੁਤ ਵਿਸ਼ਾਲ ਹੈ ਇਹਦੇ ਵਰਗਾ ਧਰਮ ਨਹੀਂ ਆ ਹੂੰ ਇਹਦੇ ਬਾਰੇ ਮਾਲਾ ਕਹਿਣਾ ਤਾਂ ਬਹੁਤ ਘਟਿਆਪਨ ਹੋਊਗਾ ਪਰ ਇਹਦੇ ਜਿਹੜੇ ਪ੍ਰਬੰਧਕ ਹੈ ਨਾ ਜਿਹੜੇ ਪਿਛਲੇ ਬੰਦੇ ਆ ਕੜਮ ਚੌਧਰੀ ਹੈ ਇਹਨਾਂ ਨੇ ਬੇੜਾ ਬਾਤ ਬੇੜਾ ਬਾਤ ਪਰ ਸਿੱਖ ਪੰਥ ਹਮੇਸ਼ਾ ਚੜਦੀ ਕਲਾ 'ਚ ਰਿਹਾ ਚੜਦੀ ਕਲਾ 'ਚ ਰਹੂਗਾ ਹੂੰ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਗੁਰੂ ਨਾਨਕ ਸਾਹਿਬ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੈਨੂੰ ਢੋਈ ਨਹੀਂ ਦਿੱਤੀ ਕਿਸੇ ਨੇ ਠੀਕ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਅੱਜ ਮੈਂ ਇਹ ਹੰਕਾਰ ਨਾ ਕਹਿ ਸਕਦਾ ਮਾਨ ਨਾਲ ਨਹੀਂ ਹੰਕਾਰ ਨਾ ਕਹਿ ਸਕਦਾ ਵੀ ਜੇ ਗੁਰੂ ਨਾਨਕ ਸਾਹਿਬ ਮੇਰਾ ਦਰ ਲੜਨਾ ਲੱਗਦਾ ਮੈਂ ਤੇ ਉਹ ਮੇਰਾ ਪੱਲਾ ਨਾ ਫੜਦੇ ਮੇਰੀ ਬਾਹਣਾ ਫੜਦੇ ਤੇ ਮੈਂ ਅੱਥ ਤੱਕ ਨਹੀਂ ਪਹੁੰਚ ਸਕਦਾ ਸੀ ਮੈਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਸਬਰ ਬਹੁਤ ਦਿੱਤਾ ਸਬਰ ਬਹੁਤ ਦਿੱਤਾ ਸਭ ਤੋਂ ਵੱਡੀ ਗੱਲ ਸਬਰ ਅੱਜ ਵੀ ਸਬਰ ਹੈ ਮੈਨੂੰ ਯਕੀਨ ਹੈ ਕਿਵੇਂ ਨੂੰ ਗਰੀਬੀ ਮਿਲੂਗੀ ਮੈਂ 10ਵੀਂ ਫੇਲ ਸੀ ਉੱਥੋਂ ਮੈਨੂੰ ਸਰ ਮਿਲਿਆ ਕੋਲਕਾਤੇ ਨਹੀਂ ਹਾਂ ਤਾਮਕੋਟ ਪਿੰਡ ਤਾਮਕੋਟ ਪਿੰਡ ਠੀਕ ਹੈ ਜੀ ਇਹ ਮੈਂ ਪੜ੍ਹ ਸਕਦਾ ਹੁੰਦਾ ਸੀ ਠੀਕ ਹੈ ਜੀ ਸਾਡੇ ਰਿਕਵਾਂਡ ਪਿੰਡ ਹੈ ਉੱਥੇ ਤਾਂ ਸਕੂਲ 'ਚ ਜਾਣਾ ਸਰਦਾਰ ਪਰਮਜੀਤ ਸਿੰਘ ਜੈਤ ਦਾ ਗਰੀਬ ਗਰੀਬ ਵਿਦਿਆਰਥੀਆਂ ਦੇ ਰੱਬ ਨੇ ਉਹ ਠੀਕ ਹੈ ਸਰਦਾਰ ਪਰਮਜੀਤ ਸਿੰਘ ਜੈਤ ਦਾ ਸਾਹਿਬ ਰੱਬ ਉਹਨਾਂ ਦੀ ਲੰਮੀ ਉਮਰ ਕਰੇ ਉਹ ਬੱਚਿਆਂ ਦੀ ਫੀਸਾਂ ਵੀ ਭਰਦੇ ਕੋਲੋਂ ਖਰਚਾ ਵੀ ਦਿੰਦੇ ਕੱਪੜੇ ਵੀ ਬਣਾ ਕੇ ਦਿੰਦੇ ਆ ਤੇ ਆ ਜਿਹੜੇ ਕੋਚਿੰਗ ਜਿਹੜੇ ਨੋਟਸ ਹੁੰਦੇ ਆ ਇਹ ਤਾਂ ਬਿਲਕੁਲ ਫਰੀ ਦਿੰਦੇ ਆ ਐਡੇ ਵਧੀਆ ਬੰਦੇ ਨੇ ਉਹ ਠੀਕ ਹੈ ਜੀ ਸਦਾ ਪਰਮਜੀਤ ਸਿੰਘ ਜੈਕਾਰਾ ਸਾਹਿਬ ਤੇ ਉਹਨਾਂ ਨੇ ਮੈਨੂੰ ਕਿ ਬੈਠਣਾ ਉੱਠਣਾ ਉਹਨਾਂ ਨਾਲ ਹੋਇਆ ਮੇਰਾ ਤੇ ਉਹਨਾਂ ਨੇ ਪੁੱਛਣਾ ਕੀਤਾ ਵੀ ਕੀ ਕਰਦੇ ਹੋ ਤੁਸੀਂ ਮੈਂ ਕਿਹਾ ਜੀ ਮੈਂ ਤਾਂ ਹੈਗਾ 10ਵੀਂ ਫੇਲ ਆ ਫਿਰ ਉਹਨਾਂ ਨੇ ਮੇਰੇ ਪੇਪਰ ਦਵਾਏ 10ਵੀਂ ਮੈਨੂੰ ਸਾਰੇ ਕਿੰਨੇ ਸੀ ਪੜ ਨਹੀਂ ਸਕਦਾ ਮੈਂ ਵੀ ਕਹਿਆ ਸੀ ਮੈਨੂੰ ਪੜਾਉਣ ਵਾਲਾ ਕੋਈ ਹੈ ਹੀ ਨਹੀਂ ਦੁਨੀਆ ਤੇ ਮੇਰਾ ਮਾਣਾ ਹੀ ਨਾਕ ਗਿਆ ਸੀਗਾ ਪਤਰੀ ਮਾਂ ਦੀ ਸਮੋਤ ਤੋਂ ਬਾਅਦ ਮੇਰਾ ਪੜਾਈ ਤੋਂ ਮਾਨੇ ਉਚਾਰਟ ਹੋ ਗਿਆ ਮੈਂ ਸਕੂਲ ਚ ਲੱਗ ਕੇ ਹਟ ਕੇ ਫਿਰ 10ਵੀਂ ਚ ਲੱਗ ਕੇ ਫਿਰ ਹਟ ਗਿਆ ਫਿਰ ਮੈਂ ਉੱਥੋਂ ਚਲਾ ਗਿਆ ਫਿਰ ਮੈਂ ਤਾਮਕਟੋਂ 10ਵੀਂ ਕੀਤੀ 10ਵੀਂ ਕਰਕੇ 2009 ਦੇ ਵਿੱਚ 10ਵੀਂ ਫੇਲ ਦੀ ਮੇਰੀ ਕਹਾਣੀ ਆਈ ਡਾਰੋਂ ਵਿਛੜੀ ਕੂੰਜ ਅਜੀਤ ਦੇ ਫਰੰਟ ਪੇਜ ਤੇ ਛਪੀ ਦਾਰੋਂ ਦਾਰੋਂ ਵਿਛੜੀ ਕੂੰਜ ਅੱਛਾ ਦਾਰੋਂ ਵਿਛੜੀ ਕੂੰਜ ਫਿਰ ਆਦੇ ਤੇ ਲਿਖਿਆ ਹੈ ਨਹੀਂ ਉਹ ਸਾਡੇ ਪਿੰਡ ਦੇ ਵਿੱਚ ਕੋਈ ਜਿੱਦਾਂ ਮਤਲਬ ਆਸੇ ਪਾਸੇ ਪਾਤਰ ਮਿਲ ਜਾਂਦੇ ਆ ਹਾਂ ਵੀ ਕਿਵੇਂ ਬਾਹਰੋਂ ਕੁੜੀਆਂ ਆਉਂਦੀਆਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਕੁਦੇਸਨ ਮੈਂ ਸੋਚਦਾ ਹੁੰਦਾ ਸੀ ਉਹ ਮੈਂ ਲਿਖੀ ਜਾਂਦਾ ਸੀ ਮੈਂ ਕੜੇ ਵਾਲੀ ਥੋਰ ਬਾਬਲ ਉੱਗੀ ਜੋ ਵਿੱਚ ਬੇਲੇ ਨਾ ਹੀ ਮੈਨੂੰ ਕੋਈ ਸਿੰਜੇ ਤੇ ਨਾ ਹੀ ਇਸ ਦਾ ਇੱਕ ਹਫਤਾ ਸੀ ਸੀ ਸ਼ੇਪ ਕੁਮਾਰ ਬਟਾਲਵੀ ਦੀ ਹੂੰ ਬਟਾਲਵੀ ਸਾਹਿਬ ਦੀ ਕਵਿਤਾ ਮੈਂ ਪੜ੍ਹਦਾ ਸੁਣਦਾ ਮੈਨੂੰ ਮੈਂ ਸੋਚਿਆ ਵੀ ਜਿਹੜੀ ਔਰਤ ਬਾਹਰੋਂ ਆ ਜਾਂਦੀ ਹੈ ਉੱਥੋਂ ਆ ਕੇ ਉਹ ਤੇ ਨਾ ਉਹਨੇ ਜਾਣਾ ਜਾਣ ਮੇਰੇ ਤੇ ਉਹ ਦੂਜਾ ਉਹ ਔਰਤ ਦੇ ਵਿਚਾਲੇ ਮਿਲਦੀ ਕਹਾਣੀ ਲਿਖਦੀ ਦਾਰੋਂ ਵਿਛੜੀ ਤੂੰ ਇਹ ਮੈਂ ਵੀ ਦਾਰੋਂ ਵਿਛੜ ਗਿਆ ਸੀ ਮਤਲਬ ਉਹ ਦੁਬਾਰਾ ਨਹੀਂ ਮਿਲ ਸਕਿਆ ਪਰਿਵਾਰ ਨੂੰ ਨਹੀਂ ਮਿਲ ਸਕਿਆ ਮੈਂ ਦੁਬਾਰਾ ਹੁਣ ਪਰਿਵਾਰ ਨਾਲ ਮੇਰਾ ਉਹ ਪਿਆਰ ਨਹੀਂ ਬਣ ਸਕਿਆ ਉਹ ਵਖਰੇਵਾ ਪੈਂਦਾ 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 ਪੈ ਗਿਆ ਹਮ ਅਜ ਐਡਾ ਕੋ ਵਖਰੇਵਾ ਪੈ ਗਿਆ ਕਿ ਮੈਂ ਪਰਿਵਾਰ ਨਾਲੋਂ ਦੂਰ ਹਮ ਤੇ ਇਹਦੇ ਵਿੱਚ ਕੋਈ ਨਹੀਂ ਆਪ ਵੀ ਕਈ ਲੋਕ ਇੱਥੇ ਮੈਂ ਤੁਹਾਡੇ ਬਹਿ ਕੇ ਕਹਿ ਦਿਆਂ ਵੀ ਮੇਰੀ ਬਹੁਤ ਇੱਜ਼ਤ ਆ ਪਲਾਂ ਕਰਦੇ ਕੋਈ ਬਈ ਇੱਥੇ ਇੱਜ਼ਤ ਨਹੀਂ ਕਰਦਾ ਮਤਲਬ ਦੇ ਰਿਸ਼ਤੇ ਜੇ ਤੁਹਾਡੇ ਕੋਲੇ ਪੈਸਾ ਨਾ ਹਮ ਤਾਂ ਸਾਰੇ ਨੇ ਤੁਹਾਡੇ ਜੇ ਤੁਹਾਡੇ ਕੋਲੇ ਪੈਸਾ ਨਹੀਂ ਵੀਰੇ ਕੋਈ ਨਹੀਂ ਤੁਹਾਡਾ ਇੱਥੇ ਦੁਨੀਆ 'ਚ ਜੇ ਤੁਹਾਡੇ ਕੋਲ ਕੋਈ ਪੈਸਾ ਚਾਹੇ ਤੁਸੀਂ ਕਿੱਦਾਂ ਦੇ ਪੈਸਾ ਤੁਹਾਡੇ ਸਾਰੇ ਐਬ ਸ਼ਪਾ ਦੂਗਾ ਜੇ ਤੁਸੀਂ ਤੁਹਾਡੇ ਕੋਲ ਪੈਸਾ ਨਹੀਂ ਭਾਵੇਂ ਤੁਸੀਂ ਲੱਖ ਸਿਆਣੇ ਹੋ ਮੜਾ ਗਿਣਾ ਕਰ ਗਿਆ ਤੁਹਾਡਾ ਗਣਾ ਉਡੂਗਾ ਰੇਤੀ ਅੰਗੂਟ ਕਹਿੰਦਾ ਸੋ ਫਿਰ ਮੈਂ ਹੌਲੀ ਹੌਲੀ ਸਰਵਾਈਵ ਕੀਤਾ ਕਹਾਣੀਆਂ ਲਿਖੀਆਂ ਮੇਰੀਆਂ 15 ਕਹਾਣੀਆਂ ਲਿਖੀਆਂ ਪਈਆਂ ਠੀਕ ਹੈ ਫੇਸਬੁੱਕ ਤੇ ਮੈਂ ਪਾਉਂਦਾ ਹੁੰਦਾ ਸੀਗਾ ਕਹਾਣੀ ਛੱਬੋ 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 ਭਾਈ ਫਿਰ ਇੱਕ ਕਾਣੋਂ ਦੇ ਕੋਕਲੇ ਲਿਖੀ ਠੀਕ ਹੈ ਇੱਕ ਲਿਖੀ ਅੰਗਹੀਨ ਜ਼ਿੰਦਗੀ ਉਹ ਇਦਾਂ ਇੱਕ ਤਕੋਣੀ ਪ੍ਰੇਮ ਕਹਾਣੀ ਤੇ ਲਿਖੀ ਸੀ ਵੀ ਅੰਗੀਨ ਹਿੰਮ ਬੰਦੇ ਨੂੰ ਕੋਈ ਐਕਸੈਪਟ ਨਹੀਂ ਕਰਦਾ ਇੱਥੇ ਹੂੰ ਵੀ ਜਿਵੇਂ ਅੰਗੀਨ ਹਿੰਮ ਬੰਦਾ ਕਿੰਨਾ ਸਿਆਣਾ ਹੋਵੇ ਹਾਂਜੀ ਕਿੰਨਾ ਸੂਝਵਾਨ ਹੋਵੇ ਉਹਨੂੰ ਉਸੇ ਦੀ ਉਹਦੀ ਘਾਟਨਾ ਹੀ ਦੇਖਿਆ ਜਾਊਗਾ ਨਾ ਕਿ ਜਿਵੇਂ ਹੁਣ ਜਿਹੜਾ ਅੰਗੀਨ ਸਹੀ ਬੰਦਾ ਉਹ ਅੰਗੀਨ ਕੁੜੀ ਨਾਲ ਵਿਆਹ ਕਰਾ ਲਊਗਾ ਲੇਕਿਨ ਇੱਕ ਸਹੀ ਕੁੜੀ ਨੌਕਰੀ ਲੱਗੀ ਜਾ ਉਹ ਅੰਗੀਨ ਬੰਦੇ ਨੂੰ ਕਦੇ ਵਿਆਹ ਨਹੀਂ ਕਰਾਊਗੀ ਇਹ ਗੱਲ ਸਾਡੇ ਸਮਾਜ ਦੀ ਇੱਕ ਦੁਖਾਂਤ ਹੈ ਅੰਗਹੀਣ ਬੰਦੇ ਦਾ ਅੰਗਹੀਣ ਕੁੜੀ ਨਾਲ ਵਿਆਹ ਕਰਾਇਆ ਦੋਨਾਂ ਨੂੰ ਇੱਕੋ ਜਿਹਾ ਕਰ ਦਿੰਦੇ ਆ ਹੂੰ ਉਹ ਦੋਵੇਂ ਜ਼ਿੰਦਗੀ ਦੇ ਇੱਕ ਪਹੀਆ ਤਾਂ ਸਹੀ ਹੋਵੇ ਨਾ ਤਾਂ ਚੱਲ ਪੂਗਾ ਉਹ ਦੋਨਾਂ ਨੂੰ ਇੱਕੋ ਜਿਹਾ ਕਰਤਾ ਉਹ ਵਿਚਾਰੇ ਬਹੁਤ ਔਖਾ ਟਾਈਮ ਲਗਾਉਂਦੇ ਆ ਮੈਂ ਦੇਖਿਆ ਇਹ ਫਿਰ ਸਾਡੀਆਂ ਜਿਹੜੀਆਂ ਸਰਕਾਰਾਂ ਇਹਨਾਂ ਦਾ ਤਾਂ ਚਲੋ ਕਹਿਣੀ ਕੀ ਹੈ 1500 ਰੁਪਏ ਪੈਨਸ਼ਨ ਆ ਬਈ ਜਾਂਦੀ ਹੂੰ ਹੁਣ ਤੁਸੀਂ ਦੇਖ ਲਓ 1500 ਰੁਪਏ ਨਾਲ ਕਿਵੇਂ ਬੰਦਾ ਸਰਵਾਈਵ ਕਰੂਗਾ ਮੰਗੂਗੇ ਬੰਦਾ ਹੋਰ ਕੀ ਕਰੂਗਾ ਜਿਹੜਾ ਮੈਂ ਉਹਦਾ ਤਾਂ ਪਾਠਾਂ ਦੀ ਗੱਲ ਐ ਪਾਠਾਂ ਤੇ ਹੁਣ ਕਈ ਥਾਂ ਮੈਨੂੰ ਸਾਹਮਣਾ ਕਰਨਾ ਪਿਆ ਇੱਕ ਥਾਂ ਬੀਬੀ ਨੇ ਕਿਹਾ ਦੀ ਬਾਬਾ ਜੀ ਇਹਨਾਂ ਨੂੰ ਭਾਰਤ ਨੇ ਲਾਇਆ ਸਾਡਾ ਸ਼ਗਨਾਂ ਦਾ ਕੰਮ ਮੰਗੀਣਾ ਉਹ ਗੱਲ ਮੈਂ ਕੰਨੀ ਸੁਣੀ ਅੱਛਾ ਜੀ ਹੁਣ ਤੁਸੀਂ ਦੇਖ ਲਓ ਕੰਨੀ ਸੁਣ ਕੇ ਤੁਹਾਨੂੰ ਗੱਲ ਇਹ ਦਿਲ ਬੜਾ ਨਾਜ਼ੁਕ ਜੈ ਇਹ ਸ਼ਬਦਾਂ ਨਾਲ ਟੁੱਟ ਜਾਂਦਾ ਹੈ ਤੇ ਸਾਡੇ ਵਿੱਚ ਅਜਿਹਾ ਸਾ ਚਾ ਸਦਰਾ ਮਲਾਰ ਹੁੰਦੇ ਹਨ ਤੇ ਉਹ ਵੇਖ ਲਓ ਤੁਸੀਂ ਉਹਨਾਂ ਨੇ ਕਿਹਾ ਪਰ ਹੋਰ ਬਹੁਤ ਬੰਦੇ ਨੇ ਕਿਹਾ ਹੂੰ ਵੀ ਯਾਰ ਉਹ ਹੀ ਸੋਟੀ ਲੈ ਕੇ ਇਹ ਫਲਾਸ਼ ਚ ਜਾਂਦੇ ਆ ਕੋਈ ਸੋਟੀ ਲੈ ਕੇ ਮਤਲਬ ਬਾਤ ਨੂੰ ਪਾਠ ਕਰਨੇ ਆਉਂਦੇ ਹੁਣ ਸੋਟੀ ਦਾ ਤਾਂ ਕੋਈ ਖਸੂਰ ਨਹੀਂ ਤੇ ਨਾ ਤੁਹਾਡਾ ਖਸੂਰ ਹੈ ਨਾ ਮੇਰਾ ਖਸੂਰ ਹੈ ਦੁਨੀਆਂ ਰੱਬ ਨੂੰ ਬਹੁਤ ਮੰਨਦੀ ਹੈ ਹਾਂ ਰੱਬ ਬਹੁਤ ਨਹੀਂ ਪਰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਨਹੀਂ ਮੰਨਦੀ ਅਸੀਂ ਰੱਬ ਦੇ ਕੀਤੇ ਹੋਏ ਆ ਅਸੀਂ ਸਾਡਾ ਜੀ ਨਹੀਂ ਕਰਦਾ ਜੀ ਬਾਈ ਜੀ ਬਰਾਬਰ ਚੱਲੀਏ ਸਹੀ ਇਹ ਚੀਜ਼ਾਂ ਵਿੱਚੋਂ ਸ਼ਰਾਧਾ ਤਾਂ ਫਿਰ ਮੈਨੂੰ ਅ ਉਸ ਤਰ੍ਹਾਂ ਕਿ ਤਰੀਕੇ ਨਾਲ ਪਾਠ ਨਹੀਂ ਮਿਲਦੇ ਜੇ ਤਰੀਕਾ ਚਾਹੀਦੇ ਜਿਵੇਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਟਰਾਈ ਕੀਤਾ Rajasthan ਦੇ ਵਿੱਚ ਹੁਣ ਕਈ ਸੱਜਣ ਕਹਿਣਗੇ ਵੀ ਗ੍ਰੰਥੀ ਸਿੰਘ ਜੀ ਗੁਰਦੁਆਰਾ ਸਾਹਿਬ ਕਿਉਂ ਨਹੀਂ ਗਿਆ ਹਮ ਪਰ ਮੈਂ ਜਿੱਥੇ ਜਾਂਦਾ ਸੀ ਅੱਜ ਕੱਲ ਸੱਚਖੰਡ ਉੱਪਰ ਬਣਿਆ ਮਹਾਰਾਜ ਦਾ ਪ੍ਰਕਾਸ਼ ਕਰਨਾ ਮਹਾਰਾਜ ਨੂੰ ਸੰਤੋਖਨਾ ਉੱਪਰ ਜਾਣਾ ਮੈਨੂੰ ਤਾਂ ਕੱਲੇ ਦਾ ਕੰਮ ਤਾਂ ਹੈ ਨਹੀਂ ਠੀਕ ਹੈ ਮੈਂ ਤਾਂ ਕਿਸੇ ਦੇ ਨਾਲ ਸਹਿਯਕ رہ ਸਕਦਾ ਹਮ ਸਹਿਯਕ ਰਹਿਣ ਦੀ ਵੀ ਪਰੇਸ਼ਾਨੀ ਹੈ ਅਗਲਾ ਉਦਾਸਦਾ ਵੀ ਯਾਰ ਬੰਦਾ ਸਹੀ ਹੋਵੇ ਅਰੈਸਟ ਹੋਸਟ ਹੋਵੇ ਨਾ ਹਮ ਫੇਰ ਹੀ ਹੈ ਸਾਥੋਂ ਤਾਂ ਹੁਣ ਜਿਹੜੀ ਨੌਕਰੀ ਦੀ ਗੱਲ ਹੈ ਮਨਿੰਦਰਜੀਤ ਸਿੰਘ ਜੀ ਜੀ ਨੌਕਰੀ ਹੈ ਜਿਹੜੀ ਸਾਨੂੰ ਤਿੰਨ ਕੋਟੇ ਆ ਇੱਕ ਚਾਉਂਦੇ ਆ ਵਿਚਾਰੇ ਜਿਹੜੇ ਦੇਖ ਨਹੀਂ ਸਕਦੇ ਹਮ ਇੱਕ ਚਾਉਂਦੇ ਆ ਜਿਹੜੇ ਬੋਲ ਤੇ ਸੁਣ ਨਹੀਂ ਸਕਦੇ ਤੇ ਤੀਜੇ ਉਹਨੇ ਅਸੀਂ ਤਿੰਨ ਤਰ੍ਹਾਂ ਦੇ ਬੰਦੇ ਆ 3% ਕੋਟਾ ਸਾਡਾ ਉਹਦੇ ਵਿੱਚ ਸਾਡੇ ਜੋ ਕਿਹੜਾ ਰੱਖਿਆ ਜਾਂਦਾ ਜਿਹੜਾ ਬਿਨਾਂ ਛੋਟੀਆਂ ਤੋਂ ਤੁਰਦਾ ਚੌਥੇ ਦਰਜੇ ਦੀ ਨੌਕਰੀ ਦਾ ਹੱਕਦਾਰ ਤਾਂ ਮੈਂ 8ਵੀਂ ਪਾਸ ਹੀ ਸੀ ਸਹੀ ਗੱਲ ਹੈ ਜੀ ਤੇ ਇਹ ਇੱਥੋਂ ਤੱਕ ਰੋਲਿਆ ਸਰਕਾਰਾਂ ਨੇ ਰੋਲਿਆ ਮੈਨੂੰ ਸਰਕਾਰਾਂ ਨੇ ਤੇ ਹੁਣ ਤੁਸੀਂ ਇਹ ਵੇਖ ਲਓ ਦੁਸ਼ਮਣੀ ਚਲ ਮੈਂ ਮਾੜਾ ਹੋ ਸਕਦਾ ਮੈਨੂੰ ਕੋਈ ਲੋਕ ਕਹਿਣਗੇ ਵੀ ਚਲ ਕੋਈ ਬੰਦੇ 'ਚ ਗੁਨਾਹ ਹੁੰਦਾ ਹੁੰਦਾ ਕਸੂਰ ਹੁੰਦਾ ਸਾਰੇ ਹੈਂਡੀਕੈਪਟ ਤਾਂ ਨਹੀਂ ਮਾੜੇ ਹੋ ਸਕਦੇ ਪੂਰੇ ਪੰਜਾਬ 'ਚ ਰੋਲਦੇ ਫਿਰਦੇ ਕਿੰਨੇ ਪਾਜੀ ਮਨਾ ਨਹੀਂ ਲੈਣਾ ਚਾਹੁੰਦਾ ਬੰਦੇ ਦਾ ਇੱਕ ਦਿਨ ਰੋਪਿਆ ਮੇਰੇ ਕੋਲੇ ਮੇਰਾ ਹੈਂਡੀਕੈਪਟ ਭਰਾ ਅੱਛਾ ਮੈਨੂੰ ਆਦਾ ਯਾਰ ਮੈਨੂੰ ਕਿਤੇ ਛੱਡਿਆ ਕਿਤੇ ਡੇਰੇ ਛੱਡਿਆ ਮਨੂੰ ਮਾਤਰ ਕਿੱਥੇ ਛੱਡ ਗਿਆ ਮੈਂ ਯਾਰ ਮੈਂ ਬਹੁਤ ਭੁਗਾਈ ਕਰ ਲਈ ਐ ਮੈਂ ਬਹੁਤ ਥਾਂ ਮੈਂ ਗਾਲ੍ਹ ਗਏ ਮੈਂ ਅੱਧਾ ਪੰਜਾਬ ਗਾਲ੍ਹਿਆ ਅੱਧਾ ਇੰਡੀਆ ਗਾਲ੍ਹਿਆ ਮੈਂ ਕਿਤੇ ਢੋਈ ਨਹੀਂ ਮਿੱਤਰਾ ਇਹ ਤਾਂ ਜਿਹੜੀਆਂ ਲਿਖੀਆਂ ਨੇ ਹੁਣ ਭੁਗਤਣੀਆਂ ਪੈਣੀਆਂ ਐ ਇਹਦੇ ਚ ਜੇ ਆਪਣੇ ਮਸਜੇ ਜਾਂ ਤੂੰ ਇੱਥੋਂ ਸੋਚੇ ਆਪਣੇ ਪਰਿਵਾਰ ਨਹੀਂ ਛੱਡਦਾ ਬਗਾਨਾ ਕੌਣ ਬਣਾਉਗਾ ਤੂੰ ਮੈਨੂੰ ਇਹ ਦੱਸ ਬਗਾਨੇ ਤਾਂ ਬਗਾਨੇ ਹੀ ਹੁੰਦੇ ਆ ਜੇ ਜੇ ਤੁਹਾਨੂੰ ਸਕੇ ਭੈਣ ਭਰਾ ਕੋਲੇ ਤੁਸੀਂ ਰਹਿਣ ਜਾਵੜੋ ਕੋਈ ਗੱਲ ਨਹੀਂ ਰਹਿ ਦੋ ਚਾਰ ਦਿਨ ਰਹਿੰਦੇ ਬੜੀ ਖੁਸ਼ੀ ਨਾਲ ਰੱਖਦੇ ਫਿਰ ਹੌਲੀ ਹੌਲੀ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਆਉਂਦਾ ਉਹਨਾਂ ਨੂੰ ਬੋਝ ਲੱਗਣ ਲੱਗ ਪੈਂਦਾ ਤੇ ਮੈਂ ਤਾਂ ਇਹ ਅੰਦਾਜ਼ ਹੈ ਨਹੀਂ ਸੀਗਾ ਕੋਈ ਪੱਖਪੂਰਣ ਵਾਲਾ ਪਾਣੀਆਂ ਧੂੜ ਹੋਏ ਅਸੀਂ ਰਹਾ ਦੀ ਐਨੇ ਤਾਂ ਗੁਨਾਹ ਅਸੀਂ ਕੀਤੇ ਵੀ ਨਹੀਂ ਹੋਣੇ ਸਜ਼ਾ ਮਿਲੀ ਸਾਨੂੰ ਜਿੰਨੇ ਗੁਨਾਹਾਂ ਦੀ ਕੀ ਬਾਤ ਇਹ ਮਤਲਬ ਸਾਡੇ ਜਿਹੜੇ ਰਿਸ਼ਤੇਦਾਰ ਮਿੱਤਰ ਬੇਲੀ ਬੜੇ ਤਕੜੇ ਨੇ ਪਰ ਕਿਸੇ ਤੇ ਕਾਦਾ ਮਾਨ ਮੈਂ ਉਹ ਗੀਤ ਲਿਖਿਆ ਸੀ ਹਾਂ ਡੂੰਘੇ ਪਾਣੀਆਂ ਦੇ ਵਿੱਚ ਕਦੇ ਨਹੀਂ ਤਰੀਦਾ ਜੀ ਦਿਲਾਂ ਛੱਡਵੇ ਬਗਾਨਿਆਂ ਤੇ ਮਾਨ ਨਹੀਂ ਕਰੀਦਾ ਪੈਸੇ ਵਾਲੀ ਲੱਗੀ ਹੋਈ ਹੋੜ ਉਹਨਾਂ ਨੂੰ ਹੁਣ ਤੇਰੀ ਰਹੀ ਨਾ ਵੀ ਲੋੜੇ ਉਹਨਾਂ ਨੂੰ ਬੱਦਲਾਂ ਦੇ ਪਰਛਾਵਿਆਂ ਨੂੰ ਕਦੇ ਨਹੀਂ ਫੜੀਦਾ ਦਿਲਾਂ ਛੱਡਵੇ ਬਗਾਨਿਆਂ ਤੇ ਮਾਨ ਨਹੀਂ ਕਰੀਦਾ ਪਹਿਲਾਂ ਮਨਿੰਦਰਜੀਤ ਸਿੰਘ ਜੀ ਮੈਨੂੰ ਲੱਗਦਾ ਹੁੰਦਾ ਛੋਟੇ ਹੁੰਦੇ ਨੇ ਮੈਂ ਯਾਰ ਬਹੁਤ ਆਪਣੇ ਬੰਦੇ ਵਧੀਆ ਯਾਰ ਪਿਆਰ ਕਰਦੇ ਸਾਰੇ ਕਰਦੇ ਹਮ ਪਰ ਜਦੋਂ ਜਵਾਨ ਹੁੰਨੇ ਆ ਉਦੋਂ ਪਤਾ ਨਹੀਂ ਕਿਉਂ ਪਰਿਵਾਰਾਂ ਵਾਲੇ ਹੋ ਕੇ ਕਿਉਂ ਫਰਕ ਪੈ ਜਾਂਦਾ ਫਿੱਕੇ ਪੈ ਜਾਂਦੇ ਰਿਸ਼ਤੇ ਪਾਣੀਆਂ ਪਤਲੇ ਹੋ ਜਾਂਦੇ ਆ ਉਹੀ ਭੈਣ ਭਰਾ ਜਿਹੜੇ ਨਾਲ ਰਹਿੰਦੇ ਨੇ ਦੀ ਕੀ ਹੁੰਦੀ ਐ ਉਹਨਾਂ ਦਾ ਫਰਜ਼ ਹੁੰਦਾ ਦੁੱਖ ਦਰਦ ਬਣਾਉਣਾ ਇੱਕ ਭੈਣ ਭਰਾ ਸਾਡੇ ਸਮਾਜ ਦਾ ਫਰਜ਼ ਹੁੰਦਾ ਸਮਾਜ ਦਾ ਮਤਲਬ ਇਹ ਹੁੰਦਾ ਵੀ ਜਦੋਂ ਕੋਈ ਜੇ ਤੁਹਾਨੂੰ ਤਖਲੀਫ ਨਹੀਂ ਨਾ ਕਿਸੇ ਦੀ ਮਹਿਸੂਸ ਹੁੰਦੀ ਤਾਂ ਤੁਸੀਂ ਇਨਸਾਨ ਕਹੋਂਦੇ ਹੱਕਦਾਰ ਨਹੀਂ ਸਹੀ ਹੈ ਮੰਨ ਲਓ ਹੁਣ ਮੈਂ ਮੈਨੂੰ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਸਹਾਇਤਾਈ ਘਰ ਪਾਇਆ ਮੇਰੇ ਦਿਲ ਚੋਂ ਯਾਰ ਮੈਂ ਕਿਹਾ ਵੀ ਇੱਕ ਆਪਾਂ ਹੋਰ ਲੋਕਾਂ ਦੀ ਵੀ ਸਹਾਇਤਾ ਕਰੀਏ ਹੂੰ ਫਿਰ ਮੈਂ ਸਾਡੇ ਸਕੂਲ ਦੋਨਾਂ ਸਕੂਲਾਂ 'ਚ ਫਿਲਟਰ ਲਵਾਏ ਲੋਕਾਂ ਕੋਲੋਂ ਪੈਸਾ ਮੰਗ ਕੇ ਠੀਕ ਹੈ ਮੇਰਾ ਆਪਣਾ ਨਹੀਂ ਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਫਿਲਟਰ ਲਵਾਏ ਫਿਰ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਬੂਟ ਕੋਟ ਗਰੀਬ ਸੌਰੀ ਕਹਿ ਬੈਠਾ ਮੈਂ ਤਾਂ ਆਪ ਮੇਥੋਂ ਗਰੀਬ ਤਾਂ ਕੋਈ ਨਹੀਂ ਹੂੰ ਤੇ ਚਲੋ ਆਪਦੇ ਵਰਗਿਆਂ ਨੂੰ ਆਪਾਂ ਐਂ ਕਹਿ ਸਕਦੇ ਆ ਕਿ ਕਿਸੇ ਸਹਿਯੋਗ ਨਾਲ ਆਪਦੇ ਵਰਗਿਆਂ ਦੀ ਮਦਦ ਨੂੰ ਆਪਦੇ ਵਰਗੇ ਬੱਚਿਆਂ ਨੂੰ ਮਦਦ ਕਰਾਈ ਪਰ ਉਹਦੇ ਵਿੱਚ ਵੀ ਮੈਨੂੰ ਬੜਾ ਸਾਹਮਣਾ ਕਰਨਾ ਪਿਆ ਪਿੰਡ ਵਾਲੇ ਅੱਜ ਵੀ ਮੈਨੂੰ ਕਹਿੰਦੇ ਯਾਰ ਇਹ ਅੱਗੋਂ ਬਾਲੇ ਮੰਗਾ ਲੈਂਦਾ ਤੇ ਅੱਗੇ ਘਟ ਲਾਂਦਾ ਮੈਂ ਅੱਜ ਕਹਿਣਾ ਚਾਹਣਾ ਕੋਈ ਬੰਦਾ ਮੇਰਾ ਬੈਂਕ ਬੈਲੈਂਸ ਚੈੱਕ ਕਰ ਲੇ ਜੇ ਮੇਰੇ ਬੈਂਕ ਬੈਲੈਂਸ ਚ 1500 ਤੋਂ ਵੱਧ ਹੋਵੇ ਤਾਂ ਮੈਂ ਦੇਣਦਾਰਾਂ ਜਾਂ ਕੋਤੇ ਵੀ ਕੋਈ ਵੀ ਮੈਂ ਇਨਵੈਸਟ ਕੀਤਾ ਹੋਇਆ ਪੈਸਾ ਧੀ ਨਹੀਂ ਪੁੱਤ ਨਹੀਂ ਇੱਥੇ ਛੱਡ ਕੇ ਜਾਣਾ ਮੇਰੇ ਤੇ ਜਿਹੜੇ 4 ਮਰਲੇ ਜਗਾ ਉਹ ਵੀ ਮੈਂ ਛੱਡ ਜਾਣੀ ਐ ਤੇ ਕਿਹਦੇ ਲਈ ਮੈਂ ਜੋੜੂੰਗਾ ਇਹਦੇ ਲਈ ਮੈਂ ਤਾਂ ਸਿਰਫ ਇਹ ਚਾਹੁੰਦਾ ਗੁਜ਼ਰ ਬਸਰ ਚੰਗਾ ਹੋ ਜੇ ਸਾਰੇ ਜਿਹੜੇ ਤੁਹਾਡੇ ਮਾਧਿਅਮ ਹੈ ਤਾਂ ਕਿਸੇ ਮਾਧਿਮ ਨਾਲ ਹੀ ਕਿਸੇ ਦੀ ਸੇਵਾ ਹੋ ਜੇ ਅੱਜ ਮੈਂ ਕਹਿਣਾ ਚਾਹਣਾ ਵੀ ਮੈਂ ਬਦਨਾਮ ਚੰਗੇ ਕੰਮਾ ਕਰਕੇ ਆਇਆ ਹਾਂ ਮਾਰੇ ਕੰਮਾ ਕਰਕੇ ਨਾ ਜੀ ਦਾ ਸਾਥ ਦਿੱਤਾ ਰੱਜ ਕੇ ਦਿੱਤਾ ਉਹਨੇ ਰੱਜ ਕੇ ਹੀ ਬਦਨਾਮ ਕੀਤਾ ਰੱਜ ਕੇ ਕੱਟਿਆ ਮੈਂ ਕਿਸੇ ਪਿੱਛੇ ਆਪਦਾ ਟਾਈਮ ਖਰਾਬ ਕਰਦਾ ਰਿਆ ਹੂੰ ਵੀ ਚੱਲ ਯਾਰ ਇਹਨੂੰ ਲੋੜ ਹੈ ਮੈਨੂੰ ਪਤਾ ਹੈ ਮੇਰੀ ਲੋੜ ਵੇਲੇ ਕੋਈ ਨਹੀਂ ਖੜਾ ਜੀ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਮੈਨੂੰ ਪਤਾ ਹੈ ਤੇ ਇਗਨੋਰ ਕਰਨਾ ਤੇ ਕਿਸੇ ਦੀ ਮਦਦ ਨਾ ਕਰਨੀ ਇੱਕ ਨਾ ਦਰਦ ਦਿੰਦਾ ਹੈ ਕਿੰਨਾ ਦਰਦ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਵੀ ਮੈਂ ਫੇਸਬੁੱਕ ਕਰਾਈ ਮੇਰਾ ਦੋਸਤ ਆ ਪਰਮਜੀਤ ਸਿੰਘ ਬੜਵਾਲ ਸਾਡੇ ਪਿੰਡ ਦਾ ਮੁੰਡਾ ਆ ਉਹ ਕਹਿੰਦਾ ਮੈਂ ਚੰਡੀਗੜ੍ਹ ਬਣਨ ਲੱਗਣਾ ਮੇਰੇ ਕੋਲ ਆ ਗਿਆ ਮੈਂ ਕਿਹਾ ਕਾਕੇ ਮੈਂ ਤੇਰੀ ਕੀ ਮਦਦ ਕਰਾਂ ਯਾਰ ਮੈਂ ਤਾਂ ਆਪ ਗਰੀਬ ਆਂ ਆਂਦਾ ਨਹੀਂ ਜੀ ਮੈਂ ਉੱਥੇ ਰਹਿਣ ਲੱਗਣਾ ਤੁਹਾਡੀ ਜਾਣ ਪਛਾਣ ਹੋਊਗੀ ਮੈਂ ਉਹ ਬਾਈ ਨੂੰ ਫੋਨ ਕੀਤਾ ਬੜਵਾਲ ਸਾਹਿਬ ਨੂੰ ਮੈਂ ਕਿਹਾ ਯਾਰ ਇਸ ਤਰ੍ਹਾਂ ਬੱਚਾ ਆਪਣਾ ਗਰੀਬ ਪਰਿਵਾਰ ਦਾ ਉਹਨਾਂ ਨੇ ਫਿਰ ਉੱਥੇ ਉਹਨੂੰ 1 ਸਾਲ ਪੀਜੀ ਚ ਫ੍ਰੀ ਰੱਖਿਆ ਹੂੰ ਉਹਦੇ ਦੋਸਤ ਨੇ ਉਹ ਬਾਈ ਦਾ ਨਾਮ ਸਤਰਾਮ ਸਿੰਘ ਹੈ ਸ਼ਾਇਦ ਹਮ ਇੱਕ ਸਾਲ ਖਾਣਾ ਦਿੱਤਾ ਅੱਜ ਉਹ ਬੱਚਾ ਵਧੀਆ ਅਫਸਰ ਦਾ ਕੋਰਸ ਕਰ ਰਿਹਾ ਤੇ ਮੈਂ ਉਹ ਬੱਚੇ ਨੂੰ ਕਦੇ ਫੋਨ ਨਹੀਂ ਕੀਤਾ ਹੋਇਆ ਵੀ ਮੈਂ ਕਿਹਾ ਵੀ ਯਾਰ ਅਗਲਾ ਮਹਿਸੂਸ ਨਾ ਕਰੇ ਵੀ ਖੋਰੇ ਮੇਰੇ ਤੋਂ ਸੌਣ ਕਰਕੇ ਦੁਬਾਰਾ ਬਾਰ-ਬਾਰ ਫੋਨ ਕਰਦਾ ਨਾ ਉਹ ਬੱਚਾ ਦਾ ਮੈਂ ਤੈਨੂੰ ਡੱਬਾ ਦੇ ਕੇ ਜਾਊਂਗਾ ਜਿੱਤੇ ਮਨ ਲੱਗਿਆ ਮੈਂ ਕਿਹਾ ਯਾਰ ਤੂੰ ਭਲਾ ਮੈਨੂੰ ਬੁਲਾਈਂ ਨਾ ਜਾਣ ਦੀ ਖੁਸ਼ੀ ਹੈ ਤੇਰੇ ਕਾਮਯਾਬ ਹੋਣ ਦੀ ਵੀ ਮੈਂ ਉਹਦਾ 5 ਮਿੰਟਾਂ ਚ ਕੰਮ ਕਰਤਾ ਇੱਕ ਬੱਚਾ ਹੋਰ ਲਵਾਇਆ ਮੈਂ ਉਹ ਆਪ ਦੀ ਥਾਂ ਤੇ ਮੈਨੂੰ ਕਿਸੇ ਦਾ ਜਾਣ ਪਛਾਣ ਚ ਮੈਂ ਫੋਨ ਕੀਤਾ ਮੈਂ ਖੈਰ ਬੰਦੇ ਨੂੰ ਰੱਖਣਾ ਉਹਨੇ ਰੱਖ ਲਿਆ ਵੀ ਮੈਨੂੰ ਉਹ ਕਹਿੰਦੇ ਯਾਰ ਤੂੰ ਇਡੀ ਛੇਤੀ ਹਰੇਕ ਦਾ ਕੰਮ ਕਰ ਦੇਣਾ ਮੈਂ ਕਿਹਾ ਮੈਨੂੰ ਪਤਾ ਮੇਰੇ ਮੇਰਾ ਕੰਮ ਕਿਸੇ ਨੇ ਨਹੀਂ ਕੀਤਾ ਹੂੰ ਮੈਨੂੰ ਦਰਦ ਆ ਵੀ ਜਦੋਂ ਕਿਸੇ ਦੇ ਜੇ ਤੁਹਾਡੀ ਹੈਗਾ ਅਪਰੋਚ ਨਾ ਜਾਂ ਕਿਸੇ ਅਫਸਰ ਨਾਲ ਦੋਸਤੀ ਹੈ ਤਾਂ ਉਹਦਾ ਸਹੀ ਇਸਤੇਮਾਲ ਕਰੋ ਨਾ ਕਿ ਗਲਤ ਤੇ ਬਾਕੀ ਹੁਣ ਤਾਂ ਮਨਿੰਦਰਜੀਤ ਸਿੰਘ ਜੀ ਸਰਕਾਰਾ ਤੋਂ ਇਹੀ ਉਮੀਦ ਕਰਦੇ ਆਂ ਵੀ ਸਾਡੇ ਵਰਗੇ ਜਿਹੜੇ ਹੈਂਡੀਕੈਪਟ ਆ ਕਿੰਨੇ ਆ ਉਹਨਾਂ ਨੂੰ ਘੱਟੋ ਘੱਟ ਬਾੜੀ ਤਾਂ ਨਹੀਂ 5-7000 ਰੁਪਿਆ ਪੈਨਸ਼ਨ ਤਾਂ ਹੋਵੇ 5-7000 ਰੁਪਏ ਜਰੂਰੀ ਆ ਇਹ ਜੀ ਜੇ ਉਹ ਦੋ ਜੀ ਹੈ ਹਮ ਤਾਂ 1500 3000 ਨਾ ਕੀ ਕਰਨਗੇ ਦੱਸੋ ਨਹੀਂ ਹੁੰਦਾ ਉਹਨਾਂ ਦੇ ਘਰ ਬੱਚੇ ਵੀ ਆ ਬਿਲਕੁਲ ਜੇ ਉਹਨਾਂ ਦੇ ਬੱਚੇ ਆ ਫਿਰ ਉਹਨਾਂ ਦੀਆਂ ਲੋੜਾਂ ਵੀ ਆ ਜਿਹੜੇ ਰਾਇ ਹੋਇਆ ਚਲ ਮੇਰੇ ਅਰਗਾ ਤਾਂ ਛੜੇ ਮਲੰਗਦਾ ਤਾਂ ਸੜ ਜਾਂਦਾ ਪਰ ਲੋੜਾਂ ਤਾਂ ਮੇਰੀਆਂ ਵੀ ਨਾ ਭੈਣ ਨਾ ਖਾਣਾ ਭੈਣ ਭਾਈ ਜਦੋਂ ਸਕੂਲ ਜਾਂਦਾ ਹੈ ਮਤਲਬ ਖਾਸ ਕਰਕੇ ਉਹ ਜਿਹੜੀਆਂ ਬਚਪਨ ਦੀ ਔਰ ਹੁੰਦੀ ਸਾਥੀ ਵੀ ਚਲੋ ਉਹ ਜਿਹੇ ਹੁੰਦੇ ਆ ਉਸ ਤੋਂ ਬਾਅਦ ਸਮਾਜ ਦੇ ਵਿੱਚ ਜੇ ਸਾਡੇ ਕਿਸੇ ਚੀਜ਼ ਦੀ ਠੀਕ ਆ ਸਾਡੇ ਸੋਸ਼ਲ ਮੀਡੀਆ ਤੇ ਕਹਿ ਲਿਏ ਜਾਂ ਸਾਡੇ ਵਿਦਵਾਨਾਂ ਚ ਕਹਿ ਲਿਏ ਜਾਂ ਵਿਦਵਾਨਾਂ ਕੋਲੇ ਕਹਿ ਲਿਏ ਉੱਥੇ ਬਰਾਬਰਤਾ ਅਖਬਾਰਾਂਆਂ ਦੀਆਂ ਗੱਲਾਂ 'ਚ ਜ਼ਰੂਰ ਹੁੰਦੀ ਹੈ ਕਾਗਜ਼ੀ ਗੱਲਾਂ 'ਚ ਬਹੁਤ ਬਰਾਬਰਤਾ ਹੁੰਦੀ ਹੈ ਬਰਾਬਰਤਾ ਆ ਚੁੱਕੀ ਚਾਹੇ ਜਾਤੀ ਦੀ ਹੋਵੇ ਚਾਹੇ ਧਰਮ ਦੀ ਹੋਵੇ ਚਾਹੇ ਜਿਵੇਂ ਹੁਣ ਤੁਸੀਂ ਹੋ ਹੈਂਡੀਕੈਪਡ ਪਰ ਐਕਚੁਅਲ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਕੀ ਕੀ ਨਾਮਾਂ ਨ ਕਿਸ ਕਿਸ ਤਰੀਕੇ ਨਾਲ ਸੰਬੋਧਨ ਕੀਤਾ ਜਾਂਦਾ ਇਹ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਸਿੱਧੂ ਸਾਹਿਬ ਮੈਂ ਭੁੱਲ ਗਿਆ ਸੀ ਵਿਸਰ ਗਿਆ ਸੀ ਇਹ ਗੱਲਾਂ ਹੂੰ ਜਿਹੜੀਆਂ ਇਹ ਗੱਲਾਂ ਨਾਲ ਬਰਾਬਰਤਾ ਦੀਆਂ ਹਾਂ ਤੇ ਇਸ ਵਕਤ ਹੀ ਤੁਹਾਡੇ ਇੱਕ ਆਗਜ਼ੀ ਹੈ ਹੂੰ ਤੇ ਸਰਕਾਰੀ ਖਾਤੇ ਆ ਜੀ ਸਕੂਲ ਟਾਈਮ ਦੇ ਵਿੱਚ ਮੈਨੂੰ ਯਾਦ ਆ ਮੈਂ ਪ੍ਰੇਅਰ ਦੇ ਵਿੱਚ ਖੜ ਗਿਆ ਜਾਕੇ ਮੈਨੂੰ ਕੀ ਪਤਾ ਸਨ 5ਵੀਂ ਤੋਂ ਬਾਅਦ 6ਵੀਂ ਕਲਾਸ ਤੇ ਹੁਣ ਮੇਰਾ ਤਾਂ ਉਹ ਸਾਬਸਾ ਮੈਂ ਜਦੋਂ ਕੀਤਾ ਸਾਰੇ ਬੱਚੇ ਹੱਸ ਪਏ ਹੂੰ ਮੈਨੂੰ ਮੁਰੇ ਜਦੋਂ ਸਾਵਧਾਨ ਵਿਸ਼ਰਮ ਉਹ ਮੈਂ ਕਰੋੜੀ ਨਾ ਕੀਤਾ ਸਾਰੇ ਜਵਾਗ ਹੱਸ ਪਏ ਤੇ ਮਾਸਟਰ ਮੈਨੂੰ ਕਦੇ ਤੂੰ ਨਾ ਆਇਆ ਕਰ ਮੈਂ ਕਹੀ ਕਾ ਤੂੰ ਤੇ ਉਹ ਕਹਿੰਦੇ ਵੀ ਕਿ ਲੋਕ ਹੀ ਨਹੀਂ ਮੈਂ ਨਿਤ ਪ੍ਰੇਰ ਹੁੰਦੀ ਦੇਖਦਾ ਮੈਂ ਨਿਤ ਫੁੱਟਬਾਲ ਖੇਡਦੇ ਦੇਖਦਾ ਬੱਚੇ ਨੂੰ ਮੈਂ ਤੱਕ ਕੁਝ ਨਹੀਂ ਹੋ ਸਕਿਆ ਮੈਂ ਬੇਰਵਰ ਹੈਗਾ ਨਾ ਜਿੱਤਾਂ ਚ ਮੈਂ ਨਿਤ ਮੇਰਾ ਉਹ ਬੱਚੇਸ ਪਾਰਟਿਸਿਪੇਟ ਕਰਦੇ ਭੰਗੜਾ ਪਾਉਂਦੇ ਨੱਚਦੇ ਸਟੇਜ ਤੇ ਬਾਲ ਸਭਾ ਚ ਕੋਈ ਕਰਦੇ ਮੈਨੂੰ ਕਿਤੇ ਵੀ ਸ਼ਾਂਤ ਕਹਿੰਦਾ ਨਹੀਂ ਤੂੰ ਬਹਿ ਜਾ ਤੂੰ ਰਹਿਣ ਦੇ ਤੂੰ ਰਹਿਣ ਦੇ ਮਤਲਬ ਕੋਈ ਮਤਲਬ ਤਖਲੀਬ ਤਾਂ ਬਹੁਤ ਹੁੰਦੀ ਸੀ ਵੀ ਗਏ ਯਾਰ ਪਰ ਜਿੰਦਗੀ ਖਤਮ ਹੋ ਅਦਰਬ ਮੈਂ ਤਾਂ ਸੋਚਦਾ ਵੀ ਜਿਹੜੇ ਹਾਲਾਤ ਮੇਰੇ ਸੋਚਦੇ ਮੈਂ ਪਹੁੰਚ ਕਿਵੇਂ ਗਿਆ ਇਤੋਂ ਤੱਕ ਇੰਨੇ ਸਾਲ ਤੱਕ ਹੋਰ ਬੰਦਾ ਨਾ ਤਾਂ ਅਲਵਿਦਾ ਕਹਿ ਜਾਂਦਾ ਜ਼ਿੰਦਗੀ ਚ ਪਹਿਲੇ ਕਹਿ ਕੇ ਹਟਿਆ ਤੁੰ। ਹਮ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਜ਼ਿੰਦਗੀ ਤੋਂ ਘਬਰਾਉਣਾ ਨਹੀਂ ਚਾਹੀਦਾ। ਠੀਕ ਹੈ। ਕਦੇ ਵੀ ਸੁਣੋ ਤਖਲੀਬ ਆਉਂਦੀ ਹੈ। ਇਹ ਥੋੜੇ ਚਰੀ ਹੁੰਦੀ ਹੈ। ਬਾਕੀ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਲਓ ਤੁਸੀਂ। ਤੇ ਉਹਨਾਂ ਨੇ ਸਰਬੰਸਵਾਦ ਹਮ ਸਾਡੇ ਜੀ ਜੀ ਕੋਈ ਨਹੀਂ ਕਰੂ ਗੱਲਬਾਤ ਉਹਨਾਂ ਉਹਨਾਂ ਨੇ ਇੰਨੀਆਂ ਤਕਲੀਫਾਂ ਆਈਆਂ ਇੱਕ ਉਹਨਾਂ ਦੀ ਲਿਖਤ 'ਚ ਇੱਕ ਵੀ ਤਲਖੀ ਨਹੀਂ ਹੈ ਤਲਖੀ ਨਹੀਂ ਹੈਗੀ ਅਸੀਂ ਅਸੀਂ ਸਿੱਖੋ ਕਿ ਘਬਰਾਉਣਾ ਨਹੀਂ ਚਾਹੀਦਾ ਕਿ ਮੈਂ ਇਹ ਇੱਥੇ ਮਾਧਿਮਨ ਘਬਰਾਉਂਦਾ ਨਹੀਂ ਹੂੰ ਇਹ ਬਸ ਦੱਸਦਾ ਵੀ ਤਕਲੀਫਾਂ ਕੀ ਹੁੰਦੀਆਂ ਹੂੰ ਵੀ ਜ਼ਿੰਦਗੀ 'ਚ ਜਿਹੜੇ ਸਹੀ ਬੰਦੇ ਨਾ ਇਹ ਕਹਿ ਦਿੰਦੇ ਆ ਜੀ ਸਾਡੇ ਕੋਲ ਗਰੀਬੀ ਹੋ ਕੋਈ ਚੱਕਰ ਨਹੀਂ ਹੂੰ ਅਤੇ ਤੰਦਰੁਸਤੀ ਨਾਲ ਜ਼ਰੂਰੀ ਹੈ ਜੇ ਬੰਦੇ ਕੋਲ ਤੰਦਰੁਸਤੀ ਹੋਵੇ ਨਾ ਜੀ ਗਰੀਬੀ ਭਵਾਂ ਅੰਤਾਂ ਦੀ ਬੰਦਾ ਕੱਢ ਦਿੰਦਾ ਸਹੀ ਹੈ ਜੀ ਹੁਣ ਮੈਂ ਤਾਂ ਨਾ ਗਰੀਬੀ ਕੱਢ ਸਕਿਆ ਤੇ ਨਾ ਸਮਾਜ ਦੇ ਬਰਾਬਰ ਆ ਸਕਿਆ ਬਰਾਬਰ ਆ ਸਕਿਆ ਹੈਂਡੀਕੈਪਟ ਬੰਦਾ ਅੰਗਹੀਨ ਬੰਦਾ ਸਮਾਜਿਕ ਨਾ ਬਰਾਬਰੀ ਦਾ ਸ਼ਿਕਾਰ ਵੀ ਹੁੰਦਾ ਉਹ ਦੋ ਦੋਰੇ ਸੰਘਰਸ਼ਾਂ ਚੋਂ ਲੜਦਾ ਹੂੰ ਜਿਹੜੇ ਵਿਚਾਰੇ ਜਰਨਲ ਬੰਦੇ ਆ ਹੈਂਡੀਕੈਪਟ ਨੂੰ ਮੈਂ ਜਰਨਲ ਚ ਕਿਸੇ ਕੈਟਾਗਰੀ ਚ ਨਹੀਂ ਆਉਂਦਾ ਅੰਗਹੀਨ ਅੰਗਹੀਨੀ ਆ ਦੁਰਦਸ਼ਾ ਸਾਰਿਆਂ ਦੀ ਇੱਕੋ ਜੀ ਹੁੰਦੀ ਹੈ ਹੂੰ ਅੰਤ ਸਾਰਾ ਟੋਡਲੀ ਗੱਲ ਆ ਵੀ ਆ ਉਹਨਾਂ ਕੋਈ ਖਰਾਏ ਖੁਸ਼ ਨਹੀਂ ਨਹੀਂ ਕਰਾ ਕੇ ਖੁਸ਼ੀ ਬਹੁਤ ਮਿਰਦੇ ਆ ਅਬ ਜਾਨਣਾ ਮੈਂ ਬਖ ਹਮ ਇੱਕ ਜਿਹੜਾ ਸਾਡੇ ਪਤਾ ਨਹੀਂ ਕੀ ਗੱਲ ਹੈ ਪ੍ਰਧਾਨ ਵੀ ਉਹੋ ਜਿਹਾ ਬਣਦੇ ਆ ਇਹ ਅਜ ਤੱਕ ਮੋਰਚੇ ਬੜੇ ਲੱਗੇ ਸਾਰਾ ਕੁਝ ਬਣਿਆ ਪਰ ਸੱਟ ਹੱਕ ਨਹੀਂ ਆਸਲ ਹੋਏ ਜਿੰਨਾ ਜਿਹੜੇ ਨਹੀਂ ਦੇਖ ਸਕਦੇ ਬੰਦੇ ਉਹ ਲੈ ਗਏ ਹੱਕ ਹਮ ਉਹਨਾਂ ਦੇ ਬੰਦੇ ਜਿਆਦਾ ਨੌਕਰੀਆਂ ਤੇ ਆ ਮੈਂ ਕੋਈ ਗਿਲਾ ਨਹੀਂਗਾ ਪਰ ਮੈਂ ਇਹ ਚਾਹਣਾ ਵੀ ਸਰਕਾਰ ਨੂੰ ਬਰਾਬਰਤਾ ਚਾਹੀਦੀ ਸਾਡੇ ਬੰਦੇ ਉਧਾਰ ਰੱਖਣਾ ਚਾਹੀਦਾ ਜਿਹੜਾ ਬੰਦਾ ਾਂਗੇ ਹੀ ਨੋਹਿਣਾ ਲੱਤਾਂ ਬਾਦੋਂ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਉਹਦੇ ਮੂੰਹ ਤੇ ਪਰਦਾ ਪਾ ਦੇ ਬਚਪਨ ਦੀ ਜਦੋਂ ਹੋ ਜਾਂਦਾ ਨਹੀਂ ਤਨਾ ਉਹਨੂੰ ਉਹ ਤੋਂ ਵਰਗਾ ਨਰਕ ਕੋਈ ਹੈ ਨਹੀਂਗਾ ਲੋਕ ਸਾਨੂੰ ਇੱਕ ਹੋਰ ਗੱਲ ਕਹਿੰਦੇ ਜੀ ਜਿਹੜਾ ਤੁਸੀਂ ਨਾਂ ਕਿਹਾ ਸੀਗਾ ਪਹਿਲਾਂ ਸੱਚੋ ਗੱਲਾਂ ਸੁਣੀ ਜਾਣਗੇ ਸੁਣੀ ਜਾਣਗੇ ਫਿਰ ਉਹੀ ਕਹਿਣਗੇ ਯਾਰ ਇਹਨਾਂ ਚ ਤੱਕ ਰਾ ਕੇ ਵੱਧ ਹੁੰਦੀ ਹੈ ਹਾਂ ਸੱਦੀ ਜੇ ਪੰਜਾਬੀ ਗੱਲ ਹੋਵੇ ਲੂਲੇ ਲੰਗੜਾਂ ਤੱਕ ਲਾ ਦੋ ਇੱਕ ਦਾ ਇੱਕ ਦਾਕ ਵੱਧ ਹੁੰਦੀ ਹੈ ਨਾਲੇ ਗੱਲਾਂ ਸੁਣੀ ਜਾਣਗੇ ਇਸ ਚੀਜ਼ ਦਾ ਦੁੱਖ ਆਉਂਦਾ ਯਾਰ ਚਾ ਸਾਡੇ ਵੀ ਆ ਦਿਲ ਸਾਡਾ ਵੀ ਹੈ ਸੱਦਰਾ ਸਾਡੀਆਂ ਵੀ ਹੈ ਪਰ ਹੁਣ ਜੇ ਅਸੀਂ ਗੱਲਾਂ ਹੁਣ ਜੇ ਰੋਈ ਜਾਵਾਂਗੇ ਰੋਣਾ ਰੋਣ ਦਿੰਦੇ ਆ ਨਾ ਹੱਸਣ ਦਿੰਦੇ ਆ ਕੀ ਕਰੀਏ ਜੇ ਰੋਣੇ ਤਾਂ ਆਂਦੇ ਯਾਰ ਫਿਰ ਕੀ ਹੋ ਗਿਆ ਰੱਬ ਨੇ ਕੀਤਾ ਤੁਹਾਡੇ ਪਾਪ ਕੀਤੇ ਹੋਣਗੇ ਪਿਛਲੇ ਪਿਛਲੇ ਜਨਮਾਂ ਦੀ ਸਜ਼ਾ ਤੁਹਾਨੂੰ ਨਾਲੇ ਸਜ਼ਾ ਦੇ ਜਾਣਗੇ ਨਾਲੇ ਮੈਂ ਕਹਿਆ ਵੀ ਰੱਬ ਆ ਜਿਹੜਾ ਰੱਬ ਤਾਂ ਕਿਸ ਨੂੰ ਸਜਾ ਦਿੰਦਾ ਹੀ ਨਹੀਂ। ਉਹ ਬਖਸ਼ਨਾਾਰ ਹੈ। ਮਾਂ ਪਿਓ ਆਦੇ ਪੁੱਤ ਨੂੰ ਸਜਾ ਦੇਊਗਾ? ਨਹੀਂ। ਇੱਕ ਮਾਂ ਦਾ ਬੱਚਾ ਭਾਵੇਂ ਕਿੱਡਾ ਨਲਾਇਕ ਹੈ ਉਹਦੇ ਲਈ ਉਹ ਮਹਾਰਾਜਾ ਉਹ ਹੀ ਤੇ ਤੇ ਉਹ ਸੱਚੇ ਪਾਤਸ਼ਾਹ ਕਿਵੇਂ ਸਜਾ ਦੇਊਗਾ ਕਿਸ ਨੂੰ? ਇਹ ਤਾਂ ਸਰੀਰਿਕ ਘਾਟਵਾਦ ਹੋ ਗਈ। ਸਹੀ। ਮਿੱਟੀ ਸੀ। ਕਿਸੇ ਦੀ ਟੇਢੀ ਲੱਗ ਗਈ, ਕਿਸੇ ਦੀ ਸਿੱਧੀ ਲੱਗ ਗਈ। ਹਮ। ਅਸੀਂ ਮਿੱਟੀ ਦੇ ਜਾਇ ਸੀ। ਮਿੱਟੀ ਜੀ ਰੋਲ ਤਾਂ। ਮਿੱਟੀ। ਸੁਪਰਮਾਤਮਾ ਨੂੰ ਸ਼ੁਕਰਗੁਜ਼ਾਰ ਆ ਜੀ ਵੀ ਸਬੂਧਿ ਬਖਸ਼ੀ ਅੱਜ ਤੁਹਾਡੇ ਤੱਕ ਤਾਂ ਬੈਠੇ ਆ ਤੁਹਾਡੇ ਵਰਗੇ ਦੋਸਤਾਂ ਨਾਲ ਬੈਠੇ ਆ ਕਰੋੜਾਂ ਪਤੀ ਬੰਦੇ ਉਹਨਾਂ ਨੂੰ ਕੋਈ ਦੇਖ ਨਹੀਂ ਰੱਜ ਅੱਜ ਤੁਹਾਡੇ ਮਾਧਿਮ ਰਾਹੀਂ ਮੈਨੂੰ ਕੋਈ ਸਾਚਾਰ ਭਰਾ ਦੇਖਤਾ ਰਹੇ ਸੇਖ ਸੁਣਤਾ ਰਹਿਣਗੇ ਹਾਂ ਹੈਨਾ ਕਿਸੇ ਕੋਲੇ ਆਪਣੇ ਗੱਲ ਰੱਖਣ ਦਾ ਵੀ ਜਰੀਆ ਨਹੀਂ ਇੰਨਾ ਪੈਸਾ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸਹੀ ਹੈ ਪੈਸਾ ਵੀ ਨਹੀਂ ਇਹ ਆਕਾਲਪੁਰਖ ਦੀ ਮਿਹਰ ਵੀ ਚਾਹੀਦੀ ਹੈ ਮਿਹਰ ਬਿਨਾ ਸਾਰੀਆਂ ਗੱਲਾਂ ਖਾਲੀ ਹੈ ਸਹੀ ਹੈ ਹਾਂਜੀ ਇਹ ਤਾਂ ਕੁਦਰਤ ਦੇ ਚੱਕਰ ਹੈ ਜੀ ਕੁਦਰਤ ਦੇ ਚੱਕਰ ਹੈ ਹਾਂ ਕਿਸੇ ਦੇ ਜਿਵੇਂ ਤੁਸੀਂ ਕਹੇ ਬਈ ਮਾਂ ਨੂੰ ਟੀਵੀ ਸੀ ਮਤਲਬ ਅੰਗ ਹੀਣ ਦਾ ਤਾਂ ਅੰਗ ਹੀ ਮਾਂ ਹੁੰਦੀ ਹੋ ਹਾਂਜੀ ਬਿਓ ਤਾਂ ਸਾਰਾ ਕੁਝ ਹੀ ਮਤਲਬ ਜਿਹੜਾ ਕੋਈ ਛੋਟੇ ਹੁੰਦਿਆਂ ਨੂੰ ਜਿਵੇਂ ਤੁਸੀਂ ਕਹੇ ਘਾਟ ਰਹੀ ਪਹਿਲਾਂ ਸਰੀਰਕ ਤੌਰ ਤੇ ਉਹ ਮਤਲਬ ਹੋਰ ਤਾਂ ਸਾਰਾ ਕੁਝ ਦਾ ਦੇਖਭਾਲ ਉਹਦਾ ਹੌਸਲਾ ਉਹਦਾ ਸਾਰਾ ਕੁਝ ਹੀ ਮਾਂ ਹੀ ਹੁੰਦੀ ਹੋ ਬਸ ਇੱਕ ਛੋਟੇ ਬੱਚੇ ਲਈ ਮਾਂ ਬਹੁਤ ਜ਼ਰੂਰੀ ਹੁੰਦੀ ਹੈ ਹਰ ਇੱਕ ਬੰਦੇ ਲਈ ਮਾਂ ਜ਼ਰੂਰੀ ਹੈ ਮਾਂ ਪਵਾ ਕੋਈ 70 ਸਾਲ ਦਾ ਹੋ ਗਿਆ ਉਹਦੇ ਲਈ ਮਾਂ ਮਾਂ ਵਰਗਾ ਪਿਆਰ ਤੇ ਨਿੱਘ ਦੁਨੀਆ ਦੀ ਕੋਈ ਚੀਜ਼ ਨਹੀਂ ਦੇ ਸਕਦੀ ਤੇ ਮਾਂ ਵਰਗਾ ਹੌਸਲਾ ਤੇ ਸੱਚੀ ਖੁਸ਼ੀ ਬੰਦਾ ਲੱਖ ਕਰੋੜਾਂ ਜਿੱਤ ਕੇ ਆ ਜਾਏ ਕਰੋੜਾਂ ਬੰਦਿਆਂ ਨੂੰ ਵਧਾਈਆਂ ਦੇਣ ਵਾਲੇ ਹੋਣ ਪਰ ਜਿਹੜੀ ਮਾਂ ਨੇ ਵਧਾਈ ਦੇਣੀ ਨਾ ਉਹਦੀ ਖੁਸ਼ੀ ਜ਼ਿਆਦਾ ਹੋਊਗੀ ਸੋ ਜਿਹੜਾ ਹੈਂਡੀਕੈਪਟ ਬੱਚਾ ਉਹਨੂੰ ਤਾਂ ਮਾਂ ਦੀ ਬਹੁਤ ਜ਼ਿਆਦਾ ਲੋੜ ਹੈ ਮਾਂ ਤਾਂ ਵਿਚਾਰੀ ਆਪ ਪਈ ਹੁੰਦੀ ਸੀ ਹੂੰ ਮੈਂ ਉਹਦੇ ਆਸੇ-ਪਾਸੇ ਰੁੜਿਆ ਫਿਰਨਾ ਹੋ ਸਕਦਾ ਮੇਰੇ 헤ਰਵੇਨ ਵਾਲੀ ਪੈ ਗਈ ਹੋ ਸਕਦਾ ਟੀਵੀ ਤਾਂ ਤਾਂ ਬਾਹਰ ਨਹੀਂ ਸੀ ਚਿੰਤਾ ਮਾਂ ਨੂੰ ਚਿੰਤਾ ਵੀ ਖਾ ਜਾਂਦੀ ਟੀਵੀ ਤਾਂ ਚੱਲ ਉਹਦੀ ਇਲਾਜ ਚੱਲ ਰਿਹਾ ਸੀਗਾ ਤੇ ਉਹ ਕਈ ਵਾਰੀ ਉਹਨਾਂ ਸਹੀ ਹੋਣਾ ਨਾ ਵਿੱਚੋ ਜੇ ਹੂੰ ਤੇ ਮੈਨੂੰ ਲੈ ਕੇ ਚੱਲ ਪਏ ਨਾ ਕਰੀ ਬੰਗਲੇ ਲੈ ਗਈ ਫਾਇਲ ਕੇ ਅੱਛਾ ਫਾਇਲ ਕੇ ਲੈ ਗਈ ਮੰਮੀ ਮੈਂ ਉਹ ਨਾ ਮੈਨੂੰ ਬਿਠਾ ਕੇ ਸਾਨੂੰ ਇੰਨੀ ਭੁੱਖ ਲੱਗੀ ਸਾਡੇ ਕੋਲੇ ਉਹਨਾਂ ਕੋ ਪੈਸੇ ਹੁੰਦੇ ਸੀ ਅਸੀਂ ਟਮਾਟਰ ਲੈ ਠੀਕ ਹੈ ਟਮਾਟਰ ਖਾਦੇ ਮੈਨੂੰ ਖਵਾ ਦੇ ਮੈਂ ਵੀ ਵੀ ਭੁੱਖ ਲੱਗੀ ਐ ਉਹਨਾਂ ਦੀ ਆਪਣੇ ਕੋਲ ਪੈਸੇ ਥੋੜੇ ਕਰਾਇਆ ਹੈ ਨਹੀਂ ਦਵਾਈ ਲੈਣ ਲਈ ਡਾਕਟਰ ਨੇ ਡਾਕਟਰ ਵੀ ਬਹੁਤ ਅਛੋਸ਼ਨ ਕਰਦੇ ਜਦੋਂ ਗਰੀਬ ਬੱਚਾ ਯਾਰ ਹੈਂਡੀਕੈਪਡ ਮਾਂ ਲੈ ਕੇ ਆਈ ਐ ਤੁਸੀਂ ਉਹ ਤਾਂ ਕਿਉਂ ਲੁੱਟਦੇ ਹੋ ਠੀਕ ਗੱਲ ਕੋਈ ਤਰਸ ਨਹੀਂ ਕਰਦਾ ਤੇ ਉਹ ਅਸੀਂ ਟਮਾਟਰ ਖਾਦੇ ਉਹ ਟਮਾਟਰ ਲੈਂਡ ਜਾਵੜੀ ਮੇਰੀ ਮਾਂ ਤੇ ਮੈਂ ਵੇਖਿਆ ਛੋਟਾ ਬੱਚਾ ਰੋਣ ਲੱਗ ਪਿਆ ਉੱਥੇ ਤੇ ਮੈਨੂੰ ਬੜਾ ਮੈਂ ਉਹ ਜਦ ਦਵਾਈ ਉਹਨਾਂ ਦੇ ਬੱਚਾ ਕਿਦਰ ਰੋਈ ਜਾਂਦੇ ਜਦੋਂ ਮੇਰੀ ਮਾਂ ਜਾਂਦੇ ਕੀ ਗੱਲ ਹੋ ਗਈ ਹੈ ਮੈਂ ਮਮੀ ਵੀ 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 ਤੂੰ ਦੂਰ ਜਾਵੜੀਂ ਸੇ ਮੈਂ ਤੂੰ ਮੈਨੂੰ ਰੋਣ ਆ ਗਿਆ ਮੈਂ ਡਰ ਗਿਆ ਇੱਕ ਦਿਨ ਮੇਰੀ ਮਾਂ ਸ਼ਹਿਰ ਗਈ ਮੈਂ ਸਾਰੀ ਦਿਹਾੜੀ ਅੱਡੇ ਤੇ ਬੈਠਾ ਰਿਆ ਅੱਜ ਮੇਰਾ ਉਸੇ ਰਾਹ ਤੇ ਘਰ ਹੈ ਸਵੇਿਆਂ ਦੇ ਰਾਤ ਪਰ ਮਾਂ ਮੁੜੀ ਨਹੀਂ ਅਜੇ ਤੱਕ ਜੀ ਨੇ ਜੀਤੇ ਮਾਂ ਹੈਣੀ ਨਾ ਬਈ ਉਹਨੂੰ ਪਤਾ ਹੈ ਤੇ ਮੈਂ ਇਹ ਬੇਨਤੀ ਕਰਦਾ ਮਾਂਵਾਂ ਦੀ ਕਦਰ ਕਰੋ ਯਾਰ ਮਾਂਵਾਂ ਵਰਗਾ ਦੁਨੀਆ ਤੇ ਕੁਝ ਵੀ ਨਾ ਹੋਵੇ ਯਾਰ ਜਿਹਦੇ ਕੋਲੇ ਮਾਂ ਨਾ ਮੈਂ ਨਾ ਮੈਂ ਜਮਾਂ ਮਲੰਗ ਹੋ ਜਾਂਦਾ ਮੈਨੂੰ ਮਾਂ ਦਿੰਦਾ ਰੱਬ ਮਾਂ ਮੇਰੀ ਨਾ ਮਰਦੀ ਨੌਕਰੀ ਦਾ ਕੋਈ ਚੱਕਰ ਨਹੀਂ ਸੀਗਾ ਮਾਂ ਮਾਂ ਵਰਗਾ ਕਣਛਾਵਾ ਬੂਟਾ ਮੈਨੂੰ ਕਿਧਰੇ ਨਜ਼ਰ ਆਇਆ ਵੀ ਲੈ ਕੇ ਜਿਸ ਤੋਂ ਛਾਂ ਧਾਰੀ ਰੱਬ ਨੇ ਸਵਰਗ ਬਣਾਇ ਐਵੇਂ ਨਹੀਂ ਲਿਖਿਆ ਉਹ ਹਰ ਭਜਨ ਮਾਨ ਸਾਹਿਬ ਦਾ ਗਾਣਾ ਬਹੁਤ ਸੋਹਣਾ ਮੈਂ ਵੇਖ ਕੇ ਕਈ ਵਾਰੀ ਸੁਣ ਕੇ ਬਹੁਤ ਰੋਣਾ ਨਾ ਇਹ ਮੈਂ ਪੁੱਤਰ ਵਿਆਹ ਹੀ ਨਾ ਤੂੰ ਤੀਆਂ ਹੱਥੀ ਤੋਰੀਆਂ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ ਸਾਡੀ ਮਾਂ ਨੇ ਸਾਨੂੰ ਚੱਕ ਕੇ ਲੋਰੀ ਨਹੀਂ ਦੇ ਸਕੀ ਅਸੀਂ ਬਸ ਰੁਲ ਖੁਲ ਕੇ ਵੱਲ ਗਿਆ ਮੈਂ ਤੇ ਬੜੇ ਸੱਜਣ ਮਿੱਤਰ ਆਏ ਜ਼ਿੰਦਗੀ ਦੇ ਵਿੱਚ ਹੁਣ ਆਏ ਵਧੀਆ ਚਲੋ ਉਹਨਾਂ ਨੇ ਘਰ-ਬਾਰ ਬਣਾਤਾ ਮੈਨੂੰ ਮੈਂ ਜ਼ਿੰਦਗੀ ਸਥਿਰ ਹੈ ਪਰ ਉਹ ਇੱਕ ਜਦੋਂ ਮੈਂ ਤੁਹਾਨੂੰ ਦੱਸਦਾ ਮੈਂ ਫਿਲਮਾਂ 'ਚ ਵੀ ਆਇਆ ਦੂੰਗਾ ਠੀਕ ਹੈ ਹੇ ਫਿਲਮਾਂ ਚ ਰੋਲ ਮਿਲਿਆ ਹੈ ਹਾਂਜੀ ਦੋ ਫਿਲਮਾਂ ਚ ਰੋਲ ਕੀਤਾ ਵੀ ਜੀ ਜੀ ਕਿਹੜੇ ਕਿਹੜੇ ਚ ਇੱਕ ਬਲੈਕੀਅਰ ਚ ਠੀਕ ਹੈ ਇੱਕ ਕੀਤਾ ਮੈਂ ਰੋਲ ਨਿਸ਼ਾਨਾ ਮੂਵੀ ਚੱਲ ਰਹੀ ਆ ਠੀਕ ਹੈ ਉਹ ਬਾਈ ਸੁਖਮਿੰਦਰ ਸਿੰਘ ਢੰਜਲ ਸਾਹਿਬ ਮੇਰੇ ਲਈ ਰੱਬ ਨੇ ਤੁਹਾਨੂੰ ਇੱਕ ਇਨਸਾਨੀਅਤ ਦੀ ਗੱਲ ਦੱਸਦਾ ਮੈਂ ਹਾਂਜੀ ਡਾਇਰੈਕਟਰ ਸੁਖਮਿੰਦਰ ਢੰਜਲ ਸਾਹਿਬ નેਸ਼ਨਲ ਅਵਾਰਡ ਮਿਲਿਆ ਉਹਨਾਂ ਨੂੰ ਠੀਕ ਹੈ ਜੀ ਬਾਗੀ ਫਿਲਮ ਮਤਲਿ ਉਹਨਾਂ ਨੇ ਮੈਨੂੰ ਫਿਲਮ ਚ ਲੈ ਆਂਦਾ ਮੈਨੂੰ ਉਹਦੇ ਫਿਲਮ ਚ ਲੈਣਾ ਉਹ ਮੈਂ ਕਹੀ ਮਜ਼ਾਕ ਨਹੀਂ ਕਰੀਦਾ ਹੁੰਦਾ ਕਈ ਵਾਰੀ ਬੰਦਾ ਭਾਵ ਕੋਈ ਕਹਿੰਦਾ ਸੁਣ ਕੇ ਜਜ਼ਬਾਤੀ ਹੋ ਜਾਂਦਾ ਭਾਵਕ ਹੋ ਜਾਂਦਾ ਵੀ ਚਲੋ ਯਾਰ ਤੇ ਨਹੀਂ ਉਹ ਕਹਿੰਦੇ ਯਾਰ ਮੈਂ ਲਿਖਿਆ ਸੀ ਹਾਸ਼ੀਏ ਤੋਂ ਪਰੇ ਹੂੰ ਥਾਟ ਲਿਖਿਆ ਸੀ ਇੱਕ ਫੇਸਬੁੱਕ ਤੇ ਹਾਸ਼ੀਏ ਤੋਂ ਪਰੇ ਵੀ ਕੁਝ ਲੋਕ ਜ਼ਿੰਦਗੀ ਜਿਉਂਦੇ ਆ ਗਰੀਬੀ ਚ ਜਿਉਂਦੇ ਆ ਕੁਝ ਲੋਕ ਮਜਬੂਰੀਆਂ ਚ ਜਿਉਂਦੇ ਕੁਝ ਲੋਕ ਲਾਚਾਰੀ ਚ ਜਿਉਂਦੇ ਆ ਪਰ ਉਹ ਸਮਾਜ ਚ ਰਹਿੰਦੇ ਆ ਪਰ ਅਸੀਂ ਜਿਉਂਨੇ ਆ ਜਿਹੜੇ ਅੰਗ ਹੀ ਨਹੀਂ ਜਿਉਂਨੇ ਅਸੀਂ ਹਾਸ਼ੀਏ ਤੋਂ ਵੀ ਪਰੇ ਆ ਹੂੰ ਹਾਸ਼ੀਏ ਤੋਂ ਵੀ ਪਰੇ ਆ ਜ਼ਿੰਦਗੀ ਸਾਡੀ ਉਹ ਰਮਤਨ ਹਾਸ਼ੀ ਉੱਪਰ ਲਿਆਉਣਾ ਵੀ ਦੱਸਣਾ ਸਮਾਜ ਨੂੰ ਵੀ ਤੁਸੀਂ ਵੀ ਇਸ ਸਮਾਜ ਦਾ ਅੰਗ ਹੋ ਹੈ ਨਾ ਤੇ ਉਹਨਾਂ ਨੇ ਮੈਨੂੰ ਫਿਰ ਬਲੈਕੀਆ ਫਿਲਮਾਂ ਚ ਲਿਆਂਦਾ ਫਿਰ ਨਿਸ਼ਾਨਾ ਮੂਵੀ ਚ ਲਿਆਂਦਾ ਕਿੱਡਾ ਦਿਲ ਹੋਊਗਾ ਉਹਨਾਂ ਦਾ ਸਹੀ ਗੱਲ ਸਾਨੂੰ ਤਾਂ ਸਿਨੇਮੇ ਵਿੱਚ ਜਦੋਂ ਜਦ ਫਿਲਮ ਵੇਖਣ ਜਾਵੜੇ ਸਾਡੇ ਵਰਗਾ ਤੇ ਲੋਕ ਐਵੇਂ ਦੇ ਰਹੇ ਆ ਵੀ ਫਿਲਮਾਂ ਵੇਖਦਾ ਫਿਰਦਾ ਇਹ ਸੁਣਨੀਆਂ ਗੱਲਾਂ ਮਿਲੀਆਂ ਅੱਛਾ ਜੀ ਕਹਿਣ ਨੂੰ ਨਹੀਂ ਸੁਣਨ ਨੂੰ ਮੇਲੇ ਚ ਹੁਣ ਸਾਡੇ ਮੇਲਾ ਲੱਗਦਾ ਮੁਖਸਰ ਸਾਹਿਬ ਹੂੰ 40 ਮੁਕਤਨ ਯਾਤ ਸਿੱਧੀ ਜੋੜ ਮੇਲਾ ਹੂੰ ਉੱਥੇ ਜੇ ਕੋ ਸਾਡੇ ਵਰਗਾ ਜਿਹੜਾ ਯਾਰ ਇਹਨਾਂ ਨੂੰ ਸਰਦਾ ਹੀ ਨਹੀਂ ਯਾਰ ਮਤਲਬ ਆਇਆ ਨਹੀਂ ਥੋਈ ਦਿਨ ਹੈ ਹਰੇਕ ਬੰਦੇ ਦੇਲਾ ਯਾਰ ਹਰੇਕ ਬੰਦੇ ਜਜਬਾਤ ਹੈ ਹਰੇਕ ਬੰਦੇ ਦੀ ਇੱਛਾ ਹੈ ਜਿਹੜਾ ਧਰਤੀ ਤੇ ਜੰਮ ਪਿਆ ਉਹਨੂੰ ਹਰ ਕਰਨ ਦਾ ਉਹਦਾ ਮਨ ਹੁੰਦਾ ਯਾਰ ਮੈਂ ਆ ਵੀ ਕਰਾਂ ਨਾ ਭਾਈ ਜੀ ਮੈਂ ਨਾ ਦੋ ਰਾਤਾਂ ਅੱਡੇ ਤੇ ਪੈ ਕੇ ਕੱਟੀਆਂ ਸਾਡੇ ਸਾਥ ਚ ਅੱਛਾ ਕਿਵੇਂ ਘਰ ਨਹੀਂ ਹੁੰਦਾ ਸੀ ਆਪਣੇ ਕੋਲ ਮੈਂ ਹੱਥ ਨੇ ਜਾਣਾ ਦੋਸਤਾਂ ਕੋਲੇ ਆਵਾਜ਼ ਮਾਰਨੀ ਕੀ ਹਾਲ ਆ ਬਾਈ ਹੂੰ ਵੀ ਯਾਰ ਬੰਦਾ ਆਖੂਗਾ ਰੋਟੀ ਖਾ ਲਾ ਆ ਠੀਕ ਆ ਠੀਕ ਆ ਸਵੇਰੇ ਮਿਲਦੇ ਆ じゃ ਮੈਂ ਵੀ ਇਹਨੂੰ ਕਹਿ ਦੂਗਾ ਯਾਰ ਅੱਜ ਇੱਥੇ ਪੈ ਜਾ ਹੂੰ ਫਿਰ ਮੈਂ ਗਰਮੀ ਦੇ ਮਹੀਨੇ ਬਾਹਰ ਕੱਟੀਆਂ ਰਾਤਾਂ ਫਿਰ ਹੌਲੀ ਹੌਲੀ ਫੇਸਬੁੱਕ ਵਾਲੇ ਦੋਸਤ ਜੁੜਦੇ ਗਏ ਜੁੜਦੇ ਗਏ ਬਾਹਰਲੇ ਐਨ ਆਰ ਆਈ ਵੀਰ ਇਹਨਾਂ ਦਾ ਬਹੁਤ ਸਹਯੋਗ ਆ ਐਨ ਆਰ ਆਈ ਵੀਰਾਂ ਦਾ ਪੰਜਾਬ ਦੀ ਖੁਸ਼ਹਾਲੀ 'ਚ ਜੇ ਇਹ ਨਾ ਹੁੰਦੇ ਪੰਜਾਬ ਬਹੁਤ ਪਿੱਛੇ ਚਲਾ ਜਾਂਦਾ ਤੇ ਸਾਡੇ ਵਰਗੇ ਤਾਂ ਤੱਕ ਖਤਮੀ ਸੀ ਅੱਜ ਲਸ਼ਮਣ ਫਤੇ ਵਰਗੇ ਤਾਂ ਬਹੁਤ ਰੁੱਲ ਜਾਂਦੇ ਕੋਈ ਸ਼ੱਕ ਨਹੀਂ ਗੱਲ 'ਚ ਤੇ ਉਹ ਕਹਿਣ ਦੇ ਮੈਂ ਇੱਕ ਗੱਲਾਂ ਭੁੱਲ ਜਾਣਾ ਹੁਣ ਕੋਈ ਨਹੀਂ ਕੋਈ ਨਾ ਹਾਉਣਾ ਕੋਈ ਗੱਲ ਨਹੀਂ ਯਾਦ ਕਰ ਲਓ ਤੇ ਕਿਉਂਕਿ ਜੋ ਸਾਥ 'ਚ ਪਏ ਤੁਸੀਂ ਹਾਂ ਸਾਥ 'ਚ ਪਏ ਤੁਸੀਂ ਕਰ ਲਓ ਉੱਥੇ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹਾ ਯਾਰ ਚਲੋ ਫਿਰ ਮੈਂ ਹੌਲੀ 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 ਦੋਸਤ ਜੁੜਦੇਗੇ ਜੁੜਦੇਗੇ ਘਰ-ਬਾਰ ਬਣਾਦਾ ਘਰ-ਬਾਰ ਬਣਨ ਦੇ ਨਾਲ ਮੁਸ਼ਕਲਾਂ ਖਤਮ ਨਹੀਂ ਹੋਈਆਂ ਹਾਂ ਲੋਕਾਂ ਨੂੰ ਤਰਸ ਨਹੀਂ ਆ। ਅੱਛਾ। ਇਹ ਜਦੋਂ ਸਾਸਤ ਚ ਪੈਂਦਾ ਸੀ ਮੈਂ। ਉਦੋਂ ਕੋਈ ਕਹਿੰਦਾ ਸੀ ਕੁਛ ਕਰਤਾ ਨਹੀਂ। ਹੈਨਾ? ਹੂੰ। ਫਿਰ ਘਰ-ਬਾਰ ਬਣਾਤਾ। ਤੇ ਬਣ ਗਿਆ। ਮੈਂ ਕੰਮ ਵੀ ਕਰਨ ਲੱਗ ਪਿਆ ਕੋਈ ਮੜਾ-ਮੋਟਾ। ਕੋਲਚਾ-ਕਲਚਾ ਨਾ ਜਾ ਕਿ ਨਹੀਂ। ਇਹਦੇ ਵਿੱਚ ਕੀ ਹੈ? ਮੈਨੂੰ ਰੋਜ਼ ਜਾਣਾ ਪੈਂਦਾ। 5 ਕਿਲੋਮੀਟਰ ਜਾਣਾ, 5 ਕਿਲੋਮੀਟਰ ਆਉਣਾ, ਇੱਕ ਖੁਰਜੀ ਬਣਾਤੀ, ਉਹ ਚੱਕ ਕੇ ਰੱਖਣੀ, ਸਾਰਾ ਕੁਝ ਆਪ ਹੀ ਕਰਨਾ। ਉਹ ਫਿਰ ਕਿਤਨੇ ਕਿਤੇ ਬੰਦੇ ਦਾ ਮਾਣਾ। ਉਹ ਵੀ ਜਾਂਦਾ ਹੂੰ ਵੀਰ ਇੱਕ ਦਿਨ ਬੈਠਾ ਮੈਂ ਕਿਹਦੇ ਲਈ ਜੋੜਨਾ ਯਾਰ ਹੂੰ ਉਹ ਜਦੋਂ ਨਾ ਤਾਂ ਬੱਚੇ ਆ ਨਾ ਵਿਆਹ ਹੈ ਤੇ ਆਪ ਆਪ ਦੀ ਰੋਟੀ ਟੁੱਕ ਆਪ ਦੇ ਬਣੀ ਜਾਂਦਾ ਹੈ ਨਾ ਮਿਲੀ ਜਾਂਦੀ ਰੋਟੀ ਤੇ ਚਲ ਮਿਲੀ ਜਾਂਦੀ ਮਾੜੀ ਚੰਗੀ ਕਿਹਦੇ ਲਈ ਜੋੜਨਾ ਫਿਰ ਮੈਂ ਕਿਹਾ ਨਹੀਂ ਬਣਾ ਐ ਨਹੀਂ ਉਹ ਕੰਮ ਚਲੋ ਅਨਫੋਰਚੂਨੇਟਲੀ ਉਹ ਘਾਟਾ ਪੈ ਗਿਆ ਟਲਚਾ ਦੇ ਕੰਮ ਜੋ ਹੈ ਟਲਚਾ ਦੇ ਕੰਮ ਜੋ ਹੈ ਭਾਈ ਕੋਈ ਵੀ ਕੰਮ ਕਰਨੇ ਸ਼ੁਰੂ ਕਰਨ ਲਈ ਨਾ ਇੱਥੇ ਪੰਜਾਬ 'ਚ ਇੰਡੀਆ 'ਚ ਖਾਸ ਕਰਕੇ ਪੰਜਾਬ 'ਚ ਬੈਕਅਪ ਹੋਣਾ ਜ਼ਰੂਰੀ ਹੈ। ਸਹੀ ਹੈ। ਹੁੰਦਾ 10000 ਕਿਸੇ ਬਾਈ ਨੇ ਭੇਜਿਆ ਸੀ ਤਾਂ ਕੰਮ ਚੱਲਦਾ। 10000 ਨਾਲ ਤਾਂ ਕੰਮ ਨਹੀਂ ਚੱਲਦਾ। ਉਹ ਪਿੱਛੇ ਮੈਂ 10 ਰੁਪਈਆ ਦਾ ਕੁਲਚਾ ਖਾ ਕਰਤਾ। ਹਾਂ। ਮੈਨੂੰ ਯਾਰ ਲੱਗਿਆ ਮੈਂ ਕਿ ਮੇਰੇ ਅੱਗੇ ਗਰੀਬ ਆ ਯਾਰ। ਮੈਂ ਇਹਨਾਂ ਚੀਜ਼ਾਂ ਤੋਂ ਧਰਮ ਨਾਲ ਮੈਂ ਨਾ 10ਵੀਂ ਤੱਕ ਅਸੀਂ ਫਰੂਟ ਖਾ ਕੇ ਨਹੀਂ ਵੇਖਿਆ ਸੀਗਾ ਚਾਚਾ ਜੀ। ਅੱਛਾ ਜੀ। ਹਾਂ ਜੇ ਕੋਈ ਕਿਸੇ ਨੂੰ ਦੇ ਦੇਣਾ ਫੇਰ ਖਾਣਾ ਫਰੂਟ। ਹਾਂ। ਮੇਰੇ ਬਾਪੂ ਨੇ ਰੋਟੀਆਂ ਲੈ ਕੇ ਆਉਂਦੇ ਸੀ ਚੋਪੜੀਆਂ ਰੋਟੀਆਂ ਸੀ ਉਹਦੀਆਂ ਖਾਂਦੇ ਸੀ ਜਿਮੀਦਾਰਾਂ ਦੇ ਘਰਾਂ ਚ ਆਉਂਗੀਆਂ ਜਿਹੜੇ ਇੰਨੀ ਗਰੀਬੀ ਇੰਨੀ ਗਰੀਬੀ ਦਾ ਅਸੀਂ ਕੀਤਾ ਕੋਈ ਬੰਦੇ ਤਾਂ ਹੁਣ ਛੇਕੀਆਂ ਮਾਰਦੇ ਆਂ ਬੁਲਾਣਾ ਟਾਈਮ ਕੋਈ ਕਹਿਣਗੇ ਵੀ ਯਾਰ ਆਪ ਦਾ ਹਮਦਰਦੀ ਲੈਣ ਲਈ ਕਹਿੰਦਾ ਇਹ ਹਮਦਰਦੀ ਨਹੀਂ ਆ ਭੰਗਤਰੀ ਪਿੰਡ ਚ ਪੁੱਛ ਹੀ ਸਕਦੇ ਹੋ ਵੀ ਨੌ ਸੈਂਟ ਕਰਾਈ ਸੀ ਕਿ ਨਹੀਂ ਜਦੋਂ ਇਹਦੀ ਮੰਮੀ ਅਰੇ ਵਕਤ ਦੇਖੋ ਜੀ ਇਹ ਇਹ ਘਰ ਚ ਮਾਨੀ ਜਿਹੜਾ ਇੱਕ ਇੱਕ ਜਿਹੜਾ ਸੀਰੀ ਹੈ ਇਹ ਕਿਰਤੀ ਪਰਿਵਾਰ ਆ ਉਹ ਇੱਕ ਕੋਈ ਗੱਲਾਂ ਉਹਦੇ ਲਈ ਠੀਕ ਆ ਅੱਜ ਸਮੇ ਦਾ ਫਰਕ ਹੈ ਪਰ ਜੇ ਅੱਜ ਤੋਂ ਜਿਵੇਂ ਤੁਸੀਂ 97 98 ਦੀਆਂ ਗੱਲਾਂ ਕਰਦੇ ਹੋ ਉਦੋਂ ਤਾਂ ਇੱਕ ਜਿਹੜਾ ਸਧਾਰਨ ਕਿਸਾਨ ਦਾ ਪਰਿਵਾਰ ਆ ਉਹਦੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਉਹਦੇ ਉਹਨੇ ਵੀ ਨਹੀਂ ਫਰੂਟ ਖਾਦਾ ਸੀ ਤੇ ਤੁਸੀਂ ਤਾਂ ਇੱਕ ਮਜ਼ਦੂਰ ਪਰਿਵਾਰ ਦੇ ਵਿੱਚ ਆ ਨਹੀਂ ਇਹ ਗੱਲਾਂ ਫਰੂਟ ਫਰਟ ਕਿਹਨੇ ਦੇਖਿਆ ਸੀ ਗਰੀਬ ਦਾ ਰਿਸ਼ਤੇਦਾਰ ਵੀ ਤਾਂ ਗਰੀਬ ਹੀ ਹੁੰਦਾ ਹਾਂਜੀ 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 ਇਹ ਵੀ ਤਾਂ ਇੱਕ ਵੱਡੀ ਗੱਲ ਆ ਨਾ ਹਾਂਜੀ ਤੇ ਉਹ ਮੈਂ ਸਾਡੇ ਕੋਲ ਫੋਟੋ ਵੀ ਹੈ ਨਹੀਂ ਮੇਰੀ ਮੰਦ ਮਦਰ ਦੀ ਮੇਰੇ ਫੋਟੋ ਵੀ ਹੈ ਨਹੀਂ ਨਾ ਮੇਰੇ ਕੋਲ ਇੱਕ ਅਚੰਚੇਤ ਲਵਾਈ ਸੀ ਮੇਰੀ ਨਾਨੀ ਨਗਾਹਾਂ ਦੀਆਂ ਫੋਟੋ ਹੈ ਕਿਤੇ ਉਹ ਵੀ ਪੂਰੀ ਤਰ੍ਹਾਂ ਜਿਵੇਂ ਆ ਮਾਵਾ ਦਾ ਫੋਟੋ ਹੁੰਦੇ ਨੇ ਬੱਚਿਆਂ ਦੀ ਹਰੇਕ ਦੀਆਂ ਉਹ ਫੋਟੋ ਹੀ ਨਹੀਂ ਸਾਡੇ ਕੋਲੇ ਸਾਡੇ ਪਰਿਵਾਰ 'ਚ ਮੇਰੀ ਮਾਦਰ ਦੀ ਫੋਟੋ ਹੀ ਜਾਨੀਗੀ ਅੱਜ ਤੱਕ ਠੀਕ ਤੇ ਅ ਹੁਣ ਸੱਜਣ ਮਿੱਤਰ ਬਹੁਤ ਜੁੜੇ ਆ ਕਈਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫੇਸਬੁੱਕ ਤੇ ਹੂੰ ਵੀ ਫਿਰ ਉਹਨਾਂ ਨੂੰ ਲੋਕ ਬਾਲਾ ਭੇਜਣ ਲੱਗ ਪੈਂਦੇ ਆ ਤੰਗ ਕਰਨ ਲੱਗ ਪੈਂਦੇ ਆ ਉਹਨਾਂ ਨੂੰ ਉਹਨਾਂ ਚ ਇੱਕ ਨਾਂ ਜ਼ਰੂਰ ਲੈਣਾ ਚਾਹੂੰਗਾ ਮੈਂ ਬਾਈ ਦਵਿੰਦਰ ਸਿੰਘ ਮਾਨ ਕੈਨੇਡਾ ਵਾਲੇ ਠੀਕ ਹੈ ਅਲਟੀਮੇਟ ਬੰਦਾ ਬਾਈ ਕਥਨੀ ਤੇ ਕਰਨੀ ਦਾ ਪੂਰਾ ਉਹਨੇ ਜਿਹੜੀ ਗੱਲ ਕਹਿਣੀ ਮੂੰਹ ਤੇ ਕਹਿਣੀ ਹੈ ਤੇ ਉਹ ਬੰਦਾ ਐਸਐਸਪੀ ਦਾ ਬੇਟਾ ਅੱਛਾ ਅੱਛਾ ਉਹਦੇ ਮੰਮੀ ਡੈਡੀ ਵੀ ਚੜਾਈ ਕਰਕੇ ਸੀ ਪ੍ਰਮਾਤਮਾ ਨੇ ਉਹਨਾਂ ਨੂੰ ਸਮੱਤ ਬਖਸ਼ੇ ਤੇ ਉਹਨਾਂ ਨੂੰ ਚਰਨਾ ਜਨਵਾਸ ਹਮ ਅੱਜਕਲ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਆ ਠੀਕ ਹੈ ਉਹ ਮੇਰਾ ਵੱਡਾ ਭਰਾ ਉਹਨੇ ਬਾਹ ਫੜੀ ਹੈ ਬਾਹ ਬਹੁਤ ਅੱਗਾ ਹੀ ਬਗਾ ਹੈ ਉਹ ਹੋਰ ਸੱਜਣਾ ਨੇ ਬਾਹ ਫੜੀ ਹੈ ਰੀ ਭਾਜੀ ਹੈ ਹਮ ਬਾਈ ਦਲਬਾਖ ਸਿੰਘ ਜੀ ਹੈ ਬਾਈ ਰਵਿੰਦਰ ਸਿੰਘ ਕਲੋਂ ਸਾਹਿਬ ਹੈ ਧੰਜਲ ਸਾਹਿਬ ਹੈ ਸੁਖਮਿੰਦਰ ਸਿੰਘ ਧੰਜਲ ਜੀ ਹਮ ਇਹਨਾਂ ਨੇ ਆਪਣੇ ਆਪਣੇ ਰੂਪ ਦੇ ਵਿੱਚ ਬਾਈ ਜਸਵੀਰ ਸਿੰਘ ਸੰਘਾ ਸਾਹਿਬ ਹਮ ਜਿਨ੍ਹਾਂ ਨੇ ਬਾਈਕ ਦੀ ਸੇਵਾ ਕੀਤੀ ਹੈ ਮੈਂ ਉਹਦਾ ਬੱਚੇ ਜਿਹੜਾ ਉਹਨਾਂ ਦੇ ਜਿਨ੍ਹਾਂ ਨੇ ਤੇ ਇਹਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਨੇ ਤਾਂ ਬਹੁਤ ਕਰਤਾ ਸ਼ਰਮ ਆਉਂਦੀ ਏ ਹੁਣ ਕਿਹੜੀ ਗੱਲ ਦੀ ਵੀਰੇ ਉਹ ਫਲਾਤਾਂ ਨੂੰ 10 ਲੱਖ ਭੇਜ ਦੇਣ ਹੂੰ ਪਰ ਜਿਹੜਾ ਆਪ ਕਮਾਉਣਾ ਵੀ ਮਤਲਬ ਸਰਕਾਰਾਂ ਦਾ ਫਰਜ਼ ਸੀ ਇਹ ਤਾਂ ਨਹੀਂ ਇਹ ਤਾਂ ਹਾਂ ਫਾਇਦਾ ਸਰਕਾਰਾਂ ਦਾ ਸਾਂਭਣਾ ਫਰਜ਼ ਉਹ ਤਾਂ ਉਹ ਤਾਂ ਚਲੋ ਇੱਕ ਉਹਨਾਂ ਦਾ ਉਹ ਤਾਂ ਚਲੋ ਇਨਸਾਨੀਅਤ ਦੇ ਨਾਂ ਤੇ ਸਾਂਭ ਲਿਆ ਉਹਨਾਂ ਨੇ ਫਰਜ਼ ਤਾਂ ਸਰਕਾਰਾਂ ਦਾ ਬਣਦਾ ਨਾ ਹੂੰ ਵੀ ਸਰਕਾਰਾਂ ਹੁਣ 8ਵੀਂ ਪਾਸ ਮੈਂ ਮੈਂ ਉਦੋਂ ਨੌਕਰੀ ਦਾ ਹੱਕਦਾਰ ਸੀ 10ਵੀਂ ਪਾਸਾ ਉਦੋਂ ਨੌਕਰੀ ਦਾ ਹੱਕਦਾਰ ਸੀ ਪਲੱਸ 2 ਉਦੋਂ ਨੌਕਰੀ ਦਾ ਹੱਕਦਾਰ ਸੀ ਮੈਂ ਸੈਕਟਰੀਏਟ ਗਿਆ ਤਿੰਨ ਵਾਲੀ ਅ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਦੇ ਦਫ਼ਤਰ ਚ ਫਾਈਲ ਦੇ ਕੇ ਆਇਆ ਫਿਰ ਮੈਂ ਭਗਵੰਤ ਮਾਨ ਸਾਹਿਬ ਸਾਡੇ ਹੁਣ ਦੇ ਮੁੱਖ ਮੰਤਰੀ ਇਹਨਾਂ ਦੇ ਦਫ਼ਤਰ ਚ ਫਾਈਲ ਦੇ ਕੇ ਆਇਆ ਫਿਰ ਆਪਾਂ ਉੱਥੇ ਮਿਲੇ ਉਹਨਾਂ ਨੂੰ ਚੰਨੀ ਸਾਹਿਬ ਸੀ ਉਹਨਾਂ ਦੇ ਉਹ ਪੀਏ ਨੂੰ ਮਿਲਿਆ ਸੀ ਉਹ ਤੋਂ ਕੁਝ ਕਿਸੇ ਨੇ ਨਹੀਂ ਸੁਣੀ ਭਾਈ ਜੀ ਮੈਂ ਚਾਹੁੰਦਾ ਸੀ ਕਿ ਚਲ ਜਿੰਦਗੀ ਸਥਿਰ ਜੀ ਹੋ ਜੇ ਵੀ ਚਲੋ ਆਪਾਂ ਵੀ ਅੱਗੇ ਕੋਈ ਮਨੋਰੰਜਕ ਛਈ ਹੈ ਜੀਵਨ ਸਾਥੀ ਚੰਗਾ ਮਿਲ ਜੂਗਾ ਜੀ ਕਿੰਨੀ ਉਮਰ ਹੈ ਤੁਹਾਡੀ ਹੁਣ ਮੇਰੀ ਉਮਰ ਐ ਵੈਸੇ ਤਾਂ 40 ਬਣਦੀ ਐ ਹਮ ਪਰ ਉਹ ਅੱਗੇ ਵਧਾ ਕੇ ਨਹੀਂ ਲਿਖਦੇ ਹੁੰਦੇ ਸੀਗੇ ਹਮ ਉਹ ਐ 40 ਰੱਖ ਲਓ ਹੁਣ ਤਾਂ ਬਸ 40 ਐ ਹਮ 40 ਮੈਂ ਚੱਲ ਪਿਆ 40 ਮੈਂ ਚੱਲ ਪਿਆ ਹਾਂਜੀ ਉਹਦਾ 38 ਕੇ ਸਾਲ ਬਣਦੀ ਹੋਣੀ ਹੈ ਮਤਲਬ ਜਿਵੇਂ ਤੁਸੀਂ ਕਿਹਾ ਵੀ ਹਰ ਜੀਵਨ ਸਾਥੀ ਦੀ ਕਮੀ ਤੋਂ ਹੀ ਮਹਿਸੂਸ ਕਰਦੇ ਹਾਂ ਹਾਂਜੀ ਇਹਨਾਂ ਦਿਨਾਂ 'ਚ ਜਦੋਂ ਪਿਛਲੇ ਦਿਨਾਂ 'ਚ ਮੈਨੂੰ ਬੁਖਾਰ ਚੜ ਗਿਆ ਠੀਕ ਹੈ ਮੈਂ ਭੁੱਖਾ ਹੀ ਪਿਆ ਰਿਹਾ ਸਾਰੀ ਦਿਹਾੜੀ ਓਕੇ ਅਦਰਬ ਮੈਂ ਚਾਹ ਬਣਾਉਣੀ ਵੀ ਔਖੀ ਹੋ ਗਈ ਮੈਨੂੰ ਕਿਥੋਂ ਬੁਖਾਰ ਬਹੁਤ ਤੇਜ਼ ਚੜਿਆ ਕਸਮ ਨਾਲ ਪਤਾ ਨਹੀਂ ਜਿਵੇਂ ਕਈ ਵਾਰੀ ਨਾ ਰੱਬ ਜਿਹੜੀ ਇਹ ਕੁਦਰਤ ਕਹਿਰ ਮੰਗਰੀ ਪੈ ਜਾਂਦਾ ਐਨਾ ਤੇਜ਼ ਬੁਖਾਰ ਚੜਿਆ 8-7 ਦਿਨ ਚੜਿਆ ਪੂਰਾ ਹਾਂ ਮੈਂ ਤਾਂ ਆਖਿਆ ਯਾਰ ਕੰਮ ਹੋ ਗਿਆ ਲੱਲਾ ਵੀ ਚਾਹਾਂਗੇ ਫਰੋ ਸੱਚੇ ਪਾਤਸ਼ਾਹ ਦੀ ਮਿਹਰ ਰਹੀ ਵੀ ਉਹ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਕਹਿੰਦਾ ਜਿਨ੍ਹਾਂ ਨੇ ਪੋਤਨਾ ਚ ਦੁੱਖ ਮਿਲੇ ਹੋਣ ਸੁਖੀ ਬੰਦੇ ਨੂੰ ਮੌਤ ਆਉਂਦੀ ਤੇ ਦੁਖੀ ਬੰਦੇ ਨੂੰ ਮੌਤ ਛੇਤੀ ਆਉਂਦੀ ਨਹੀਂ ਹਾਂਜੀ ਮੌਤ ਵੀ ਸਾਨੂੰ ਤਾਂ ਹੱਸ ਕੇ ਲੰਘ ਜਾਂਦੀ ਹੈ ਟਾਟਾ ਕਰਕੇ ਲੰਘ ਜਾਂਦੀ ਹੈ ਵੀ ਚੱਲ ਮੈਂ ਤਾਂ ਚਾਹਣਾ ਚਲੋ ਵੀ ਨਜਾਤ ਮਿਲ ਜੇ ਜ਼ਿੰਦਗੀ ਤੋਂ ਫਿਰ ਕੀ ਐ ਇਸ ਜ਼ਿੰਦਗੀ ਦਾ ਕੱਲਾਪਨ ਹੈਨਾ ਜਦੋਂ ਮੈਂ ਘਰੇ ਬਹੁਤ ਘਟ ਰਹਿੰਦਾ ਹੁਣ ਇੱਕ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਿਆ ਪਿਆ ਮੈਨੂੰ ਲੱਗੇ ਜ਼ਿੰਦਗੀ ਖਤਮ ਕਰ ਲੀ ਫਿਰ ਮੈਂ ਖਿਆਰ ਆਪਾਂ ਜ਼ਿੰਦਗੀ ਜਿੰਦਾਬਾਦ ਦਾ ਨਾਰਾ ਦਿੰਨੇ ਹੂੰ ਕਾਦੇ ਲਈ ਇੱਕ ਬਈ ਆਏ ਆ ਵੀ ਤੁਸੀਂ ਚਲੋ ਤੁਹਾਡਾ ਤਾਂ ਹੁਣ ਬਾਹਰ ਰਹਿਦਾ ਹੋਏ ਤੁਹਾਡੇ ਅਰਗੇ ਭਰਾ ਆਂਘੀਨਪਰਾ ਆਂਘੀਨ ਬੰਦੇ ਦਾ ਜਿਵੇਂ ਤੁਸੀਂ ਕਿਹਾ ਵੀ ਮੇਰੇ ਮਨ ਚ ਆਇਆ ਕਿੰਨੇ ਕ ਬੰਦੇ ਦੇ ਮਨ ਚ ਵਿਚਾਰ ਆ ਜਾਂਦਾ ਯਾਰ ਵੀ ਇਹੋ ਜੀ ਜ਼ਿੰਦਗੀ ਨੂੰ ਤਾਂ ਮਰ ਹੀ ਚੰਗੀ ਸਾਰਿਆਂ ਨੇ ਹੁੰਦਾ ਜੀ ਸਾਰਿਆਂ ਨੇ ਹੁੰਦਾ ਜਿਹੜੇ ਜਲਦ ਦੀ ਜ਼ਿੰਦਗੀ ਸੰਹਦੇ ਸਾਰਿਆਂ ਨੇ ਹੁੰਦਾ। ਫਿਰ ਅੱਜਾਂ ਦਾ ਦਿੰਦਾ ਹੀ ਨਾ ਇਹ ਦਿੰਦਾ ਚਾਹੀਦੀ ਦਿੰਦਾ। ਹਾਂਜੀ। ਸਾਨੂੰ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਵਾਸਤੇ ਬਣੇ ਸੀ। ਹੂੰ। ਨਿਆਸਰਿਆਂ ਦੇ ਆਸਰੇ। ਨਿਉਟਿਆਂ ਦੀ ਯੋਟ। ਨਿਧਰਿਆਂ ਦੀ ਧਿਰ। ਨਿਥਾਵਿਆਂ ਦੀ ਥਾਉ ਸੀ। ਪਰ ਸਾਨੂੰ ਤਾਂ ਉੱਥੇ ਜਾਣਾ ਮਿਲਦਾ ਨਹੀਂ ਨਾ। ਸਮਝ ਸ਼੍ਰੋਮਣੀ ਕਮੇਟੀ 'ਚ ਮੈਂ ਬਹੁਤ ਟਰਾਈ ਕੀਤਾ। ਸ਼੍ਰੋਮਣੀ ਕਮੇਟੀ 'ਚ ਪਲੱਸ 2 ਦਾ ਮੈਂ ਸੇਵਾਦਾਰ ਧੱਕਦਰ ਪੋਸਟ ਦਾ ਹੱਕਦਾਰ ਸੀ। ਪਰ ਪਤਨੀ ਉਹਦੇ ਕੀ ਕਰਾਈਰੀਆ ਰ ਹੈ ਕੀ ਉਹਨਾਂ ਦੀਆਂ ਮਤਲਬ ਹੈਗੀਆਂ ਹਮ ਕੁੱਲ ਮਿਲਾ ਕੇ ਮੈਂ ਤਾਂ ਤਰਸਣਾ ਦੀ ਚੀਜ਼ ਹੈ ਨਹੀਂ ਕਿਸੇ ਚ ਤਰਸਣਾ ਜਿਹੜਾ ਹਮਦਰਦੀ ਹੈ ਨਹੀਂ ਇਨਸਾਨੀਅਤ 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 ਦੀ ਗੱਲ ਕਰਦਾ ਮੈਨੂੰ ਕੁੱਤਾ ਦੋ ਵਾਰੀ ਕੁੱਤੀ ਕੱਟ ਗਈ ਅੱਛਾ ਆ ਪਿਛਲੇ 5 ਮਹੀਨਿਆਂ ਚ ਉਸੇ ਕੁੱਤੀ ਨੇ ਫਿਰ ਦੁਬਾਰਾ ਉੱਥੇ ਹੀ ਕੱਟਿਆ ਮੈਂ ਪਤਨੀ ਉਹਦੇ ਬੱਚੇ ਸੀ ਡਰ ਗੀ ਕਿਵੇਂ ਤੇ ਮੈਂ ਡੀਗਲਵਾਂ ਚਲਾ ਗਿਆ ਮੁਖਸਰ ਸਾਹਿਬ ਸਰਕਾਰੀ ਹਸਪਤਾਲ ਚ ਉੱਤ ਪਰ ਮੈਨੂੰ ਲਿਖਤਾ ਦੇ ਰਿਕਮੈਂਡ ਮੈਂ ਘਬਰਾ ਆ ਗਿਆ ਮੈਂ ਕਿਹਾ ਦੂਰੀਆਂ ਘੱਟ ਤਾਂ ਸਾਹਮਣੇ ਕੋਈ ਨਹੀਂ ਮੈਂ ਕੁਝ ਹੋ ਨਾ ਜਾਵੇ ਹਨਾ ਉਹ ਹੋ ਨਾ ਜਾਵੇ ਤਾਂ ਜਦੋਂ ਦਿਮਾਗ ਚੋਜ ਨਾ ਉਸ ਆਪਣੇ ਸਰੀਰ ਉਹੋ ਜਿਹਾ ਪੈਦਾ ਕਰ ਦਿੰਦਾ ਘਟਕਣ ਤਾਂ ਦਿਮਾਗ ਨੂੰ ਨਾ ਪਰੇਸ਼ਾਨ ਕਰਨ ਲੱਗ ਪੈਂਦੇ ਹੂੰ ਕਿੰਨਾ ਸਿਆਣਾ ਬੰਦਾ ਹੋਵੇ ਘਬਰਾਟ ਜਿਹੜੀ ਹੁੰਦੀ ਨਾ ਉਹ ਕਣ ਪੈਦਾ ਹੋ ਜਾਂਦੇ ਉਹੋ ਜਿਹੀ ਸਹੀ ਹੈ ਉਹ ਮੈਂ ਕਿਹਾ ਵੀ ਕੁਝ ਹੋ ਨਾ ਜਾਵੇ ਤੇ ਉਹ ਮੈਂ ਇਸ ਜਮੂਨ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਜੀ ਮੈਨੂੰ ਭੀੜ ਬੜੀ ਐ ਤੇ ਇਨਸਾਨੀਅਤ ਦੇ ਨਾਤੇ ਜਿਵੇਂ ਮੈਂ ਚੇਤੀ ਕਰ ਦਮਟੀਗਾ ਉਹ 인ਸਾਨੀਅਤ ਦੇ ਨਾਤੇ ਸਾਰਿਆਂ ਦਾ ਜ਼ਰੂਰੀ ਹੈ ਉਹਨਾਂ ਦਾ ਜਵਾਬ ਸੀ ਹੂੰ ਵੀ ਇੱਕ ਹੈਂਡੀਕੈਪਡ ਨੂੰ ਤਾਂ ਪਹਿਲ ਨਾ ਇਹ ਤਾਂ ਕੁਦਰਤੀ ਗੱਲ ਹੈ ਉਹ ਜਿਹੜੀ ਤੁਸੀਂ ਕਿਹਾ ਸੀ ਸਰਕਾਰੀ ਕਾਗਜ਼ਾਂ ਦੀ ਹੈ ਇਹ ਗੱਲਾਂ ਹੂੰ ਕਈ ਵਾਰੀ ਬੱਸ ਸੇ ਚ ਖੜ ਕੇ ਸਫ਼ਰ ਕੀਤਾ ਮੈਂ ਅੱਛਾ ਜੀ ਸਾਧਕ ਤੋਂ ਮੁਕਸਰ ਤੱਕ ਮੇਰੀ ਭੈਣ ਕੋ ਪਿੰਡ ਜਾਣਾ ਮੈਂ ਵੀਰੇ ਵਾਲਾ ਕਲਾ ਸਾਧਕ ਤੱਕ ਜਾਣਾ ਖੜ ਕੇ ਸਫ਼ਰ ਕਰਨਾ ਪੈਣਾ ਵੇਖੀ ਜਾਂਦੇ ਰਹੇ ਨੇ ਉੱਥੇ ਮੇਰਾ ਕੀ ਕਸੂਰ ਹੈ ਇਹ ਤਾਂ ਸੋਚਦਾ ਸੋਚਦਾ ਉੱਥੇ ਤਾਂ ਕੋਈ ਸ਼ਰਾਰਤ ਨਹੀਂ ਕੀਤੀ ਉੱਥੇ ਤਾਂ ਕੋਈ ਆਪਾਂ ਬੋਲੇ ਨਹੀਂ ਕਿਸੇ ਨਾਲ ਹੂੰ ਚਲੋਂ ਉ ਤਾਂ ਕਹਿੰਦੇ ਹੈ ਸ਼ਰਾਰਤੀ ਹੁੰਦੇ ਆ ਵਾਧਰਨ ਦੀ ਰਗ ਹੂੰ ਉੱਥੇ ਕੀ ਕਰਦੇ ਸੀ ਅਸੀਂ ਦਫ਼ਤਰਾਂ ਚ ਜਾਣੇ ਸਾਨੂੰ ਬੰਦੇ ਆ ਮਿਲਦੇ ਆ ਜਿਵੇਂ ਪਤਾ ਨਹੀਂ ਕੀ ਗੁਨਾਹਗਾਰ ਹੋਈਏ ਸਹੀ ਗੱਲ ਹੈ ਉਹ ਦਫ਼ਤਰਾਂ ਦੇ ਜਿਹੜੇ ਅਫਸਰ ਤਾਂ ਵਧੀਆ ਮਿਲਦੇ ਆ ਜਿਹੜੇ ਅਫਸਰ ਜਿਹੜੇ ਬਾਬੂ ਨਾ ਥੱਲੇੜੇ ਵਾਲੇ ਜਿਹੜੇ ਵਾਜਾ ਮਾਰਨ ਵਾਲੇ ਉਹ ਹੀ ਨਹੀਂ ਪਿਆਰ ਲੱਗਣ ਦਿੰਦੇ ਆ ਫੇਰ ਬਾਕੀ ਦਫ਼ਤਰਾਂ ਤੇ ਸਾਨੂੰ ਹੁਣ ਜਿਵੇਂ ਤੁਰਨਾ ਫਿਰਨਾ ਬੜਾ ਔਖਾ ਹੂੰ ਬਹੁਤ ਔਖਾ ਫਰਸ਼ ਤੇ ਛੋਟੀ ਦਿਲਕੀ ਜਾਂਦੀ ਡਗ ਡੁਗੇ ਪੈਂਦਾ ਬੰਦਾ ਹਾਟੇ ਹੁਣ ਤੁਹਾਨੂੰ ਦੱਸ ਦਿੰਨਾ ਮੈਂ ਇੱਕ ਅਈ ਸਰੋਣੀ ਕਮੇਟੀ ਨੂੰ ਮੈਂ ਸੁਝਾ ਦੇ ਬੈਠਾ ਤੇ ਮੇਰੇ ਗਾਲੀ ਪੈ ਗਿਆ ਬੰਦਾ ਕਿਵੇਂ ਮੈਂ ਇਹਨੂੰ ਆਖਿਆ ਵੀ ਯਾਰ ਆ ਮੈਟ ਬਿਛਾ ਦਿਆ ਕਰੋ ਐ ਨਾਲ ਅਸੀਂ ਤੁਰ ਸਕਦੇ ਖਰੋੜੀ ਤਿਲਕ ਦੀ ਸੜੀ ਉਹ ਤੇਰੇ ਲਈ ਹੋਰ ਨਾ ਕੋਈ ਕਰਦਗੇ ਮੈਂ ਕਿ ਚੱਲ ਕੋਈ ਨਾ ਤੇ ਉਹ ਚਰਨਗੁੰਡ ਦੇ ਵਿੱਚ ਤਿਲਕ ਜੰਦੇ ਨਾ ਪਾਣੀ ਹੁੰਦਾ ਦਰਬਾਰ ਸਾਹਿਬ ਜਾਣਾ ਸਾਨੂੰ ਬੀ ਜੀ ਬਹੁਤ ਕਰਦਾ ਵੀ ਨਿੱਤ ਜਾਵਾਂ ਮੈਂ ਪਰ ਕੀ ਕਰਾਂ ਤਿਲਕ ਤੁਲਕ ਜਾਇਗਾ ਬਰ ਉਹ ਦੂਜੇ ਪਾਸੇ ਦੀ ਆਉਣਾ ਵੀ ਔਖਾ ਲੱਗਦਾ ਸਾਡਾ ਵੀ ਜੀ ਕਹਤੇ ਸੀ ਪ੍ਰਕਰਮਾ ਕਰ ਗਈ ਸਰਕਰਮਾ ਕਰ ਗਈ ਬਰਕਰੀਏ ਕਿਵੇਂ ਕਰੀਏ ਇਸ ਜਿਹੜੀਆਂ ਚੀਜ਼ਾਂ ਚੋਂ ਉਹਨਾਂ ਦਾ ਕਸੂਰ ਨਹੀਂ ਹੈ ਪ੍ਰਬੰਧਕਾਂ ਦਾ ਵੀ ਉਹ ਨਹੀਂ ਹੁੰਦੀਆਂ ਅੱਜ ਕੱਲ ਸਾਰੀ ਧਰਤੀ ਪੱਕੀ ਕਰਤੀ ਲੋਕ ਕੱਚੀ ਲੋਕ ਵੀ ਉਹ ਜਿਹੇ ਹੋਗੇ ਪੱਥਰੀ ਹੋਗੇ ਹੂੰ ਜਿਵੇਂ ਧਰਤੀ ਕੱਚੀ ਸੀ ਲੋਕ ਵੀ ਦਿਲਾਂ ਦੇ ਸੱਚੇ ਸੀ ਹੁਣ ਤੁਸੀਂ ਇਹ ਦੇਖ ਲਓ ਵੀ ਜਿੱਥੇ ਗਾਵਾਂ ਤੇ ਮਾਵਾਂ ਰੁਲਣ ਹੂੰ ਉੱਥੋਂ ਤੁਸੀਂ ਕਿੰਨੀ ਆਸ ਰੱਖ ਸਕਦੇ ਹੋ ਸਰਕਾਰਾਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਵੀ ਇੱਕ ਐਮਐਲਏ ਰਿਟਾਇਰ ਹੋ ਜਾਂਦਾ ਹੈ ਹਰ ਜਾਂਦਾ ਉਹਦੀ ਪੈਨਸ਼ਨ ਪਤਾ ਨਹੀਂ ਮੈਨੂੰ ਤਾਂ 30000 ਤੋਂ ਉੱਪਰ ਹੁੰਦੀ ਹੈ ਕਿੰਨੇ 75 75 ਦੇ ਕਰੀਬ ਹੁੰਦੀ ਹੈ ਵਾਹਿਗੁਰੂ ਉਹਨੇ ਕੀ ਕਿਹੜੀ ਜੰਗ ਲੜੀ ਹੁੰਦੀ ਹੈ ਜਾਂ ਤਾਂ ਦੇ ਪੈਸਾ ਲੁੱਟਿਆ ਹੁੰਦਾ ਸਾਡਾ ਹੀ ਪੈਸਾ ਲੁੱਟਿਆ ਹੁੰਦਾ ਤੇ ਜੇ ਉਹਨਾਂ ਨੇ 75000 ਪੈਨਸ਼ਨ ਆ ਤਾਂ ਸਾਡੀ 1500 ਇਹਦੇ ਲਈ ਇਦੋਂ ਵੱਡੀ ਦੁਖਾਂਤ ਕੀ ਹੋ ਸਕਦਾ ਉਸ ਦੇਸ਼ ਦਾ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਡਿਸੇਬਲ ਪਰਸਨ ਕਿਹਾ ਜਾਂਦਾ ਜੀ ਡਿਸੇਬਲ ਕਿ ਕੁਦਰਤ ਚੈਲੰਜ ਪਰਸਨ ਸੌਰੀ ਚੈਲੰਜ ਪਰਸਨ ਕਿਹਾ ਜਾਂਦਾ ਮਾਫੀ ਚਾਹੂੰਗਾ ਚੈਲੰਜ ਪਰਸਨ ਵੀ ਕੁਦਰਤ ਨੇ ਨੰਨਾਂ ਚੈਲੰਜ ਕੀਤਾ ਸਾਡੇ ਲਈ ਵੱਖਰੇ ਸਿਧਾਂਤ ਰੱਖੇਗੇ ਹਮ ਘਰ ਦਿੰਦੇ ਆ ਪੈਨਸ਼ਨ ਲਾਉਂਦੇ ਆ ਉਹ ਐਨਆਰ ਵੀ ਰਹਿ ਨਹੀਂ ਸਕਦਾ ਕਰਦੇ ਉਹ ਕਹਿੰਦੇ ਯਾਰ ਅਸੀਂ ਇੱਧਰ ਟੈਕਸ ਪੇ ਕਰਦੇ ਆ ਉਹ ਟੈਕਸ ਦੇ ਪਲਦੇ ਆ ਉਹਨਾਂ ਨੂੰ ਸਰਕਾਰ ਨੇ ਕਹੇ ਵੀ ਤੁਸੀਂ ਕੋਈ ਕੰਮ ਨਹੀਂ ਕਰਨਾ ਇੱਥੇ ਜਿਹੜਾ ਕਿਹੜਾ ਬੰਦਾ ਕਹਿੰਦਾ ਸਲਾਹ ਦਿੰਦਾ ਤੂੰ ਆਹ ਕੰਮ ਕਰ ਲਾ ਕੰਮ ਕਰ ਲਾ ਮੈਂ ਯਾਰ ਤੂੰ ਸਹਿਯੋਗ ਕਰ ਹਮ ਮੈਂ ਸਾਰੇ ਕਰ ਲੂੰਗਾ ਕੁਲਚੇ ਦੀ ਜੜੀ ਲਾ ਲਾਉਂਦੇ ਮੁਕਸਰ ਹਮ ਮੈਂ ਲਾ ਲੈਣਾ 12 ਕਿਲੋਮੀਟਰ ਪਿੰਡ ਹੈ ਉਹ ਜੜੀ ਕਿੱਥੋਂ ਲੈ ਕੇ ਜਾਊਂਗਾ ਸਹੀ ਗੱਲ ਆ ਨਾ ਵੀ ਤੂੰ ਮੈਨਸ ਹੈਲਪ ਤਾਂ ਕਰਾ ਦੇ ਅਗਰ ਚੱਕਰ ਕਰਾ ਦੇ ਅਗਰ ਮੈਂ ਖਤ ਚੱਲ ਤੂੰ ਰੀੜੀ ਲਾ ਦੇ ਕਰ ਮੈਂ ਬੈਠਾ ਵਰਤਾਈ ਅਗਰ ਸਲਾਹਾਂ ਦੇਣੀ ਹੈ ਜਦੋਂ ਸਮਾਂ ਬੰਦਾ ਹੁੰਦਾ ਨਾ ਸਲਾਹਕਾਰ ਵਾਲੇ ਮਿਲਦੇ ਆ ਮਦਦਗਾਰ ਘੱਟ ਮਿਲਦੇ ਪਰ ਉਹ ਉਸ ਬੰਦੇ ਨੂੰ ਪਤਾ ਹੁੰਦਾ ਜਿਹੜਾ ਬੰਦਾ ਉੱਥੇ ਸਰਵਾਈਵ ਕਰ ਰਿਹਾ ਮਾੜਾ ਚੰਗਾ ਕੁਝ ਨਹੀਂ ਹੁੰਦਾ ਬਾਈ ਮਾੜੇ ਚੰਗੇ ਹਾਲਾਤ ਕਰਦੇ ਬੰਦੇ ਨੂੰ ਪਰ ਮੈਂ ਇੱਕ ਗਮਿੰਦਰ ਜੀ ਦੀ ਗੱਲ ਦੱਸਦਾ ਮੈਂ ਗਲਤ ਪਾਸੇ ਵੱਲ ਨਹੀਂ ਗਿਆ ਠੀਕ ਹੈ ਜਿੱਤਾ ਇਹ ਸਾਡੇ ਦੁੱਖ ਨਾ ਕਹਿਣਾ ਪੈਂਦਾ ਵੀ ਕਈ ਵਿਚਾਰੇ ਅੰਗਹੀਨਾਂ ਨੂੰ ਮਜਬੂਰ ਹੋ ਕੇ ਨਸ਼ਾ ਵਿੱਚ ਵੇਚੀ ਜਾਂਦੇ ਕਈ ਪਰ ਮੈਂ ਨਹੀਂ ਇਸ ਕੰਮ ਚ ਮੈਂ ਕਿਹਾ ਭੁੱਖੇ ਮਰ ਜਾਾਂਗੇ ਯਾਰ ਮੰਗ ਲਾਂਗੇ ਮੇਰੀ ਮਾਂ ਨੇ ਕਿਹਾ ਸੀ ਮੰਗ ਲਈ ਪੁੱਤ ਠੱਗੀ ਧੋਖਾ ਨਾ ਕਰੀ ਮੈਂ ਉਹ ਹਰੇਕ ਮੈਂ ਕਹਿ ਦਿੰਦਾ ਭਾਈ ਯਾਰ ਜੇ ਲੋੜਾਂ ਨੇ ਭਾਈ ਐਨੇ ਪੈਸੇ ਦੇ ਦੇ ਯਾਰ ਭਾਈ ਮੈਂ ਕਿਹਾ ਲੋੜ ਆਇਆ ਸਿਲੰਡਰ ਭਰਾ ਦੇ ਮੇਰਾ ਜਾ ਮੈਨੂੰ ਯਾਰ ਕੱਪੜੇ ਬਣਾ ਦੇ ਹੁਣ ਤਾਂ ਸੰਤਾਰਗਾ ਸੁਭਾਅ ਹੋ ਗਿਆ ਹੁਣ ਤਾਂ ਮੈਨੂੰ ਨਾ ਸਿਰਫ ਲੋੜ ਕਰ ਹੀ ਰਹਿੰਦੀ ਲੋੜ ਹੁਣ ਮੈਨੂੰ ਸਿਰਫ ਲੀੜੇ ਕੱਪੜੇ ਬਣਾਉਣੇ ਹੁੰਦੇ ਨੇ ਉਦੋਂ ਆਖ ਹੁੰਦੀ ਮੈਨੂੰ ਬਾਲੀ ਹੂੰ ਵੀ ਜਿਵੇਂ ਸਿਆਲ ਆ ਗਿਆ ਆ ਤਾਂ ਚਲੋ ਬਾਈ ਕਿਸੇ ਨੇ ਮਿਹਰਬਾਨੀ ਕਰਤੀ ਆ ਕੋਟੀਆਂ ਸਟਰ ਦੇ ਦਿਆਂ ਤੇ ਆ ਕੱਪੜੇ ਲੀੜੇ ਵੀ ਬਣਾ ਦਿੰਦੇ ਕੋਈ ਸੱਜਣ ਮਿੱਤਰ ਤੇ ਬਸ ਹੋਰ ਕੁਝ ਨਹੀਂ ਹੋਰ ਮੇਰਾ ਚੱਲੀ ਜਾਂਦਾ ਚੱਲੀ ਜਾਂਦਾ ਪਰ ਜਿਹੜੇ ਕਵੀਲਦਾਰ ਅੰਗਹੀਨ ਹੂੰ ਉਹਨਾਂ ਦਾ ਤਾਂ ਬੜਾ ਬੁਰਾ ਹਾਲ ਹੈ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਵੀ ਸਾਰੇ ਹੈਂਡੀਕੈਪਟਨਾਂ ਨੂੰ ਨੌਕਰੀ ਤੇ ਰੱਖ ਦਿਓ ਚਲੋ ਸਾਰੇ ਅੰਗਹੀਣ ਵਿਚਾਰੇ ਨਹੀਂ ਹੈਗੇ ਨੌਕ ਉਹਨੇ ਐਜੂਕੇਸ਼ਨ ਨਹੀਂ ਹਾਸਲ ਕਰ ਸਕੇ ਯੋਗਤਾ ਨਹੀਂ ਪੂਰੀ ਕਰਦੇ ਪਰ ਉਹਨਾਂ ਨੂੰ ਘੱਟੋ ਘੱਟ ਵੀ ਪੈਨਸ਼ਨ ਤਾਂ ਉਹਨਾਂ ਦੀ ਕੀਤੀ ਜਾਵੇ ਨਾ 5-7000 ਰੁਪਏ ਤਾਂ ਹੋਵੇ ਨਾ ਘੱਟੋ ਘੱਟ ਹੋਵੇ ਜਿਹੜੇ ਸਰਕਾਰੀ ਅਫਸਰ ਰਟਾਇਰ ਹੋਏ ਆ ਆ ਐਮਐਲਏ ਰਟਾਇਰ ਹੋਏ ਆ ਜੇ ਉਹ ਵੀ ਆਪਦੇ ਆਪਦੀ ਇਨਸਾਨੀਅਤ ਦੇ ਨਾਂ ਤੇ ਯੋਗਦਾਰ ਪਾਉਣ ਵੀ ਸਾਡੇ ਜੋ ਹਿਆਰ-ਹਿਆਰ ਕੱਟ ਗਿਆ ਕਰੋ ਇਹਨਾਂ ਨੂੰ ਦੇ ਦਿਓ ਇੱਕ ਬਜ਼ੁਰਗ ਦੀ ਪੈਨਸ਼ਨ ਹੈ ਚਲ ਤੁਸੀਂ ਸਵਾਲ ਕਰ ਰਹੇ ਸੀ ਦੱਸੋ ਨਹੀਂ ਮੈਂ ਤਾਂ ਇੱਕ ਸਵਾਲ ਕਰ ਤੁਸੀਂ ਲਿਖ ਵੀ ਲੈਨੇ ਹਾਂਜੀ ਲਿਖ ਦੇ ਮੈਂ ਕਹਾਣੀਆਂ ਲਿਖਦਾ ਹਾਂ ਠੀਕ ਹੈ ਤੇ ਗੀਤ ਲਿਖਦਾ ਹੁੰਦਾ ਸੀ ਅੱਛਾ ਪਰ ਅੱਜ ਕੱਲ ਜਿਹੜਾ ਦੌਰ ਜਾਂ ਚੱਲ ਪਿਆ ਮੈਂ ਗੀਤਕਾਰੀ ਨੂੰ ਲੋਕਾਂ ਨੇ ਨਾ ਉਹ ਬਣਾਤਾ ਵੀ ਰਲਮਾ ਮਿਲਮਾ ਚਾਰਜਾ ਬਣਾਤਾ ਹੂੰ ਕਿਵੇਂ ਵੀ ਨਾ ਤਾਂ ਕੋਈ ਸ਼ੇਰ ਹੈ ਨਾ ਪੈਰ ਹੂੰ ਤੁਸੀਂ ਕਿਹੋ ਜਿਹਾ ਗੀਤ ਲਿਖ ਦੇ ਦਿੰਦੇ ਸੀ ਮੈਂ ਤਾਂ ਵਧੀਆ ਲਿਖਦਾ ਹੁੰਦਾ ਸੀ ਪੰਜਾਬੀ ਮਾਂ ਬੋਲੀ ਤੇ ਲਿਖਿਆ ਸੁਣਾਇਓ ਵੀ ਨੋ ਕਿ ਦੱਸਾਂ ਕਿ ਮੈਂ ਦਰਦ ਕਹਾਣੀ ਆਉਂਦਾ ਹੈ ਅੱਖੀਆਂ ਚੋਂ ਪਾਣੀ ਗੈਰਾ ਤੇ ਕੀ ਸ਼ਿਕਵਾ ਮੇਰੇ ਆਪਣੇ ਜਾਂਦੇ ਆ ਰੋਲੀ ਅਜਰੁਲਗੀ ਵਿੱਚ ਪੰਜਾਬ ਦੇ ਮੈਂ ਪੰਜਾਬੀ ਬੋਲੀ ਗੁਰੂ ਨਾਨਕ ਗੁਰੂ ਅੰਗਦ ਜੀ ਨੇ ਮੈਨੂੰ ਮੁੱਖ ਉਚਾਰਿਆ ਹੈ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਬੜਾ ਸਤਿਕਾਰਿਆ ਹੈ ਨਾਲ ਖੁਸ਼ੀਆਂ ਗੁਰੂਆਂ ਮੇਰੀ ਭਰਤੀ ਝੋਲੀ ਅੱਜ ਰੁਲਗੀ ਵਿੱਚ ਪੰਜਾਬ ਦੇ ਮੈਂ ਪੰਜਾਬੀ ਬੋਲੀ ਪ੍ਰੋਫੈਸਰ ਮੋਹਨ ਸਿੰਘ ਤੇ ਪੂਰਨ ਨੂੰ ਅੱਜ ਅਵਾਜ਼ਾ ਮਾਰਾਂ ਨੂਰਪੁਰੀ ਨੰਦ ਲਾਲ ਜੀ ਅਕ ਲੈ ਲਓ ਸਾਰਾਂ ਸ਼ਿਵ ਕੁਮਾਰ ਬਟਾਲਵੀ ਨੂੰ ਅੱਜ ਜਾਵਾਂ ਟੋਲੀ ਅੱਜ ਰੁਲਗੀ ਵਿੱਚ ਪੰਜਾਬ ਦੇ ਮੈਂ ਪੰਜਾਬੀ ਬੋਲੀ ਕਰੋ ਜਤਨ ਪੰਜਾਬੀਓ ਮੈਂ ਅੱਜ ਰੁਲਦੀ ਫਿਰ ਫਿਰਦੀ ਰੁਲਦੀ ਨਵੀਂ ਪੀੜ੍ਹੀ ਮਨ ਲਸ਼ਮਣ ਅੱਜ ਜਾਵੇ ਭੁੱਲਦੀ ਮੇਰੀ ਖਾਤਰ ਸੂਰਿਆ ਖੇੜੀ ਖੂਨ ਦੀ ਹੋਲੀ ਅੱਜ ਰੁਲਗੀ ਵਿੱਚ ਪੰਜਾਬ ਦੇ ਮੈਂ ਪੰਜਾਬੀ ਬੋਲੀ ਮੈਂ ਪੰਜਾਬੀ ਬੋਲੀ ਬਹੁਤ ਸੋਹਣਾ ਲਿਖਿਆ ਰੋਲਤੀ ਪੰਜਾਬੀ ਬੋਲੀ ਮਾਂ ਬੋਲੀ ਮੈਂ ਤਾਂ ਕਲਾਕਾਰਾਂ ਨੂੰ ਕਹਿਣਾ ਵੀ ਤੁਸੀਂ ਇਹ ਨਾ ਕਹਿ ਕਰੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆਂ ਪੰਜਾਬੀ ਮਾਂ ਬੋਲੀ ਤੁਹਾਨੂੰ ਲੈ ਗਈ ਤਾਂ ਤੁਸੀਂ ਉਹਦਾ ਦਿੱਤਾ ਖਾਣੇ ਆ ਠੀਕ ਗੱਲ ਮੈਂ ਵੀ ਪੰਜਾਬੀ ਮਾਂ ਬੋਲੀ ਦਾ ਖਾਣਾ ਪੰਜਾਬੀ ਮਾਂ ਬੋਲੀ ਦੇ ਅਖਰੀ ਲਿਖੇ ਆ ਉਹਨਾਂ ਦੇ ਅੱਖਰ ਸੀ ਕੋਈ ਇੱਧਰ ਵਧਾ ਘਟਾ ਕੇ ਕੋਈ ਫੇਰ ਫੇਰ ਕਰਕੇ ਲਿਖ ਜਾਂਦਾ ਉਹ ਕਵਿਤਾ ਬਣ ਜਾਂਦੇ ਆ ਕੁਝ ਗੀਤ ਬਣ ਜਾਂਦੇ ਕੁਝ ਗੱਜਲਾਂ ਬਣ ਜਾਂਦੇ ਆ ਕੁਝ ਦਰਦ ਬਣ ਜਾਂਦੇ ਆ ਹੂੰ ਕੁਝ ਹਿਜ਼ਰ ਬਣ ਜਾਂਦੇ ਤੋ ਤੁਸੀਂ ਉਹ ਮਤਲਬ ਜਿਵੇਂ ਲਿਖਣ ਦੇ ਵਿੱਚ ਜਿਹੜੀ ਜਿਹੜੀ ਸ਼ੈਲੀ ਸੀ ਤੁਹਾਡੀ ਜਨ ਲਿਖਣ ਦੀ ਜਿਹੜਾ ਤੁਹਾਡਾ ਢੰਗ ਸੀ ਉਹ ਵਿਰਾਗਮਈ ਜਾਂ ਵਿਰਾਗਮਈ ਸੀ ਹਾਂਜੀ ਗਲਪ ਪਿੰਡੂ ਪਿੰਡੂ ਮੈਂ ਅਣਕੀ ਸਾਹਿਬ ਨੂੰ ਮਿਲਿਆ ਸੀ 2000 ਸ੍ਰਾਮ ਸਰੂਪ ਅਣਕੀ ਹਾਂਜੀ 6 ਠੀਕ ਹੈ 2006-7 ਉਹਨਾਂ ਦਾ ਮੈਂ ਨਾਵਲ ਪੜਿਆ ਸੀ ਕੋਠੇ ਖੜਕ ਸਿੰਘ ਕੋਠੇ ਖੜਕ ਸਿੰਘ ਵਾਹ ਕੀ ਬਾਤਾਂ ਉਹ ਨਾਵਲ ਜੀ ਨੇ ਪੜਿਆ ਨਹੀਂ ਕੁਝ ਨਹੀਂ ਪੜਿਆ ਹੂੰ जिने पंजाब पढਣਾ ਨਾ ਹਾਂ ਉਹ ਰਾਮ ਸਰੂਪ ਅੰਖੀ ਸਾਹਿਬ ਨੂੰ ਪੜੇ ਠੀਕ ਹੈ ਜੀਨੇ ਪੂਰੇ ਪੰਜਾਬ ਤੋਂ ਪੜ੍ਹਨਾ ਉਹ ਉਹਨਾਂ ਨੂੰ ਮੈਂ ਕਿਹਾ ਸੀ ਉਹਨਾਂ ਨੇ ਇੱਕ ਜਾਤੀ ਸ਼ਬਦ ਲਿਖਿਆ ਸੀ ਕੀ ਵੀ ਜਾਤ ਤੇ ਹਾਂ ਵੀ ਇਸ ਤਰ੍ਹਾਂ ਉੱਚ ਕੋਈ ਵਾਰੀ ਬਵਾਦ ਹੋ ਜਾਂਦਾ ਹਾਂ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕਾਹ ਤੋਂ ਲਿਖਿਆ ਉਹ ਕਹਿੰਦੇ ਯਾਰ ਮੈਨੂੰ ਮੂੰਹ ਤੇ ਪੰਡਤ ਜੀ ਕਹਿੰਦੇ ਆ ਪਿੱਛੋਂ ਸੰਬੋਧਨ ਉਹੀ ਕਰਦੇ ਜੋ ਤੁਹਾਨੂੰ ਪਤਾ ਹੀ ਹੈ ਹਾਂ ਫਲਾਨਾ ਜਿਵੇਂ ਉਹਨੇ ਮੈਂ ਕਿ ਚਲੋ ਠੀਕ ਹੈ ਉਹਦਾ ਪਿੰਡੂ ਪਛੋਕੜ ਲਿਖਿਆ ਪਰ ਉਹਨਾਂ ਵਰਗੀ ਲੇਖਣੀ ਮੈਂ ਨਹੀਂ ਪੜੀਗੀ ਠੀਕ ਹੈ ਜੇ ਪੰਜਾਬ ਨੂੰ ਪੜ੍ਹਨਾ ਤੁਸੀਂ ਉਹਨੂੰ ਗੁਰੂ ਰੂਪ ਪੜ੍ਹੋ ਜੀ ਉਹਨਾਂ ਦੀ ਮਲੇ ਝਾੜੀਆਂ ਪੜ੍ਹੋ ਜੀ ਠੀਕ ਹੈ ਪ੍ਰਤਾਪੀ ਪੜ੍ਹੋ ਜੀ 12 42 ਪੜ੍ਹੋ ਜੀ ਹੂੰ ਤੇ ਕਮਲ ਸਾਹਿਬ ਨੂੰ ਮਿਲ ਸਰਦਾਰ ਜਸਵੰਤ ਸਿੰਘ ਕਮਲ ਜੀ ਸਾਹਿਬ ਨੂੰ ਹਾਂ ਜੀ ਉਹਨਾਂ ਨੂੰ ਮੈਂ ਇੱਕ ਵਾਰੀ ਕਿਹਾ ਸੀ ਉਹ ਮੈਨੂੰ ਪੁੱਛਦੇ ਕੀ ਕਰਦਾ ਮੈਂ ਉਹ ਤਾਂ ਬੋਲ ਪਤਾ ਨਹੀਂ ਮੈਨੂੰ ਕੀ ਗੱਲ ਹੈ ਬਣਾ ਮੈਂ ਦਾਵਾ ਰੋਲ ਜਾਰਿਆ ਹੋ ਸਕਦਾ ਮੇਰਾ ਕਸੂਰ ਹੋਵੇ ਮੈਂ ਕੰਮ ਨੂੰ ਕੰਮ ਨਹੀਂ ਲੈ ਸਕਿਆ ਉਹ ਕਹਿੰਦੇ ਵੀ ਮੈਂ ਰੀ ਪਾਠ ਕਰਦਾ ਮੇਰਾ ਦਿਲ ਨਹੀਂ ਲੱਗਦਾ ਤੇ ਉਹ ਕਹਿੰਦਾ ਵੀ ਐ ਕਰੋ ਰੋਕ ਪੈਸਾ ਦੇ ਕੇ ਰੱਬ ਖਰੀਦ ਤੇ ਦਿਲਦਾਰ ਨੂੰ ਲੱਗਣੇ ਦਿਲ ਲੋਗ ਨਹੀਂ ਲੱਗਣ ਦਿੰਦੇ ਸੀ ਹਮ ਕਿਵੇਂ ਮਤਲਬ ਜਦੋਂ ਟਿੱਕਾ ਟਿੱਪਣੀਆਂ ਕਰਦੇ ਸਾਡੇ ਟਿੱਕਾ ਟਿੱਪਣੀਆਂ ਕਰਦੇ ਹੈਨਾ ਜਿਵੇਂ ਭਾਈ ਜਿਵੇਂ ਤੁਸੀਂ ਗੱਲ ਕੀਤੀ ਆਰਾਮ ਸਰੂਪ ਹਨ ਕੀ ਦੀ ਕਿ ਮੈਂ ਇਹਨੂੰ ਪਿੰਡ ਮੁਤ ਪੰਡਤ ਕਹਿੰਦੇ ਸੀ ਪਿੱਠ ਪਿਛੋਂ ਪਿੱਠ ਪਿਛੋਂ ਮਤਲਬ ਜਿਹੜੇ ਉਹ ਲੋਕ ਬੋਲੀ ਉਹ ਪੈਂਡੂ ਬੋਲੀ ਨੂੰ ਲਿਖਦੇ ਸੀਗੇ ਵਿੱਚ ਮੈਂ ਉਹੀ ਕਹਿਣਾ ਹੈ ਵੀ ਪਿੱਠ ਪਿਛੇ ਜਿਵੇਂ ਬੰਦਾ ਕੋਈ ਅਫਸਰ ਵੀ ਹੈ ਜਾਂ ਕਿਤੇ ਵੀ ਕਿਸੇ ਦਫ਼ਤਰ 'ਚ ਵੀ ਜਾਂਦਾ ਜਦੋਂ ਉਹ ਤੁਰ ਜਾਂਦਾ ਉਹਨੂੰ ਕਹਿੰਦੇ ਯਾਰ ਇਹਦਾ ਫਲਾਣਾ ਭੌਂਕਦਾ ਫਿਰਦਾ ਇੱਥੇ ਵੱਡਾ ਹੈ ਇਹ ਇਹ ਸ਼ਬਦ ਵਰਤਦੇ ਉਹ ਯਾਦ ਦਾ ਨਾਮ ਲੈ ਕੇ ਇਹ ਜਿਹੜਾ ਤੁਹਾਡੇ ਵਰਗੇ ਬੰਦੇ ਹੁੰਦੇ ਆ ਠੀਕ ਹੈ ਤੁਹਾਡਾ ਸਮਾਜ ਆਂਗੀ ਹਿਸ ਇਹਨਾਂ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਬੋਲਾ ਬੋਲਾ ਕੁਝ ਹੂੰ ਇਹ ਤਾਂ ਜਦੋਂ ਅਸੀਂ ਮਹਿਫਲ ਚ ਉੱਠਦੇ ਨਾ ਹੂੰ ਤੇ ਪਿੱਛੇ ਸੁਣਨ ਵਾਲੀਆਂ ਗੱਲਾਂ ਹੁੰਦੀਆਂ ਐਵੇਂ ਸਾਲਾ ਲੰਗੜਾ ਜਿਹਾ ਭੌਂਕਦਾ ਫਿਰਦਾ ਯਾਰ ਹੂੰ ਇਹ ਸਾਲੇ ਐਵੇਂ ਰਗ ਵੱਧ ਹੁੰਦੀ ਇਹਨਾਂ ਚ ਹੂੰ ਇਹ ਐ ਨਹੀਂ ਕਰ ਇਹ ਗੱਲਾਂ ਮਾਰ ਗੀਆਂ ਇਹ ਮਨਿੰਦਰਜੀਤ ਜੀ ਕਿਸੇ ਦਾ ਕੀ ਦਾ ਦਿਲ ਕਰਦਾ ਕੀ ਦਾ ਦਿਲ ਕਰਦਾ ਕੀ ਦਾ ਦਿਲ ਕਰੇ ਉਹ ਤਮਾਸ਼ਾ ਬਣੇ ਜੱਗ ਦਾ ਸੰਗ ਦੀਲਾ ਸੇਕ ਬੁਰਾ ਹਿਜਰੇ ਦੀ ਜਾਗਦ ਸਾਡੀਆਂ ਤਾਂ ਖੁਸ਼ੀਆਂ ਝੋਰੀਆਂ ਨੇ ਖਾਲੀਆਂ ਕਾਹਦੀਆਂ ਗਰੀਬਾਂ ਦੀਆਂ ਲੋੜੀਆਂ ਦਿਵਾਲੀਆਂ ਸਹੀ ਗੱਲ ਇੱਕ ਸੰਗਦਲ 47 ਵਾਲਾ ਇੱਕ ਸੰਗਦਲ ਹੂਰ ਆ ਵਿਚਾਰਾ ਗਰੀਬ ਬੰਦਾ ਗਰੀਬ ਹੈ ਰਾਈਟਰ ਹੈ ਉਹਨੇ ਪਿੱਛੇ ਦੇ ਬੱਚਿਆਂ ਨੇ ਗਾਇਆ ਸੀ ਗੀਤ ਹਾਂ ਉਹ ਸੰਗਦਲ ਕੀ ਵੱਕੇ ਕੀਦਾ ਦਿਲ ਕਰਦਾ ਉਹ ਤਮਾਸ਼ਾ ਬਣੇ ਜੱਗ ਦਾ ਕਿਸੇ ਦਾ ਦਿਲ ਨਹੀਂ ਕਰਦਾ ਸਹੀ ਹੈ ਹਰੇਕ ਬੰਦੇ ਦਾ ਜੀ ਕਰਦਾ ਮੈਂ ਆਪਦੀ ਅੱਖ ਨਾ ਜਾਵਾਂ ਸਹੀ ਹੈ ਹਰੇਕ ਬੰਦੇ ਦਾ ਜੀ ਕਰਦਾ ਯਾਰ ਮੈਂ ਕਿਸੇ ਤੋਂ ਕੱਲ ਨਾ ਕਹਾਵਾ ਜੇ ਹੁਣ ਮੈਂ ਬੇਨਤੀ ਕਰਦਾ ਵੀ ਜਿਹੜੇ ਦੋਸਤਾਂ ਨੂੰ ਵੀ ਸਾਨੂੰ ਕੋਈ ਚਾਰ ਛਿਲੜ ਦੇ ਦਿੰਦਾ ਹੂੰ ਤੇ ਯਾਰ ਅਸੀਂ ਅਸੀਂ ਕਿਹੜਾ ਹੁਣ ਉਹਨਾਂ ਸਾਡੇ ਤਾਂ ਸਰੇਕ ਦੁਖਦੇ ਵੀ ਮੰਗ ਕੇ ਖਾਂਦੇ ਆ ਯਾਰ ਜਿਹੜੇ ਲੱਖ ਲੱਖ ਰੁਪਈਆ ਲੈਣ ਵਾਲੇ ਮਜ਼ਦੂਰ ਪਰਿਵਾਰ ਚੋਂ 300 ਬੰਦਾ ਦਿਹਾੜੀ ਲੈਂਦਾ ਜਿਹਦਾ ਉਹਦੀ ਕੰਮ ਕਰਨ ਲਈ ਉਹ ਤੋਂ ਰਿਸ਼ਵਤ ਦੀ ਤਵੱਕੋ ਰੱਖਦੇ ਆ ਉਹ ਤੋਂ ਆਸ ਰੱਖਦੇ ਆ ਉਹਨਾਂ ਬਾਰੇ ਵੀ ਕੁਝ ਸੋਚੋ ਜਿਹੜੇ ਦਾਜ ਦੀ ਮੰਗ ਕਰਦੇ ਆ ਰੱਜੇ ਪੁੱਜੇ ਲੋਕ ਉਹਨਾਂ ਬਾਰੇ ਵੀ ਕੁਝ ਕਿਹਾ ਕਰੋ ਜਿਹੜੇ ਸੇਵਾ ਦੇ ਨਾਂ ਤੇ ਫੰਡ ਖਾਂਦੇ ਆ ਉਹਨਾਂ ਦੇ ਨਾਂ ਤੇ ਕੁਝ ਕਿਹਾ ਵੀ ਰਪਾਰਟੀਆਂ ਦੇ ਨਾਂ ਤੇ ਖਾਂਦੇ ਆ ਕਰੋੜਾਂ ਢਕਾਰ ਜਾਂਦੇ ਆ ਉਹਨਾਂ ਦੇ ਸਸ਼ਿਤ ਦਾਸੇ ਪਾਂਜੇ ਵਾਲੇ ਆ ਸੂਟ ਬੂਟ ਬਣਾਤਾ ਕਿਸੇ ਨੇ ਜੇ ਸੀ ਪਹਿਨ ਲਿਆ ਵੈਨਨ ਨੂੰ ਹਰੇਕ ਬੰਦੇ ਦਾ ਜੀ ਕਰਦਾ ਹੈ ਗਰੀਬ ਤੋਂ ਤੁਸੀਂ ਆਫ ਕੈਮਰਾ ਕਿਹਾ ਸੀ ਨਾ ਗਰੀਬ ਤੋਂ ਗਰੀਬ ਬੰਦੇ ਦਾ ਵੀ ਜੀ ਕਰਦਾ ਚਾਮਲਾਰ ਸਾਰਿਆਂ ਦੇ ਹੁੰਦੇ ਆ ਸੋ ਪੈਨਨ ਨੂੰ ਤਾਂ ਸਾਰਿਆਂ ਦਾ ਜੀ ਕਰਦਾ ਜੀ ਮੈਂ ਜੋ ਹਾਇਸੀਅਤ ਦੇ ਮੁਤਾਬਕ ਹੈ ਉਹ ਬੰਦਾ ਪਹਿਨਦਾ ਕੋਟ ਉਹ ਤਾਂ ਮੈਂ ਦੇਖੋ ਉਹ ਤਾਂ ਇੱਕ ਮਾਇਉਰੀ ਹੁੰਦੀ ਆ ਨਾ ਜੇ ਹੁਣ ਕਿਸੇ ਬੰਦੇ ਨੇ ਪੈਸੇ ਦੇ ਹੀ ਦਿੱਤੇ ਸਿੱਧੂ ਸਾਹਿਬ ਜੀ ਜੇ ਹੁਣ ਉਹਨੇ ਮੰਨ ਲਓ ਕੱਪੜਾ ਲਈ ਦਿੱਤੇ ਆ ਤੇ ਕੱਪੜੇ ਬਣਾ ਲਏ ਉਹਨੇ ਤੇ ਕਿਸੇ ਨੂੰ ਤਾਂ ਕੋਈ ਦੁੱਖ ਨਹੀਂ ਉਸ ਕਿਸੇ ਦਾ ਤਨ ਟਕਦਾ ਅਸੀਂ ਤਾਂ ਦਸਵੰਦ ਕੱਢਣ ਵਾਲੀ ਗੋਮ ਆ ਸਹੀ ਹੈ ਉਹ ਦਸਵੰਦ ਕੱਢਣ ਵਾਲੇ ਤਾਂ ਕੱਢਦੇ ਆ ਤੇ ਪਰ ਜਿਹਨੇ ਪੰਜੀ ਨਹੀਂ ਦਿੱਤੀ ਹੁੰਦੀ ਉਹ ਦੁਖੀ ਹੁੰਦੇ ਉਹ ਦੁਖੀ ਉਹ ਹੁਣ ਆਏ ਆ ਜਿਵੇਂ ਤੁਹਾਡੇ ਵਾਲੀ ਗੱਲ ਆ ਜਿਵੇਂ ਹੁਣ ਤੁਹਾਡੇ ਕੁਈ ਆਸ ਆਸ-ਪਾਸ ਦੇ ਇਸ ਸੁਸਮਾਜ ਦੇ ਹੁੰਦੇ ਹੋਣਗੇ ਜੇ ਕੋਈ ਮੈਂ ਤੁਸੀਂ ਕਿਹਾ ਪੈਸੇ ਭੇਜਦੇ ਆ ਜਾਂ ਤੁਸੀਂ ਮੋਟਰਸਾਈਕਲ ਦਿਆਂਦੇ ਆ ਤਾਂ ਉਹਦੋਂ ਆ ਕੇ ਕਹਿੰਦੇ ਹੋਣਗੇ ਯਾਰ ਇਹਦੇ ਬੜਾ ਦਾ ਲੋਟ ਆਇਆ ਹੈ ਹਨਾ ਮਹਾਰਾਜ ਸਾਡਾ ਮੇਰਾ ਜਦੋਂ ਮੈਂ ਚੱਲ ਜਾਣਾ ਪਿੰਡ ਚੋਂ ਹੂੰ ਤੇ ਇਹੋ ਜਿਹੀਆਂ ਗੱਲਾਂ ਕਰਦੇ ਜਿਹੜੀਆਂ ਮੈਂ ਇੱਥੇ ਕੈਮਰੇ ਤੇ ਬੋਲ ਨਹੀਂ ਸਕਦਾ ਇੰਟਰਨੈਸ਼ਨਲ ਮੰਗਤਾ ਕਹਿੰਦੇ ਮੈਨੂੰ ਅਰੇ ਇਹ ਲੱਤ ਜੀ ਵਿਖਾ ਕੇ ਪੈਸੇ ਲੈ ਲੈਂਦਾ ਮੈਂ ਦਰਦਾਸ ਕਰਦਾ ਹਾਂ ਪ੍ਰਮਾਤਮਾ ਕਿਸੇ ਨੂੰ ਇਲਤ ਬਖਾਉਣ ਜੋ ਗਾਣਾ ਕਰੇ ਠੀਕ ਹੈ ਜੀ ਹੁਣ ਬੜੇ ਸਲਾਹਾਂ ਦੇ ਪੜ ਲੈਂਦਾ ਐ ਕਰ ਲੈਂਦਾ ਯਾਰ ਕਿੱਥੇ ਪੜ ਲੈਂਦਾ ਪਲਸ 2 ਪੜ ਗਿਆ ਯਾਰ ਕਿ ਹੁਣ ਇੱਕ ਦੋ ਵਾਰ ਕੀ ਜਿਹੜੇ ਜਿਹੋ ਜਿਹੇ ਹਾਲਾਤ ਸੀ ਮੇਰਾ ਪਿਓ ਸੀ ਸੀ ਮਾਂ ਟੀਵੀ ਦੀ ਮਰੀ ਸੀ ਮੈਂ ਅੰਗ ਅੰਗਹੀਨ ਸੀ ਮੈਂ ਪਲਸ 2 ਪੜ ਗਿਆ ਹੋਰ ਇੱਕ ਦੋ ਵਾਰ ਕੀ ਬਿਨਾ ਘਰ ਤੋਂ ਮੈਂ ਪੜਿਆ ਬੇਕਾ ਨਾ ਕਰ ਤੋਂ ਪੜਿਆ ਜੇ ਮੈਂ ਪੇਪਰ ਦੇਣਾ 10ਵੀਂ ਦੇ ਪੇਪਰ ਦਿੱਤੇ ਮੈਂ ਰੋਟੀ ਕਿਤੇ ਰਹਿਣਾ ਕਿਤੇ ਪੇਪਰ ਦੇਣ ਜਾਣਾ ਮੈਂ ਉੱਥੇ ਅੱਛਾ ਇਹੋ ਜਿਹੇ ਹਾਲਾਤ ਹੋ ਗਏ ਸੀਗੇ ਕੁਝ ਘਟਨਾਵਾਂ ਹੋ ਜਾਂਦੀਆਂ ਜ਼ਿੰਦਗੀ 'ਚ ਬੰਦੇ ਤੋਂ ਚੱਲਦੇ ਕੁਝ ਗਲਤੀਆਂ ਮੈਥੋਂ ਵੀ ਹੋਈਆਂ ਵੀ ਜੇ ਮੈਂ ਐਵੇਂ ਭੈੜ ਭਰਾ ਮਾਰੇ ਨਾ ਸੋਚਦਾ ਕੁਝ ਕਰ ਹੀ ਲੈਂਦਾ ਕਿਵੇਂ ਸੋਚਦਾ ਕਿਵੇਂ ਵੀ ਜੇ ਮੈਂ ਸੋਚਿਆ ਵੀ ਕੁਝ ਕੰਮ ਸਿੱਖ ਜਾ ਹਣਾ ਵੀ ਮੈਂ ਅੱਗੇ ਜਾ ਪਰ ਮੈਂ ਉਦੋਂ ਜੇ ਮੈਂ ਪੜਦਾ ਪਰ ਜੇ ਦਾ ਹੱਥ ਨਹੀਂ ਲਾਉਂਦੀ ਜੇ ਨਹੀਂ ਹੱਥ ਲਾਉਂਦੀ ਅੱਜ ਵਾਲਾ ਦਿਮਾਗ ਹੁੰਦਾ ਤਾਂ ਮੈਂ ਤਾਂ ਸੱਡੀ ਸੀ ਲੱਗਿਆ ਹੁੰਦਾ ਫਿਰ ਹੁਣ ਮੈਨੂੰ ਬਾਅਦ ਚ 2010 ਚ ਆ ਕੇ ਬੰਦੇ ਨੇ ਮਿਲਾਂਗਾ ਨਾ ਯਾਰ ਤੂੰ ਪੀਸੀਐਸ ਅਫਸਰ ਲੱਗ ਸਕਦਾ ਮੈਂ ਕਹਾਂ ਜੀ ਮੈਂ ਕੁਝ ਨਹੀਂ ਲੱਗ ਸਕਦਾ ਆਦਾ ਕਿਉਂ ਮੈਂ ਕਹਾਂ ਮੈਨੂੰ ਪਤਾ ਮੇਰਾ ਦਿਮਾਗ ਕਿੱਥੇ ਆ ਸੋਨੂੰ ਸਭ ਕੁਝ ਮੇਜ ਤੇ ਆਉਣਾ ਬਣਿਆ ਬਣਿਆ ਮੇਰੇ ਲਈ ਬਹੁਤ ਕੁਝ ਹੈ ਪੈਦਾ ਕਰਨਾ ਪੈਂਦਾ ਨਾ ਜਦੋਂ ਉਹਦਾ ਪਤਾ ਲੱਗਦਾ ਜਦੋਂ ਬੰਦੇ ਨੂੰ ਹੱਥ ੜੜਨਾ ਪੈ ਜੇ ਨਾ ਕਿਸੇ ਕੋਲੇ ਉਦੋਂ ਜੇ ਹੁਣ ਮੰਗਣਾ ਮੌਤ ਵਰ ਰਿਆਂ ਬਰਾਬਰ ਕਹਿ ਦਿੰਦੇ ਆਪਣੇ ਮਰੇ ਹਿਉਂ ਤਾਂ ਮਰਿਆਂ ਦੀ ਗਿਣਤੀ ਚ ਆਉਨੇ ਆ ਜਦੋਂ ਸਾਨੂੰ ਸਮਾਜ ਬਣਾਉਂਦਾ ਹੀ ਹਾਂ ਜੀ ਇਸ ਸਮਾਜ ਦੀ ਅੱਲਖਾਲੋ ਮੈਂ ਤੋ ਅੱਜ ਤੋਂ 2000 ਸਾਲ ਤੱਕ ਵੀ ਸਾਨੂੰ ਸਮਾਜ ਨਹੀਂ ਬਣਾਊਗਾ ਇਸ ਸਮਾਜ ਜਿਹੜਾ ਇਹ ਇਹਦੀ ਇਹਦਾ ਬਹੁਤ ਵੱਡਾ ਸਮਾਜ ਦਾ ਦੁਖਾਂਤ ਹੈ ਇਹਨੇ ਆਪ ਤੋਂ ਮਾਰੇ ਬੰਦੇ ਨੂੰ ਤੰਗ ਕਰਨਾ ਦੁਨੀਆ ਗੋਲ ਹੈ ਨਾ ਇਹ ਗੋਲ ਇਹ ਵਾਕਈ ਗੋਲ ਹੈ ਇਹ ਉੱਚੇ ਵੱਲ ਨੂੰ ਚੜਦੀ ਹੈ ਤੇ ਫਿਰ ਨਿਮਾਨ ਨੂੰ ਰੋੜ ਰੋੜ ਪੈਂਦੀ ਐ ਤਾਂ ਹੀ ਇਹ ਨਿਮਾਨਾ ਨੂੰ ਰੁੜਦੇ ਐ ਜਿੱਥੇ ਖੜੇ ਉਹਤੇ ਸਥਿਰ ਨਹੀਂ ਰਹਿ ਸਕਦੇ ਜਿਹੜੇ ਰੱਬ ਦੀ ਰਜ਼ਾ ਨੂੰ ਮੰਨ ਨਹੀਂ ਸਕਦੇ ਅਸੀਂ ਤਾਂ ਰੱਜਾ ਮੰਨਦੇ ਸਾਨੂੰ ਮੰਨਣ ਨਹੀਂ ਦਿੰਦੇ ਹੂੰ ਸਾਨੂੰ ਫਿਰ ਕਹਿ ਦਿੰਦੇ ਵੀ ਤੁਸੀਂ ਤਾਂ ਕੀਤਿਆਂ ਦੇ ਫਲ ਭੋਗਤਦੇ ਬਠਿੰਡੇ ਇੱਕ ਵਾਰੀ ਮੈਂ ਮੋਟਰਸਾਈਕਲ ਬਾਈਕ ਸੀ ਟ੍ਰੈਫਿਕ ਦੇ ਵਿੱਚ ਬਠਿੰਡੇ ਤੁਸੀਂ ਵੇਖ ਲਓ ਕਿੰਨਾ ਗੁਰਸਖ ਬੰਦਾ ਆਟੋ ਰਿਕਸ਼ਾ ਚਲਾ ਰਿਹਾ ਹਾਰਨ ਮਾਰਦਾ ਹੁੰਦਾ ਅੱਗੇ ਟ੍ਰੈਫਿਕ ਅੱਗੇ ਦੋ ਕਾਰਾਂ ਤਿੰਨ ਮੈਂ ਉੱਤੋਂ ਹੀ ਥੋੜੀ ਟਪਾ ਲਿਆ ਮੈਂ ਉਹਨੂੰ ਆਖਿਆ ਵੀ ਉੱਤੋਂ ਹੀ ਟਪਾ ਦੇ ਮੇਰੇ ਬਰਾਬਰ ਲਾ ਕੇ ਕਹਿੰਦਾ ਵੀ ਤੈਨੂੰ ਰੱਬ ਨੇ ਸਹੀ ਥਾਂ ਰੱਖਿਆ ਮੈਂ ਕਿਹਾ ਧੰਨਵਾਦ ਕਹਿਣ ਲਈ ਸ਼ੁਕਰੀਆ ਧੰਨਵਾਦੀ ਕਰਨਾ ਹੁਣ ਠੀਕ ਹੈ ਉਹਨੂੰ ਦਾ ਸਿਰ ਪਾੜ ਦਈਏ ਸਾਨੂੰ ਬਰੇ ਥਾਈਂ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਕੋਈ ਗੱਲਾਂ ਐਹੋ ਜਿਹੀਆਂ ਹੋ ਜਾਂਦੀਆਂ ਵੀ ਜਿੱਥੇ ਨਾ ਬੰਦੇ ਨੂੰ ਜੀ ਕਰਦਾ ਸਿਰ ਪਾੜ ਦਈਏ ਤਾਂ ਕੁਝ ਕਰ ਨਹੀਂ ਸਕਦੇ ਉੱਥੇ ਫਿਰ ਚੁੱਪ ਰਹਿਣਾ ਨਰੇਗਾ ਦੇ ਵਿੱਚ 10 ਸਾਲਾਂ ਦੇ ਵਿੱਚ ਮੇਰੀ ਇੱਕ ਹਾਜ਼ਰੀ ਲੱਗੀ ਹੈ। ਅੱਛਾ ਜੀ। ਮੈਂ ਵੀ ਨਾ ਜਾਂਦਾ ਰਿਆ। ਆਪਦੇ ਬੰਦਿਆਂ ਨੇ ਇੱਕ ਹਾਜ਼ਰੀ ਲਾਈ ਹੈ। ਸੰਗਦਰਸ਼ਨ ਦੇ ਵਿੱਚ ਮੇਰੇ ਕੋਟ ਪਈ ਬਾਦਲ ਦੇ ਸਾਹਬ ਦੇ ਸੰਗਦਰਸ਼ਨ। ਅੱਛਾ ਕਿਵੇਂ? ਮੈਂ ਉੱਥੇ ਰੋਲਾ ਪਾਤਾ ਵੀ ਨੌਕਰੀ ਲਈ। ਤੇ ਸਰਪੰਚ ਸਾਡਾ ਬੰਦਾ ਸੀ। ਅੱਛਾ। ਤੇ ਉੱਥੇ ਬਾਹਰ ਆ ਕੇ ਸੀ ਤੂੰ ਤੂੰ ਮੈਂ ਮੈਂ ਹੋਗੀ। ਭਈ ਮਾਰੇ ਬੰਦੇ ਦਾ ਜ਼ੋਰ ਗਾਲਾਂ ਤੇ ਹੁੰਦਾ। ਆਹ ਸਹੀ ਹੈ। ਇਹ ਸਿੱਧਾ ਪੰਜਾਬੀ ਚ ਕਹਿ ਦਿੰਦਾ ਮੈਂ। ਅਹੀ ਗਾਲੋ ਗਾਲੀ ਹੋ ਕੇ ਮੈਂ ਕਹੇ ਵੀ ਤੂੰ ਬੋਲੇ ਹੀ ਨਹੀਂ ਜੇ ਕਰਛਪਾਰ ਸੇ ਕਰਦੇ ਉਥੇ ਇਹ ਚੀਜ਼ ਦਾ ਮੈਨੂੰ ਮਲਾਲ ਰਹੂਗਾ ਦੁੱਖ ਰਹੂਗਾ ਵੀ ਜੇ ਉਥੇ ਬੋਲਿਆ ਜਾਂਦਾ ਨਾ ਤੇ ਮੈਨੂੰ ਸ਼ਾਇਦ ਛੋਟੀ ਮੋਟੀ ਸ਼ਰੋਮਨੀ ਕਮੇਟੀ ਦੀ ਨੌਕਰੀ ਬਾਦਲ ਸਾਹਿਬ ਦੇ ਵੱਡੇ ਬਾਦਲ ਸਾਹਿਬ ਦਾ ਸੰਗਤ ਦਰਸ਼ਨ ਸੀ ਤੋਂ ਬਾਹਰ ਲਿਆ ਕੇ ਰੌਲਾ ਪੈ ਗਿਆ ਇੱਕ ਨੇ ਪਤਾ ਨਹੀਂ ਮਾਸਟਰ ਨੇ ਕਿਹਾ ਤਾਂ ਵੀ ਇਹ ਬਾਦਲ ਸਾਹਿਬ ਦੀ ਗੱਡੀ ਤੇ ਰੋੜਾ ਮਾਰੂਗਾ ਤੇ ਮੈਨੂੰ ਪੁਲਿਸ ਘੇਰ ਕੇ ਆ ਰੋਜ ਲੈ ਗਈ ਅੱਛਾ ਉਹ ਮੇਰੇ ਦੋ ਤਿੰਨ ਡਾਂਗਾ ਮਾਰਿਆ ਉਹਨਾਂ ਨੇ ਗਰਮੀ ਦਾ ਮਹੀਨਾ ਤੇ ਮੈਨੂੰ ਭੈਣੂ ਧੋਖਣੀ ਦਾ ਪੁਲਿਸ ਦਾ ਕੋਟ ਦਾ ਧੋਖਣੀਗਾ ਮੇਰੇ ਕੋਟਾ ਵੀ ਆਪਦੇ ਨੇ ਪਵਾਈ ਵੈਰੀ ਦਾ ਹਫਤੇ ਬਣੇ ਨਾ ਜੇ ਉੱਥੇ ਕਹਿੰਦੇ ਨਹੀਂ ਨਹੀਂ ਸੱਚ ਸੱਤ ਬੰਦੇ ਮੇਰੇ ਤੇ ਇੱਕ ਐਸਐਚਓ ਲਾਤਾ ਪਤਾ ਨਹੀਂ ਕਿੱਡਾ ਘੱਤ ਵਾਦੂ ਆ ਗਿਆ ਇਹਨੂੰ ਬੜਾ ਮਹਿਸੂਸ ਮਾਰ ਵੀ ਮਹਿਸੂਸ ਹੋਇਆ ਮੈਂ ਕਿਹਾ ਜਦੋਂ ਮੈਨੂੰ ਮੂਹਰੇ ਲਾਈਗੇ ਤੇ ਮੈਂ ਮੈਨੂੰ ਆਰੋਚ ਲੈ ਕੇ ਮੈਂ ਕਿਹਾ ਯਾਰ ਕੁੱਟਣਗੇ ਪਤਾ ਨਹੀਂ ਕੀ ਕਰਨਗੇ ਆਰੋਚ ਮੈਂ ਮੈਂ ਹੱਥ ਜੇ ਪਾ ਲੈ ਗੇਟ ਨੂੰ ਮੇਰੇ ਇੱਕੜੇ ਮਾਰੀਆਂ ਟੁੱਟ ਗਈਆਂ ਐ ਐਸਐਚਓ ਕੰ ਦਾ ਨਾ ਯਾਰ ਐਸਐਚਓ ਬਹੁਤ ਚੰਗਾ ਬੰਦਾ ਨਹੀਂ ਨਹੀਂ ਮਾਰਨਾ ਨਹੀਂ ਇਹ ਇੱਥੇ ਬਹਿ ਜਾ ਜੀ ਮੈਂ ਕਿਹਾ ਜੀ ਬਹਿ ਜਾਂਦੇ ਕੋਈ ਨਹੀਂ ਵੀ ਮਤ ਵੇਖ ਲੋ ਸਰਕਾਰ ਨੂੰ ਸਾਡੇ ਤੋਂ ਡਰ ਲੱਗਦਾ ਫਿਰ ਮਲੋੜ ਦੇ ਵਿੱਚ ਹੁਣ ਪ੍ਰੋਗਰਾਮ ਸੀਗਾ ਡਾਇਰੈਕਟਰ ਆਏ ਡਾਇਰੈਕਟਰ ਸਾਹਿਬ ਸੀ ਸਾਡੇ ਲੋਕ ਭਲਾਈ ਵਿਭਾਗ ਦੇ ਬੀਬੀ ਬਲਜੀਤ ਕੌਰ ਵੀ ਆਈ ਉੱਥੇ ਉੱਥੇ ਸਾਡੇ ਹੈਂਡੀਕੈਪਟਾਂ ਦੇ ਤੇ ਫੜ ਕੇ ਲੈ ਕੇ ਤਸ਼ੱਦਦ ਹੋਇਆ ਸਾਡਾ ਪ੍ਰਧਾਨ ਲੈ ਕੇ ਤੋ 5 ਵਜੇ ਛਡਾਇਆ ਸੀ ਸਾਨੂੰ ਕਿ ਸਾਨੂੰ ਤਾਂ ਸਾਡੇ ਤਾਂ ਸਾਡੇ ਨਾਲ ਮੁਕਾਬਲੇ ਕਰ ਸਾਨੂੰ ਤਾਂ ਛੋੜਾ ਜਿਹਾ ਬੱਚਾ ਧੱਕਾ ਮਾਰੇ ਤਾਂ ਉਹ ਉਹ ਦੋ ਡਿੱਗ ਪੰਗੇ ਭੁੱਖੇ ਮੂਰੇ ਬਾਤ ਪਾਈ ਟੱਕ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਅੰਗ ਹੀਣਾ ਉਹਨੂੰ ਹਰੇਕ ਬੰਦੇ ਨੂੰ ਪੰਜ-ਪੰਜ ਮਰਲੇ پلاਟ ਦਿੱਤਾ ਜਾਵੇ ਸਹੀ ਹੈ ਹੱਕ ਹੈ ਠੀਕ ਹੈ ਜੀ ਉਹਦੀਆਂ ਸਿਹਤ ਸਹੂਲਤਾਂ ਜਿਹੜੀਆਂ ਉਹ ਫ੍ਰੀ ਕੀਤੀਆਂ ਜਾਣ ਉਹਨੂੰ ਬਣਦਾ ਮਾਨ ਸਨਮਾਨ ਕਾਗਜ਼ੀ ਨਹੀਂ ਉਹ ਸੱਚਮੁੱਚ ਹੀ ਕੀਤਾ ਜਾਵੇ ਹਮ ਪ੍ਰਤੱਖ ਦੇ ਵਿੱਚ ਕੀਤਾ ਜਾਵੇ ਮਾਨ ਸਨਮਾਨ ਉਹਦੇ ਲਈ ਵੀ ਇਹ ਹੈ ਵਾਕਈ ਹੈ ਫਿਰ ਬਾਕੀ ਜਿਹੜੀ ਪੈਨਸ਼ਨ ਹੈ ਉਹ ਘੱਟੋ ਘੱਟ ਦਿੱਤੀ ਜਾਵੇ ਜਿਹੜੇ ਨੌਕਰੀ ਦੇ ਹੱਕਦਾਰ ਹਨ ਉਹਨਾਂ ਨੂੰ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਹੁਣ ਅਸੀਂ ਨਹੀਂ ਕਹਿੰਦੇ ਵੀ ਅਸੀਂ ਮੈਂ ਚਲੋ ਨਹੀਂ ਪਾਣੀ ਦੇ ਉਹ ਨੌਕਰੀ ਦੇ ਆ ਵੀ ਚਲੋ ਆਪ ਦਾ ਜਿਉਣ ਤਾਂ ਲੈਣਗੇ ਉਹਨਾਂ ਦਾ ਐਂਡ ਤਾਂ ਸੌਖਾ ਹੋ ਜੇ ਜੀ ਜੀ ਕੋਈ ਗੁਜਰਬਸਾ ਜੋ ਕੇ ਪੈਸੇ ਤਾਂ ਉਹਨਾਂ ਨੂੰ ਮਿਲ ਗੁਜਰਬਸਾ ਤਾਂ ਸੌਖਾ ਹੋ ਜੂਗਾ ਜੀ ਜੀ ਤੇ ਨਹੀਂ ਫਿਰ ਉਹਨਾਂ ਨੂੰ ਬਈ ਉਹ ਵਾਨ ਦੇ ਸਮੁੰਦਰ ਸਮਾਨ ਤੇ ਸੱਟ ਹੋਣਾ ਸਮੁੰਦਰ ਸੱਟ ਕੋਈ ਹੋਰ ਕਿੱਸਾ ਸਾਂਝਾ ਕਰਨੀ ਕੋਈ ਗੱਲ ਬਾਤ ਸਾਂਝੀ ਕਰਨੀ ਕਿਉਂ ਕਿੱਸੇ ਤਾਂ ਬਹੁਤ ਨਹੀਂ ਹੂੰ ਹੁਣ ਅੱਧੇ ਹੀ ਭੁੱਲ ਗਿਆ ਕੋਈ ਗੱਲ ਆਂਦਾ ਤੇਰੇ ਦਰਦ ਸੇ ਦਿਲ ਆਵਾਜ਼ ਰਹਾ ਹੂੰ ਕੁਝ ਭੁੱਲ ਗਏ ਕੁਝ ਯਾਦ ਰਹਾ ਸਹੀ ਯਾਦ ਕੁਝ ਸੱਟਾਂ ਹੀ ਅਸੀਆਂ ਵੱਜ ਗਈਆਂ ਹੂੰ ਜਿਹੜੇ ਸਭ ਕੁਝ ਭਲਾ ਕੇ ਰੱਖਦਾ ਸਹੀ ਲੋਕ ਸਾਡੇ ਨਾਲ ਮਜ਼ਾਕ ਕਰਦੇ ਹੂੰ ਸਾਡੇ ਨਾਲ ਹਮਦਰਦੀ ਦਾ ਵਖਾ ਕੇ ਨਾ ਸਾਨੂੰ ਲੁੱਟ ਲਏ ਜਾਂਦੇ ਅਸੀਂ ਜਜ਼ਬਾਤੀ ਹੁੰਨੇ ਆ ਸਾਨੂੰ ਨਹੀਂ ਸਮਝਦੇ ਸਾਨੂੰ ਲੱਗਦਾ ਵੀ ਸਾਨੂੰ ਯਾਰ ਬਰਾਬਰ ਸਮਝ ਲੈਣੇ ਪਰ ਸਾਨੂੰ ਬਾਅਦ ਚ ਪਤਾ ਲੱਗਦਾ ਵੀ ਯਾਰ ਬਰਾਬਰ ਨਹੀਂ ਸਮਝਿਆ ਇਹ ਤਾਂ ਸਾਨੂੰ ਲੁੱਟਣੀ ਆਇਆ ਸੀ ਲੁੱਟਣੀ ਆਇਆ ਸੀ ਕੁਦਰਤ ਨੇ ਸਾਡੇ ਨਾਲ ਜਿਹਨੇ ਨਾ ਛੇੜਖਾਨੀ ਕੀਤੀ ਹੋਵੇ ਨਾ ਜਿਹਦੇ ਨਾਲ ਕੁਦਰਤ ਦੀ ਮਾਰ ਪਈ ਉਹਨੂੰ ਮਾਰ ਨਹੀਂ ਮਾਰੀਦੀ ਨਾ ਬੋਲਾਂ ਦੀ ਨਾ ਧੋਖਿਆਂ ਦੀ ਤੇ ਮੈਂ ਤਾਂ ਇਹ ਕਹਿਣਾ ਵੀ ਸਮਾਜ ਤੋਂ ਨਜ਼ਰੀਆ ਬਦਲਣ ਦੀ ਲੋੜ ਹੈ ਸਾਡੇ ਪ੍ਰਤੀ ਇਹੜੀ ਅੰਗਹੀਣਾ ਪ੍ਰਤੀ ਵੀ ਅੰਗਹੀਣ ਵੀ ਸਮਾਜਦਾਨ ਸਮਾਜਦਾਨ ਬਿਲਕੁਲ ਜੀ ਇਹਨਾਂ ਨੂੰ ਜਿਉਣ ਨੂੰ ਜੀ ਕਰਦਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਬੋਲਦਿਆਂ ਕਰਦਿਆਂ ਤੋਂ ਕੋਈ ਸ਼ਬਦ ਦੀ ਵਾਧ ਘਾਟ ਰਹਿ ਗਈ ਹੋਵੇ ਮੈਂ ਦਰਸ਼ਕਾਂ ਤੋਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਕੋਈ ਗੱਲ ਮਾਫੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਗੱਲਬਾਤ ਕੀਤੀ ਬਾਈ ਲਸ਼ਮਨ ਦੇ ਨਾਲ ਕਿਸ ਤਰੀਕੇ ਨਾਲ ਜੀਵਨ ਬਤੀਤ ਕਰਦੇ ਨੇ ਡਿਸੇਬਲਡ ਪਰਸਨ ਅੰਗਹੀਨ ਪਰਸਨ ਹੈਂਡੀਕੈਪਟ ਪਰਸਨ ਉਹ ਸਾਰੇ ਵਿਸ਼ੇ ਤੇ ਬੜਾ ਔਖਾ ਜੀਵਨ ਹੁੰਦਾ ਹੈ ਬੜਾ ਸੰਘਰਸ਼ੀ ਜੀਵਨ ਹੁੰਦਾ ਹੈ ਬਹੁਤ ਦਿੱਕਤਾਂ ਮਤਲਬ ਸਾਡਾ ਮਨ ਵਿਭਾਵਕ ਹੋ ਗਿਆ ਬਾਈ ਦੀਆਂ ਗੱਲਾਂ ਸੁਣ ਕੇ ਜੋ ਜੋ ਵੀਤਦਾ ਹੈ ਜੋ ਜੋ ਹੰਡਾਉਂਦੇ ਆ ਜਿਸ ਤਰੀਕੇ ਦੇ ਨਾਲ ਸਮਾਜ ਵਿੱਚ ਵਿਚਰਦੇ ਆ ਜਿਸ ਤਰੀਕੇ ਨਾਲ ਸਮਾਜ ਦੇ ਤਾਨੇ ਮੇਹਣੇ ਗੱਲਾਂ ਸੁਣਦੇ ਆ ਤੇ ਇਹ ਕੋਈ ਝੂਠ ਨਹੀਂ ਇਹ ਚੀਜ਼ਾਂ ਵਾਕਈ ਹੈਗੀਆਂ ਇਹ ਚੀਜ਼ਾਂ ਵਾਪਰਦੀਆਂ ਹੈ ਅਸੀਂ ਵੀ ਵਰਤੌਣੇ ਆ ਇਹ ਚੀਜ਼ਾਂ ਨੂੰ ਅਸੀਂ ਵੀ ਇੱਕ ਦਿਨ ਕਿਤੇ ਸੋਚ ਲੈਨੇ ਆ ਇਹਨਾਂ ਪ੍ਰਤੀ ਜਿਹੜੀ ਐ ਇੱਕ ਨੈਗੇਟਿਵ ਵਿਚਾਰ ਅਸੀਂ ਇਹਨਾਂ ਨੂੰ ਨਾ ਪੱਖੀ ਵਿਚਾਰ ਉਹ ਇਹਨਾਂ ਪ੍ਰਤੀ ਲੈ ਕੇ ਆਉਣੇ ਆ ਪਰ ਨਹੀਂ ਇਹ ਵੀ ਸਮਾਜ ਦਾ ਅੰਗ ਨੇ ਇਹ ਵੀ ਸਾਡਾ ਹਿੱਸਾ ਨੇ ਇਹ ਵੀ ਮਨੁੱਖ ਨੇ ਇਹਨਾਂ ਦਾ ਵੀ ਜਿਉਣ ਦਾ ਉਹਨਾਂ 'ਇਹ ਅਧਿਕਾਰ ਹੈ ਜਿਨ੍ਹਾਂ ਬਾਕੀ ਸਾਰਿਆਂ ਦਾ ਮਨੁੱਖ ਹਰ ਇੱਕ ਜੋ ਇਸ ਧਰਤੀ ਤੇ ਪੈਦਾ ਹੋ ਗਿਆ ਉਹਦਾ ਹਰ ਇੱਕ ਚੀਜ਼ ਨੂੰ ਜੀ ਕਰਦਾ ਉਹ ਉਹ ਬਰਾਬਰਤਾ ਚਾਹੁੰਦਾ ਪਰ ਸਾਡਾ ਸਮਾਜ ਨਹੀਂ ਦਿੰਦਾ ਸੋ ਇਹ ਚੀਜ਼ਾਂ ਨੂੰ ਸਮਾਜ 'ਚੋਂ ਦੂਰ ਕਰਨ ਦੀ ਲੋੜ ਹੈ ਉਮੀਦ ਹੈ ਤੁਹਾਨੂੰ ਇਹ ਪੌਡਕਾਸਟ ਪਸੰਦ ਆਵੇਗਾ